ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਹਰਭਜਨ ਸਿੰਘ ਭਾਟੀਆ ਜੀ ਅੱਜ ਦੇ ਇਸ ਸੈਮੀਨਾਰ ਦੇ ਮੁੱਖ ਵਕਤਾ, ਡਾਕਟਰ ਪ੍ਰਵੀਨ ਠਾਕੁਰ, ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ DAV ਕਾਲਜ, ਵਿਭਾਗ ਦੇ ਸਾਬਕਾ ਮੁਖੀ ਡਾਕਟਰ ਦਰਸ਼ਨਦੀਪ ਅਰੋੜਾ ਜੀ, ਡਾਕਟਰ ਬੀ ਬੀ ਯਾਦਵ, ਸਕ੍ਰੈਟਰੀ ਸਟਾਫ ਕੌਂਸਲ, ਪੰਜਾਬੀ ਵਿਭਾਗ ਦੇ ਅਧਿਆਪਕ ਸਾਹਿਬਾਨ, ਦੂਸਰੇ ਵਿਭਾਗਾਂ ਤੋਂ ਆਏ ਅਧਿਆਪਕ ਅਤੇ ਪਿਆਰੇ ਵਿਦਿਆਰਥੀਓ, ਤੁਹਾਡਾ ਇਸ ਸੈਮੀਨਾਰ ਦੇ ਵਿੱਚ ਹਾਰਦਿਕ ਸਵਾਗਤ ਜੀ ਆਇਆਂ ਨੂੰ। ਔਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦਾ ਇਹ ਉਪਰਾਲਾ ਜਿਹੜਾ ਕਿ ਅੱਜ ਉਹਨਾਂ ਨੇ ਇੱਕ ਸੈਮੀਨਾਰ ਕਰਵਾਉਣ ਦਾ ਫੈਸਲਾ ਕੀਤਾ 21ਵੀਂ ਸਦੀ ਵਿੱਚ ਪੰਜਾਬੀ ਸਾਹਿਤ ਦੇ ਬਾਰੇ, ਮੈਂ ਵਿਭਾਗ ਨੂੰ ਮੁਬਾਰਕਬਾਦ ਦੇਣਾ। ਔਰ ਸਭ ਤੋਂ ਪਹਿਲਾਂ ਭਾਟੀਆ ਸਾਹਿਬ ਸਾਡੇ ਮੁੱਖ ਵਕਤਾ ਅੱਜ ਸਾਡੇ ਵਿੱਚ ਹਾਜ਼ਰ ਹੋਏ ਔਰ ਉਹਨਾਂ ਨੇ ਸਾਡੇ ਇਸ ਬੇਨਤੀ ਨੂੰ ਸਵੀਕਾਰ ਕੀਤਾ ਕਿ ਉਹ ਸਾਡੇ ਵਿਦਿਆਰਥੀਆਂ ਦੇ ਵਿੱਚ ਆ ਕੇ ਆਪਣੀ ਗੱਲ ਕਹਿ ਸਕਣ। ਉਹਦੇ ਵਾਸਤੇ ਮੈਂ ਭਾਟੀਆ ਜੀ ਦਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਅੱਜ ਮਾਣ ਬਖਸ਼ਿਆ ਇੱਥੇ ਆ ਕੇ। ਔਰ ਉਹਨਾਂ ਦੇ ਬਾਰੇ ਮੈਂ ਇੱਕ ਹੋਰ ਗੱਲ ਜਿਹੜੀ ਮੈਨੂੰ ਹੁਣ ਉਹਨੇ ਪਤਾ ਲੱਗੀ, ਭਾਟੀਆ ਸਾਹਿਬ ਦਫ਼ਤਰ ਦੇ ਵਿੱਚ ਬੈਠੇ ਸੀਗੇ ਕਿ ਭਾਟੀਆ ਸਾਹਿਬ ਸ਼ੁਰੂ ਤੋਂ ਹੀ DAV ਸੰਸਥਾਵਾਂ ਦੇ ਸਟੂਡੈਂਟ ਰਹੇ, DAV ਕਾਲਜਾਂ ਦੇ ਸਟੂਡੈਂਟ ਰਹੇ ਔਰ DAV ਦੇ ਸੰਸਕਾਰ, ਉਹਨਾਂ ਦੀ ਗੱਲਬਾਤ ਤੋਂ ਉਹਨਾਂ ਦੇ ਸ਼ਖਸੀਅਤ ਦੇ ਵਿੱਚ ਸਾਫ਼ ਦੇਖਣ ਨੂੰ ਜਿਹੜੀ ਹੈ ਉਹ ਮਿਲੀ। ਅਤੇ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ, ਫਖਰ ਹੈ ਕਿ ਸਾਡੇ ਵਿੱਚ ਅੱਜ ਭਾਟੀਆ ਸਾਹਿਬ ਜੋ ਕਿ DAV ਦੇ ਹੀ ਇੱਕ ਸਟੂਡੈਂਟ ਨੇ ਔਰ DAV ਤੋਂ ਹੀ ਇਹਨਾਂ ਨੇ ਆਪਣਾ ਅਧਿਆਪਨ ਦਾ ਕੰਮ ਜਿਹੜਾ ਸ਼ੁਰੂ ਕੀਤਾ, DAV ਕਾਲਜ ਬਠਿੰਡਾ ਤੋਂ ਪਹਿਲਾਂ ਸ਼ੁਰੂ ਕੀਤਾ, ਫਿਰ ਨਕੋਦਰ ਤੋਂ ਕੀਤਾ ਔਰ ਉਹਦੇ ਬਾਅਦ ਅਲਟੀਮੇਟਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਇਹਨਾਂ ਨੇ ਆਪਣਾ ਜਿਹੜਾ ਇੱਕ ਖੋਜ ਦਾ ਔਰ ਅਧਿਐਨ ਦਾ ਸੈਂਟਰ ਜਿਹੜਾ ਬਣਾਇਆ। ਬਹੁਤ ਲੰਬੇ ਸਮੇਂ ਤੱਕ ਇਹਨਾਂ ਨੇ ਅਧਿਆਪਨ ਦਾ ਕਾਰਜ ਕੀਤਾ, 40 ਸਾਲ, ਕਰੀਬ 4 ਦਹਾਕੇ, ਬਹੁਤ ਵੱਡਾ ਲੰਬਾ ਸਮਾਂ ਜਿਹੜਾ ਉਹ ਹੁੰਦਾ ਹੈ। ਔਰ ਉਸ ਦੌਰਾਨ ਇਹਨਾਂ ਨੇ ਬਹੁਤ ਸਾਰੇ ਮਹੱਤਵਪੂਰਨ ਕਮੇਟੀਆਂ ਦੀ ਜਿਹੜੀ ਕਮੇਟੀਆਂ ਦਾ ਇਹਨਾਂ ਲੀਡ ਕੀਤਾ ਉਹਨਾਂ ਨੂੰ, ਜਾਂ ਉਹਨਾਂ ਦੇ ਮੈਂਬਰ ਰਹੇ ਔਰ ਅਕੈਡਮਿਕ ਸਟਾਫ ਕਾਲਜ ਦੇ ਵਿੱਚ 3 ਸਾਲ ਡਾਇਰੈਕਟਰ ਦੇ ਤੌਰ 'ਤੇ ਇਹਨਾਂ ਨੇ ਕੰਮ ਕੀਤਾ। ਭਾਸ਼ਾ ਵਿਭਾਗ ਦੇ ਜਿਹੜੇ ਫੈਕਲਟੀ ਦੇ ਮੁਖੀ ਵੀ ਇਹ ਰਹੇ ਔਰ ਆਪਣੇ ਡਿਪਾਰਟਮੈਂਟ ਦੇ ਮੁਖੀ ਵੀ ਭਾਟੀ ਸਾਹਿਬ ਰਹੇ। ਬਹੁਤ ਸਾਰੀ ਸਾਹਿਤਕ ਔਰ ਮਾਂ ਬੋਲੀ ਨਾਲ ਜੁੜੀਆਂ ਇਹਨਾਂ ਨੇ ਜਿਹੜੀਆਂ ਕਿਤਾਬਾਂ ਉਹ ਲਿਖੀਆਂ, ਜਿਸ ਤਰ੍ਹਾਂ ਡਾਕਟਰ ਪ੍ਰਵੀਨ ਠਾਕੁਰ ਜੀ ਨੇ ਦੱਸਿਆ ਕਿ ਕਾਫ਼ੀ ਜ਼ਿਆਦਾ 25 ਦੇ ਕਰੀਬ ਕਿਤਾਬਾਂ ਭਾਟੀਆ ਸਾਹਿਬ ਨੇ ਲਿਖੀਆਂ ਔਰ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਦਫ਼ਤਰ ਦੇ ਵਿੱਚ ਅੱਜ ਇਹਨਾਂ ਨੇ ਆਪਣੀਆਂ ਲਿਖੀਆਂ ਹੋਈਆਂ ਕਿਤਾਬਾਂ ਦਾ ਇੱਕ ਸੈੱਟ ਕਾਲਜ ਨੂੰ ਭੇਜ ਦਿੱਤਾ। ਤਾਂ ਭਾਟੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕਾਲਜਾਂ ਦੇ ਬਾਰੇ, ਆਪਣੇ ਵਿਦਿਆਰਥੀਆਂ ਦੇ ਬਾਰੇ ਤੁਸੀਂ ਇੰਨਾ ਕੁਝ ਸੋਚਦੇ ਹੋ। ਔਰ ਇੱਕ ਗਿਆਨ ਦਾ ਸਾਗਰ, ਗਿਆਨ ਦਾ ਸਮੁੰਦਰ ਭਾਟੀਆ ਸਾਹਿਬ ਨੂੰ ਮੈਂ ਅੱਜ ਗੁਜ਼ਾਰਿਸ਼ ਕਰਾਂਗਾ ਕਿ ਆਪਣੇ ਗਿਆਨ ਦੇ ਵਿੱਚੋਂ ਕੁਛ ਬੂੰਦਾਂ ਸਾਡੇ ਵਿਦਿਆਰਥੀਆਂ ਦੇ ਉੱਤੇ ਵੀ ਉਹਦਾ ਛਿੜਕਾਅ ਕਰਨ, ਤਾਂ ਕਿ ਉਹ ਵੀ ਉਹਨਾਂ ਦੇ ਨਾਲ ਸਰੋਵਰ ਹੋ ਸਕਣ। ਔਰ ਭਾਟੀਆ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ IAS ਸਟੱਡੀ ਸੈਂਟਰ ਦੇ ਵੀ ਇੰਚਾਰਜ ਰਹੇ ਉੱਥੇ, ਉਹਨਾਂ ਨੇ 25 ਸਾਲ ਤੱਕ ਉੱਥੇ ਪੜ੍ਹਾਇਆ ਔਰ 50 ਤੋਂ ਵੱਧ IAS ਔਰ PCS ਅਫਸਰ ਜਿਹੜੇ ਕਿ ਦੇਸ਼ ਦੇ ਵੱਖ ਵੱਖ ਕੋਨਿਆਂ ਦੇ ਵਿੱਚ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਉਹ ਦੇਸ਼ ਦੀ ਸੇਵਾ ਕਰ ਰਹੇ ਨੇ, ਉਹ ਭਾਟੀਆ ਸਾਹਿਬ ਦੇ ਸਟੂਡੈਂਟ ਰਹੇ। ਇੱਕ ਬਹੁਤ ਹੀ ਸੁਲਝੇ ਹੋਏ ਇਨਸਾਨ ਭਾਟੀਆ ਸਾਹਿਬ, ਜਿਸ ਤਰ੍ਹਾਂ ਮੈਂ ਉਹਨਾਂ ਦੀ ਗੱਲਬਾਤ ਤੋਂ ਅੰਦਾਜ਼ਾ ਲਗਾਇਆ ਕਿ ਇੱਕ ਬਹੁ ਭਾਸ਼ੀ, ਚਾਹੇ ਉਹ ਹਿੰਦੀ ਹੈ, ਪੰਜਾਬੀ ਹੈ, ਅੰਗਰੇਜ਼ੀ ਹੈ, ਉਰਦੂ ਹੈ, ਹਰ ਭਾਸ਼ਾ ਦੇ ਵਿੱਚ ਉਹਨਾਂ ਨੂੰ ਮਾਹਿਰੀਅਤ ਹਾਸਲ ਹੈ ਔਰ ਬਹੁਤ ਘੱਟ ਦੇਖਣ ਨੂੰ ਮਿਲਦਾ ਕਿ ਕੋਈ ਇੱਕ ਲੈਂਗੁਏਜ ਦਾ ਬੰਦਾ ਦੂਸਰੀ ਭਾਸ਼ਾ ਦੇ ਵਿੱਚ ਮਾਹਿਰ ਹੋਵੇ
ਕਿਰਨ ਭਾਟੀਆ ਸਾਹਿਬ ਨੂੰ ਇਹ ਮਾਨ ਹਾਸਲ ਹੈ ਔਰ ਇਹਦੇ ਸਦਕਾ ਹੀ ਭਾਟੀਆ ਸਾਹਿਬ ਨੂੰ ਪਾਕਿਸਤਾਨ ਦੇ ਵਿੱਚ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਸ਼੍ਰੋਮਣੀ ਪੰਜਾਬੀ ਆਲੋਚਨਾ ਪੁਰਸਕਾਰ ਨਾਲ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਜੋ ਆਦਮੀ ਦੀ ਇੱਕ ਪਰਸਨੈਲਿਟੀ ਹੈ, ਉਹਦੀ ਸ਼ਖਸੀਅਤ ਜਿਹੜੀ ਹੈ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਸਨਮਾਨ ਹੁੰਦੀ ਹੈ। ਮੇਰਾ ਇਹ ਮੰਨਣਾ ਕਿ ਜਦੋਂ ਤੁਸੀਂ ਆਪਣੇ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰਦੇ ਹੋ ਤਾਂ ਆਪਣੇ ਆਪ ਦੇ ਵਿੱਚ ਇੱਕ ਮਤਲਬ ਇਨਾਮ ਹੈ, ਇੱਕ ਸਨਮਾਨ ਹੈ ਤੁਹਾਨੂੰ। ਅਤੇ ਅੱਜ ਡੀ ਏ ਵੀ ਕਾਲਜ ਦੇ ਵਿੱਚ ਮੈਂ ਭਾਟੀਆ ਸਾਹਿਬ ਦਾ ਸਵਾਗਤ ਕਰਨਾ, ਇਹਨਾਂ ਦਾ ਜੀ ਆਇਆਂ ਕਹਿਣਾ ਇਹਨਾਂ ਨੂੰ, ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਵੀ ਭਾਟੀਆ ਸਾਹਿਬ ਅੱਜ ਇੱਥੇ ਬੱਚਿਆਂ ਦੇ ਨਾਲ ਗੱਲਬਾਤ ਕਰਨਗੇ, ਸਾਡੇ ਅਧਿਆਪਕਾਂ ਦੇ ਨਾਲ ਗੱਲਬਾਤ ਕਰਨਗੇ, ਉਹ ਬਹੁਤ ਹੀ ਮਹੱਤਵਪੂਰਨ ਜਾਂ ਸਾਡੇ ਵਾਸਤੇ ਬਹੁਤ ਹੀ ਲਾਭਦਾਇਕ ਸਾਬਿਤ ਹੋਏਗੀ। ਸਾਡੇ ਹਾਇਰ ਐਜੂਕੇਸ਼ਨ ਦੇ ਵਿੱਚ, ਉਚੇਰੀ ਸਿੱਖਿਆ ਦੇ ਵਿੱਚ ਕੁਛ ਦਿਨ ਪਹਿਲਾਂ ਹੀ ਇੱਕ ਨਵੇਂ ਸਕੱਤਰ ਜਿਹੜੇ ਨੇ ਕ੍ਰਿਸ਼ਨ ਕੁਮਾਰ ਜੀ ਨੇ, ਉਹਨਾਂ ਨੇ ਚਾਰਜ ਲਿਆ। ਪਹਿਲਾਂ ਉਹ ਸਕੂਲ ਐਜੂਕੇਸ਼ਨ ਦੇ ਵਿੱਚ ਸੀਗੇ, ਬਹੁਤ ਹੀ ਕਾਬਲ ਔਰ ਵਧੀਆ ਆਈ ਏ ਐਸ ਔਫੀਸਰ ਨੇ, ਉਹਦੀ ਕਾਰਗੁਜ਼ਾਰੀ ਪੰਜਾਬ ਦੇ ਸਕੂਲਾਂ ਦੀ ਉਹਨੇ ਕਾਇਆ ਕਲਪ ਕੀਤੀ। ਔਰ ਕੁਛ ਦਿਨ ਪਹਿਲਾਂ ਉਹਨਾਂ ਨੇ ਇੱਕ ਮੈਸੇਜ ਪਾਇਆ ਸੀ ਪੰਜਾਬੀ ਮਾਂ ਬੋਲੀ ਦੇ ਬਾਰੇ, ਔਰ ਉਹ ਮੈਂ ਮੈਸੇਜ ਤੁਹਾਨੂੰ ਪੜ੍ਹ ਕੇ ਤੁਹਾਡੇ ਵਾਸਤੇ ਤੁਹਾਨੂੰ ਸੁਣਾਉਣ ਜਾ ਰਿਹਾ। ਉਹਨਾਂ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਦੇ ਤਿਉਹਾਰ ਦਾ ਮਹੀਨਾ ਆ ਰਿਹਾ ਹੈ। 1 ਨਵੰਬਰ ਤੋਂ 30 ਨਵੰਬਰ ਤੱਕ ਪੰਜਾਬ ਦਾ ਹਰ ਪਿੰਡ, ਕਸਬਾ ਅਤੇ ਸ਼ਹਿਰ ਮਾਂ ਬੋਲੀ ਦੇ ਰੰਗ ਵਿੱਚ ਰੰਗਿਆ ਜਾਣਾ ਚਾਹੀਦਾ ਹੈ। ਪੰਜਾਬ ਦੀਆਂ ਮਾਵਾਂ ਭੈਣਾਂ ਇਸ ਮਹੀਨੇ ਆਪਣੇ ਲਾਲਾਂ ਨੂੰ ਪੰਜਾਬੀ ਭਾਸ਼ਾ ਦੇ ਮੁੱਢਲੇ ਸ਼ਬਦਾਂ ਅਤੇ ਵਾਕਾਂ ਨਾਲ ਵਿਚਰਨਾ ਸਿਖਾਉਂਦੀਆਂ ਰਹਿਣ। ਜਦੋਂ ਘਰ ਘਰ ਵਿੱਚੋਂ ਪੰਜਾਬੀ ਜ਼ੁਬਾਨ ਦੇ ਸ਼ਬਦ ਤੁਰ ਪੈਣਗੇ ਤਾਂ ਮਹੀਨੇ ਦੇ ਅਖੀਰ ਵਿੱਚ ਇੱਕ ਵੱਡਾ ਕਾਫਲਾ ਸਾਡੀ ਮਾਂ ਬੋਲੀ ਦੇ ਰੁਤਬੇ ਨੂੰ ਪੂਰੀ ਦੁਨੀਆਂ ਵਿੱਚ ਹੋਰ ਰੁਸ਼ਨਾ ਦੇਗਾ। ਉਮੀਦ ਹੈ ਅਸੀਂ ਇਸ ਕਾਫਲੇ ਦਾ ਪਰਿਵਾਰ ਸਮੇਤ ਹਿੱਸਾ ਬਣਾਂਗੇ। ਤਾਂ ਇਹ ਉਹਨਾਂ ਦਾ ਮੈਸੇਜ ਸੀਗਾ ਕ੍ਰਿਸ਼ਨ ਕੁਮਾਰ ਜੀ ਦਾ, ਸੈਕਟਰੀ ਹਾਇਰ ਐਜੂਕੇਸ਼ਨ ਦਾ। ਅਤੇ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇਸ ਪਾਸੇ ਜਿਹੜਾ ਨਾ ਉਹ ਸੋਚਣ ਦੀ ਲੋੜ ਹੈ। ਪੰਜਾਬ ਦੇ ਵਿੱਚ ਪੰਜਾਬੀ ਨੂੰ ਬੜਾਵਾ ਦੇਣ ਵਾਸਤੇ ਜਾਂ ਉਹਨੂੰ ਪ੍ਰਫੁੱਲਿਤ ਕਰਨ ਵਾਸਤੇ ਕੋਈ ਖਾਸ ਯਤਨ ਕਰਨ ਦੀ ਸਾਨੂੰ ਲੋੜ ਨਹੀਂ ਪੈਣੀ ਚਾਹੀਦੀ, ਕਿਉਂਕਿ ਇਹ ਚੀਜ਼ਾਂ ਅੰਦਰੋਂ ਆਉਣੀਆਂ ਚਾਹੀਦੀਆਂ। ਅਸੀਂ ਕੋਈ ਬਾਹਰ ਦੀ ਭਾਸ਼ਾ ਜਾਂ ਦੂਸਰੀ ਭਾਸ਼ਾ ਦੀ ਗੱਲ ਨਹੀਂ ਕਰ ਰਹੇ, ਇਹ ਸਾਡੀ ਆਪਣੀ ਮਾਂ ਬੋਲੀ ਹੈ, ਜਿਹੜੀ ਕਿ ਅਸੀਂ ਜਨਮ ਤੋਂ ਪਹਿਲੇ ਦੁੱਧ ਦੇ ਘੁੱਟ ਦੇ ਨਾਲ ਅਸੀਂ ਬੱਚੇ ਨੂੰ ਇਹ ਚੀਜ਼ ਦਿੰਦੇ ਹਾਂ ਅਸੀਂ, ਅਤੇ ਉਹ ਸਾਡੇ ਰੋਮ ਰੋਮ ਦੇ ਵਿੱਚ ਰਚੀ ਹੋਣੀ ਚਾਹੀਦੀ ਹੈ ਪੰਜਾਬੀ ਬੋਲੀ, ਔਰ ਉਹਨੂੰ ਪ੍ਰਫੁੱਲਿਤ ਕਰਨ ਵਾਸਤੇ ਜਾਂ ਉਹਨੂੰ ਵਧਾਉਣ ਵਾਸਤੇ ਅੱਗੇ ਜਾਂ ਲੋਕਾਂ ਨੂੰ ਉਹਦੇ ਪ੍ਰਤੀ ਪ੍ਰੇਰਿਤ ਕਰਨ ਵਾਸਤੇ ਸਾਨੂੰ ਕੋਈ ਖਾਸ ਉਪਰਾਲੇ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ, ਕਿਉਂਕਿ ਇਹ ਕੁਦਰਤੀ ਤੌਰ 'ਤੇ ਆਉਣੀ ਚਾਹੀਦੀ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ, ਔਰ ਆਪਣੇ ਮੁੱਖ ਵਕਤਾ ਡਾਕਟਰ ਭਾਟੀਆ ਜੀ ਦਾ ਕਾਲਜ ਦੇ ਆਉਣ 'ਤੇ ਹਾਰਦਿਕ ਸਵਾਗਤ, ਅਭਿਨੰਦਨ ਔਰ ਜੀ ਆਇਆਂ ਕਹਿੰਦਾ ਉਹਨਾਂ ਨੂੰ। ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਆਏ ਕਾਲਜ ਦੇ ਵਿੱਚ ਔਰ ਸਾਡੇ ਵਿਦਿਆਰਥੀਆਂ ਨਾਲ ਅੱਜ ਤੁਸੀਂ ਰੂਬਰੂ ਹੋਵੋਗੇ, ਧੰਨਵਾਦ। ਡਾਕਟਰ ਮਨੀਸ਼ ਜੀ ਵੀ ਇਸ ਪ੍ਰੋਗਰਾਮ ਵਿੱਚ ਆਏ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਇਹ ਬੜਾ ਖੂਬਸੂਰਤ ਸਬੱਬ ਹੈ ਕਿ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਦਰਸ਼ਨਦੀਪ ਜੀ, ਜਿਨ੍ਹਾਂ ਦੀ ਬਦੌਲਤ ਇਹ ਡਿਪਾਰਟਮੈਂਟ ਕਈ ਵਰ੍ਹੇ ਕਈ ਦਹਾਕੇ ਵਧੀਆ ਫੁੱਲਿਆ, ਅੱਜ ਉਹ ਸਾਡੇ ਕੋਲ ਵਿਰਾਜਮਾਨ ਨੇ, ਸਾਡੇ ਨਾਲ ਸਾਂਝੀ ਕਰ ਰਹੇ ਨੇ ਸਟੇਜ ਨੂੰ, ਔਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਟੀਮ 'ਚ ਜਿਹੜਾ ਵਕਤ ਕੱਢਿਆ ਸਾਡੇ ਵਾਸਤੇ, ਅਤੇ ਖੂਬਸੂਰਤ ਯਾਦਾਂ ਦਰਸ਼ਨਦੀਪ ਜੀ ਨਾਲ ਸਾਡੀਆਂ ਜੁੜੀਆਂ ਹੋਈਆਂ ਨੇ। ਅਤੇ ਮੈਨੂੰ ਯਾਦ ਆ ਰਿਹਾ ਡਾਕਟਰ ਹਰਭਜਨ ਸਿੰਘ ਭਾਟੀਆ ਹੋਰਾਂ ਜੀ ਨੂੰ ਸਾਡੇ ਅਰੂਬਰੂ ਕਰਨ ਤੋਂ ਪਹਿਲਾਂ ਇੱਕ ਸ਼ੇਅਰ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ, ਬੇਹਿੰਮਤੇ ਨੇ
ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ, ਤੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਤੇ ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ, ਨਕਸ਼ਾ ਆਪਣੇ ਸਫਰਾਂ ਦਾ। ਮੇਰੀ ਬਰਾ ਡਾਕਟਰ ਹਰਭਜਨ ਸਿੰਘ ਭਾਟੀਆ ਜੀ ਤੋਂ ਹੈ, ਜਿਨ੍ਹਾਂ ਨੇ ਆਪਣਾ ਇੱਕ ਸਫ਼ਰ ਦਾ ਨਕਸ਼ਾ ਬਣਾ ਕੇ ਤੁਰਿਆ ਔਰ ਮਕਬੂਲੀਅਤ ਹਾਸਿਲ ਕੀਤੀ ਪੰਜਾਬੀ ਸਾਹਿਤ ਜਗਤ ਵਿੱਚ, ਵਿਦਿਆਰਥੀਆਂ ਵਿੱਚ। ਅਤੇ ਮੈਂ ਬਹੁਤ ਮਾਣ ਅਤੇ ਸਨਮਾਨ ਨਾਲ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਤੁਹਾਡੇ ਰੂਬਰੂ ਹੋਣ ਅੱਜ ਦੇ ਪ੍ਰਮੁੱਖ ਵਕਤ ਦੇ ਤੌਰ 'ਤੇ ਡਾਕਟਰ ਹਰਭਜਨ ਸਿੰਘ ਭਾਟੀਆ ਜੀ। ਔਰ ਜੀ ਵੈਲਕਮ। ਬਹੁਤ ਹੀ ਆਦਰਯੋਗ ਡਾਕਟਰ ਰਜੇਸ਼ ਸ਼ਰਮਾ ਜੀ, ਪ੍ਰਵੀਨ ਕੁਮਾਰੀ ਜੀ, ਪ੍ਰੋਫੈਸਰ ਰੰਧਾਵਾ ਜੀ, ਮੇਰੇ ਮਿੱਤਰ ਦਰਸ਼ਨਦੀਪ ਜੀ, ਔਰ ਪਿਆਰੇ ਬੱਚਿਓ, ਮੇਰੀ ਧੀਓ, ਮੇਰੇ ਬੇਟਿਓ, ਮੈਂ ਸੱਚਮੁੱਚ ਹੀ ਇੱਥੇ ਆ ਕੇ ਜਿੰਨੀ ਕੁ ਖੁਸ਼ੀ ਮਹਿਸੂਸ ਕਰ ਰਿਹਾ ਤੁਹਾਨੂੰ ਦੱਸ ਨਹੀਂ ਸਕਦਾ। ਕਿਉਂਕਿ ਉਰਦੂ 'ਚ ਕਹਿੰਦੇ ਨੇ ਕਿ ਦਿਲ ਕੋ ਜੋ ਸ਼ਾਦ ਕਰੇ, ਰੂਹ ਕੋ ਜੋ ਪੁਰ ਨੂਰ ਕਰੇ, ਹਰ ਨਜ਼ਾਰੇ ਮੇਂ ਯੇ ਤਨਵੀਰ ਕਹਾਂ ਹੋਤੀ ਹੈ। ਮੈਂ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ, ਮੈਂ ਇਹਨਾਂ ਨੂੰ ਕਿਤਾਬਾਂ ਭੇਟ ਕਰਦਾ ਪਿਆ ਸੀ, ਅਤੇ ਮੈਂ ਕਿਹਾ ਇਹਦੇ 'ਚ ਮੇਰਾ ਕੁਛ ਨਹੀਂ ਗਾ, ਇਹ ਮੈਂ ਜੋ ਤੁਹਾਡੇ ਕੋਲੋਂ ਲਿਆ ਉਹ ਤੁਹਾਨੂੰ ਹੀ ਵਾਪਸ ਕਰ ਰਿਹਾ। ਮੈਂ ਪਿਛਲੇ ਸਾਲ ਡੀ ਏ ਵੀ ਕਾਲਜ ਜਲੰਧਰ ਗਿਆ, ਕਿਉਂਕਿ ਮੇਰੀ ਐਜੂਕੇਸ਼ਨ ਡੀ ਏ ਵੀ ਕਾਲਜ ਜਲੰਧਰ ਦੀ ਹੈ, ਜਾਂ ਡੀ ਏ ਵੀ ਕਾਲਜ ਨਕੋਦਰ ਰਿਹਾ ਮੈਂ, ਅਤੇ ਉੱਥੇ ਮੁੜ ਕੇ ਮੈਂ ਇਕੱਲੀ ਇਕੱਲੀ ਥਾਂ ਦੇ ਉੱਤੇ ਜਾ ਕੇ ਜਿਵੇਂ ਸਿੱਜਦਾ ਹੀ ਕੀਤਾ, ਕਿਉਂਕਿ ਮੇਰੇ ਜ਼ਮਾਨੇ ਦੇ ਵਿੱਚ ਬਹਿਲ ਸਾਹਿਬ ਉੱਥੇ ਪ੍ਰਿੰਸੀਪਲ ਸਨ, ਪ੍ਰਿੰਸੀਪਲ ਬਹਿਲ, ਔਰ 7000 ਤੋਂ ਉੱਪਰ ਸਟਰੈਂਥ ਸੀ ਉਸ ਕਾਲਜ 'ਚ, ਔਰ ਉਹਨਾਂ ਨੇ ਜਿਸ ਪ੍ਰਕਾਰ ਦੇ ਨਕਸ਼ ਉੱਥੇ ਛੱਡੇ ਉਹ ਸਾਡੇ ਅੰਦਰ ਵੱਸ ਗਿਆ ਇੱਕ ਤਰੀਕੇ ਨਾਲ। ਔਰ ਬਹਿਲ ਸਾਹਿਬ ਤੋਂ ਇਲਾਵਾ ਮੁੜ ਕੇ ਪ੍ਰਿੰਸੀਪਲ ਅਰੋੜਾ ਜੀ ਆਏ, ਆਰ ਐੱਸ ਸ਼ਰਮਾ ਜੀ ਆਏ। ਆਰ ਐੱਸ ਸ਼ਰਮਾ ਜੀ ਦੇ ਕੋਲੋਂ ਮੈਂ ਪੜ੍ਹਿਆ, ਉਹ ਪ੍ਰਿੰਸੀਪਲ ਸਨ, ਅਤੇ ਉਹਨਾਂ ਨੇ ਪਹਿਲਾ ਪੀਰੀਅਡ ਲਾਉਣਾ ਆ ਕੇ, ਅਤੇ ਮੈਂ ਉਹਨਾਂ ਨੂੰ ਅਕਸਰ ਕਹਿਣਾ, ਮੈਂ ਕਿਹਾ ਤੁਸੀਂ ਇੰਨੇ ਮਸਰੂਫ ਹੋ। ਉਹ ਕਹਿੰਦੇ ਮੈਂ ਕਲਾਸ ਨਾ ਲਾਵਾਂ ਅਤੇ ਮੈਨੂੰ ਰੋਟੀ ਨਹੀਂ ਹਜ਼ਮ ਹੁੰਦੀ, ਪਹਿਲਾ ਪੀਰੀਅਡ ਉਹਨਾਂ ਹਮੇਸ਼ਾ ਲਾਉਣਾ। ਔਰ ਜਦੋਂ ਮੈਂ ਗ੍ਰੈਜੂਏਸ਼ਨ ਕੀਤੀ, ਮੈਂ ਇਕਨੋਮਿਕਸ ਦਾ ਟੋਪਰ ਸੀ ਯੂਨੀਵਰਸਿਟੀ ਦਾ, ਵੀ ਕੇ ਸ਼ਰਮਾ ਮੇਰੇ ਉਸਤਾਦ ਸਨ, ਏਰੀ ਸਾਹਿਬ ਮੇਰੇ ਉਸਤਾਦ ਰਹੇ ਨੇ, ਵੀ ਕੇ ਤਿਵਾੜੀ ਜਲੰਧਰ ਦੇ ਵਿੱਚ ਸਨ, ਉਹਨਾਂ ਦੇ ਨਾਲ ਮੈਂ ਇੱਕ ਵਾਰ ਇੰਗਲੈਂਡ ਵੀ ਗਿਆ ਇਕੱਠੇ, ਉੱਥੇ ਅਸੀਂ ਦੋਨਾਂ ਨੇ ਇੱਕੋ ਹੀ ਸਬਜੈਕਟ 'ਤੇ ਪੇਪਰ ਪੜ੍ਹਿਆ, ਗਲੋਬਲਾਈਜੇਸ਼ਨ ਐਂਡ ਇਟਸ ਇੰਪੈਕਟ ਔਨ ਲੈਂਗੁਏਜ ਲਿਟਰੇਚਰ ਐਂਡ ਕਲਚਰ, ਐਂਡ ਇਟ ਵਾਜ਼ ਹਾਈਲੀ ਐਪਰੀਸ਼ੀਏਟਡ ਬਾਈ ਦਾ ਸਕਾਲਰਸ। ਔਰ ਮੈਂ ਜਿਸ ਦਿਨ ਉੱਥੋਂ ਗ੍ਰੈਜੂਏਸ਼ਨ ਕੀਤੀ,
ਸੋ ਮੈਂ ਆਪਣੀ ਕਾਪੀ ਸ਼ਰਮਾ ਸਾਹਿਬ ਅੱਗੇ ਕੀਤੀ, ਮੈਂ ਸ਼ੁੱਡ ਰਾਈਟ ਸਮਥਿੰਗ। ਮੈਂ ਕਿਹਾ ਜੀ ਕਾਈਂਡਲੀ ਰਾਈਟ ਦਾ ਡੈਫੀਨੇਸ਼ਨ ਆਫ ਅ ਟੀਚਰ। ਔਰ ਉਹਨਾਂ ਨੇ ਦੋ ਫਿਕਰੇ ਸੋਕਰੇਟੀਜ਼ ਦੇ ਲਿਖੇ ਉਹਦੇ ਉੱਤੇ ਮੇਰੀ ਕਾਪੀ, ਅਜੇ ਵੀ ਮੇਰੇ ਕੋਲ ਮੌਜੂਦ ਨੇ। ਉਹ ਕਹਿੰਦੇ ਟੀਚਰ ਮਸਟ ਰਿਮੇਨ ਸਟੂਡੈਂਟ ਟਿਲ ਡੈਥ। ਔਰ ਇਹ ਗੱਲ ਮੈਂ ਉਹਨਾਂ ਦੀ ਤਾ ਜ਼ਿੰਦਗੀ ਪੱਲੇ ਬੰਨੀ ਕਿ ਮੈਂ ਅਜੇ ਤੱਕ ਵੀ ਵਿਦਿਆਰਥੀ ਹਾਂ ਔਰ 7-8 ਘੰਟੇ ਅਜੇ ਵੀ ਮੈਂ ਡੇਲੀ ਕੰਮ ਕਰਦਾ। ਔਰ ਦੂਸਰੀ ਉਹਨਾਂ ਨੇ ਕੀ ਕਹੀ, ਉਹ ਕਹਿੰਦੇ ਸੋਕਰੇਟੀਜ਼ ਹੀ ਕਹਿੰਦਾ ਇਟ ਇਜ਼ ਵੈਰੀ ਡਿਫੀਕਲਟ ਟੂ ਨੋ ਵਟ ਵੀ ਡੂ ਨਾਟ ਨੋ। ਜਿਉਂ ਜਿਉਂ ਬੰਦਾ ਪੜ੍ਹਦਾ ਜਾਂਦਾ ਤਿਉਂ ਤਿਉਂ ਉਹਨੂੰ ਇਹ ਪਤਾ ਲੱਗਦਾ ਕਿ ਮੈਨੂੰ ਕੀ ਨਹੀਂ ਪਤਾ। ਅਤੇ ਜਦੋਂ ਸਾਡੇ ਕੋਲ ਇਹ ਅਹਿਸਾਸ ਹੋ ਜਾਂਦਾ ਕਿ ਮੈਨੂੰ ਸਭ ਕੁਝ ਪਤਾ ਤਾਂ ਸਾਡਾ ਜਿਹੜੀ ਗਰੋਥ ਹੈ ਉਹ ਹਮੇਸ਼ਾ ਹੀ ਰੁਕ ਜਾਂਦੀ ਹੈ। ਔਰ ਸਵੇਰੇ ਹੀ ਮੈਂ ਅਬਦੁਲ ਕਲਾਮ ਹੋਣਾ ਦੀ ਕਿਤਾਬ ਪੜ੍ਹਦਾ ਪਿਆ ਸੀ ਅਤੇ ਉਹਦੇ ਵਿੱਚ ਉਹਨਾਂ ਨੇ ਬਹੁਤ ਖੂਬਸੂਰਤ ਗੱਲ ਕਹੀ ਕਿ ਇਫ ਯੂ ਸਲਿਊਟ ਯੂਰ ਵਰਕ ਯੂ ਡੂ ਨਾਟ ਹੈਵ ਟੂ ਸਲਿਊਟ ਐਨੀਬਡੀ। ਕਿਸੇ ਹੋਰ ਨੂੰ ਮੱਥਾ ਟੇਕਣ ਦੀ ਫਿਰ ਲੋੜ ਨਹੀਂ ਜੇ ਤੁਸੀਂ ਆਪਣੇ ਕੰਮ ਦੀ ਕਦਰ ਕਰਦੇ ਹੋ ਤਾਂ। ਐਂਡ ਇਫ ਯੂ ਪਲਿਊਟ ਯੂਰ ਵਰਕ ਯੂ ਵਿਲ ਹੈਵ ਟੂ ਸਲਿਊਟ ਐਵਰੀਬਡੀ। ਸਾਨੂੰ ਸਾਰਿਆਂ ਅੱਗੇ ਝੁਕਣਾ ਪੈਂਦਾ, ਸਾਰਿਆਂ ਨੂੰ ਮੱਥੇ ਟੇਕਣੇ ਪੈਂਦੇ ਨੇ। ਔਰ ਛੋਟੀਆਂ ਛੋਟੀਆਂ ਗੱਲਾਂ ਕਰਕੇ ਕਿਤੇ ਪੀਰੀਅਡ ਰਹਿਣ ਦਿਓ ਜੀ, ਨਾਲ ਵਾਓ, ਕਿਤੇ ਇਹ ਕਰ ਲੈਣ ਦਿਓ ਜੀ, ਕਿਉਂਕਿ ਮੇਰੀ ਤਮਾਮ ਜ਼ਿੰਦਗੀ ਗੁਜ਼ਰੀ ਹੈ ਇਸ ਵਿੱਦਿਅਕ ਢਾਂਚੇ, ਅੱਧੀ ਸਦੀ ਮੈਂ ਗੁਜ਼ਾਰੀ ਹੈ। ਮੇਰਾ ਖਿਆਲ ਕਿ ਆਈ ਹੈਵ ਦਾ ਲੌਂਗੈਸਟ ਸਟੇ ਔਨ ਦਾ ਕੈਂਪਸ। ਮੇਰਾ ਖਿਆਲ ਮੈਂ 42 ਸਾਲ ਯੂਨੀਵਰਸਿਟੀ ਦੇ ਵਿੱਚ ਗੁਜ਼ਾਰੇ ਨੇ ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅਰਸਾ ਹੈ। ਮੈਂ DAV ਕਾਲਜਾਂ ਤੋਂ ਕੀ ਸਿੱਖਿਆ, ਇਹ ਬਹੁਤ ਵੱਡੀ ਗੱਲ ਹੈ ਕਿ ਮੈਂ DAV ਕਾਲਜਾਂ ਤੋਂ ਅਨੁਸ਼ਾਸਨ ਸਿੱਖਿਆ। ਮੇਰਾ ਕੋਈ ਵਿਦਿਆਰਥੀ ਇਹ ਨਹੀਂ ਕਹਿ ਸਕਦਾ ਵੀ ਸਾਰੇ ਇੱਥੇ ਸੀ ਅਤੇ ਮੈਂ ਕਲਾਸ ਨਹੀਂ ਲਾਈ। ਨੰਬਰ 2 'ਤੇ ਮੈਂ ਉੱਥੋਂ ਦੇਖ ਸਿੱਖਿਆ ਉਹਨਾਂ ਕੋਲੋਂ ਕਿ ਤੁਸੀਂ ਦੇਖਣਾ ਕੀ ਹੈ, ਦੇਖਣ ਤੋਂ ਬਾਅਦ ਉਹਨੂੰ ਸਮਝਣਾ, ਸਮਝਣ ਤੋਂ ਬਾਅਦ ਸੋਚਣਾ ਔਰ ਸੋਚਣ ਤੋਂ ਬਾਅਦ ਲਿਖਣਾ। ਅਸੀਂ ਦੇਖਦੇ ਹਾਂ, ਬੋਲਦੇ ਹਾਂ, ਸਮਝਦੇ ਕੁਛ ਵੀ ਨਹੀਂ। ਜੇ ਬੰਦੇ ਨੇ ਸਮਝਿਆ ਹੁੰਦਾ ਤਾਂ ਸ਼ਾਇਦ ਪੰਜਾਬੀ ਬੰਦਾ ਇਹੋ ਜਿਹਾ ਨਾ ਹੁੰਦਾ ਜਿਹੋ ਜਿਹਾ ਇਸ ਵੇਲੇ ਹੈਗਾ। ਮੈਂ ਬਾਅਦ 'ਚ ਇਹਦੇ ਬਾਰੇ ਗੱਲਾਂ ਕਰਾਂਗਾ। ਔਰ ਤੀਸਰੀ ਗੱਲ ਕਿ ਉਹਨਾਂ ਨੇ ਗਿਆਨ ਨੂੰ ਮੰਡੀ ਦੀ ਵਸਤ ਕਦੀ ਨਹੀਂ ਬਣਾਇਆ। ਸਾਡੇ ਅਧਿਆਪਕ ਸਾਡੇ ਜ਼ਮਾਨੇ 'ਚ ਟਿਊਸ਼ਨਾਂ ਨਹੀਂ ਸਨ ਕਰਦੇ। ਮੇਰੇ ਅਧਿਆਪਕਾਂ ਨੇ ਮੈਨੂੰ ਕਹਿਣਾ ਵੀ ਸੰਡੇ ਆ ਜੀ, ਬਹਿ ਕੇ ਗੱਲਾਂ ਕਰਾਂਗੇ, ਕੰਮ ਕਰਾਂਗੇ ਨਾਲੇ। ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ। ਔਰ ਮੁਸ਼ਕਿਲ ਕੰਮ ਨੂੰ ਮਤਲਬ ਵੀ ਕੰਮ ਵਰਗ ਜਿਹੜਾ ਆਉਂਦਾ ਹੀ ਹੈ ਉਹ ਕਰਨ ਦਾ ਕੀ ਫਾਇਦਾ। ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਇੰਟਰਵਿਊ ਕਰਦਾ ਪਿਆ ਸੀ ਅਤੇ ਫਿਰ ਆਪਣੇ ਵਾਈਸ ਚਾਂਸਲਰ ਸਾਹਿਬ ਉਹਨੂੰ ਲਗਾਉਣਾ ਚਾਹੁੰਦੇ ਸੀ ਅਤੇ ਮੈਨੂੰ ਕਹਿੰਦੇ ਡਾਕਟਰ ਭਾਟੀਆ ਦਿਸ ਪਰਸਨ ਇਜ਼ ਹੈਵਿੰਗ 35 ਈਅਰਸ ਆਫ ਐਕਸਪੀਰੀਅੰਸ ਇਨ ਕਾਲਜਿਸ। ਉਹ ਬੰਦਾ ਬੋਲੇ ਹੀ ਕੁਛ ਨਾ। ਮੈਂ ਕਿਹਾ ਇਜ਼ ਨੋਟ ਅਕਵੈਂਟਡ ਵਿਦ ਐਨੀਥਿੰਗ। ਮੈਂ ਕਿਹਾ ਸਰ ਹੀ ਇਜ਼ ਹੈਵਿੰਗ ਓਨਲੀ 1 ਈਅਰ ਐਕਸਪੀਰੀਅੰਸ ਮਲਟੀਪਲਾਈਡ ਬਾਈ 35। ਅਸੀਂ ਬਾਰ ਬਾਰ ਉਸ ਨੂੰ ਰਿਪੀਟ ਕਰੀ ਜਾ ਰਹੇ ਹਾਂ ਜਿਹੜਾ ਸਾਨੂੰ ਪਹਿਲਾਂ ਹੀ ਪਤਾ। ਔਰ ਆਈ ਕੁਡ ਨਾਟ ਪੁੱਟ ਮਾਈ ਸਿਗਨੇਚਰਸ ਔਨ ਦੈਟ ਫਾਈਲ ਪ੍ਰਸਾਈਜ਼ਲੀ ਬਿਕਾਜ਼ ਆਫ 1 ਰੀਜ਼ਨ। ਸੋ ਜ਼ਿੰਦਗੀ ਦੇ ਵਿੱਚ ਮੇਰੀ ਤੁਸੀਂ ਮੇਰੇ ਇੱਕ ਤਰੀਕੇ ਨਾਲ ਪੜਪੋਤਰਿਆਂ ਵਰਗੇ ਹੋ ਔਰ ਤੁਹਾਡੇ ਕਰਕੇ ਹੀ ਮੈਂ ਆਇਆ ਸਰ, ਟੀਚਰਾਂ ਕਰਕੇ ਨਹੀਂ ਆਇਆ, ਤਾਂ ਆਉਂਦਾ ਹੀ ਹੈ ਸਾਰਾ ਕੁਛ ਤੁਹਾਡੇ ਕਰਕੇ। ਇਸ ਕਰਕੇ ਆਇਆ ਕਿ ਮੈਂ ਤੁਹਾਨੂੰ ਮੇਰੀਆਂ ਗੱਲਾਂ ਦੇ ਵਿੱਚੋਂ ਜੇ ਤੁਹਾਨੂੰ ਇੱਕ ਅੱਧ ਗੱਲ ਵੀ ਪਸੰਦ ਆਏ ਨਾ ਤਾਂ ਮੈਂ ਸੋਚਾਂਗਾ ਕਿ ਮੇਰੇ ਇੱਥੇ ਆਉਣ ਦਾ ਮਕਸਦ ਪੂਰਾ ਹੋ ਗਿਆ। ਜੋ ਆਉਂਦਾ ਉਹ ਨਾ ਕਰੋ,
ਇੱਕ ਕੌਸਰ ਦਾ ਸ਼ੇਰ ਹੈ, ਕਹਿੰਦੇ ਦੁਸ਼ਵਾਰ ਪਸੰਦੀ ਮੇਰੀ ਫਿਤਰਤ ਮੈਂ ਹੈ ਕੌਸਰ। ਇਹ ਰੰਧਾਵਾ ਜੀ ਨੇ ਮੈਨੂੰ ਸ਼ੇਰ ਬੋਲਣ ਲਾ ਦਿੱਤਾ। ਦੁਸ਼ਵਾਰ ਪਸੰਦੀ ਮੇਰੀ ਫਿਤਰਤ ਮੈਂ ਹੈ ਕੌਸਰ, ਮੁਸ਼ਕਲ ਹੋ ਅਗਰ ਰਾਹ ਤੋਂ ਉੱਠਦੇ ਹੈ ਕਦਮ ਔਰ। ਮੇਰਾ ਖਿਆਲ ਇਸ ਤਰੀਕੇ ਨਾਲ ਸਾਨੂੰ ਆਪਣੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ। ਮੈਂ ਪ੍ਰਿੰਸੀਪਲ ਸਾਹਿਬ ਦਾ ਵਿਸ਼ੇਸ਼ ਤੌਰ 'ਤੇ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਮੈਨੂੰ ਸਬਜੈਕਟ ਦਿੱਤਾ 20ਵੀਂ ਸਦੀ ਵਿੱਚ ਪੰਜਾਬੀ ਸਾਹਿਤ ਭਾਸ਼ਾ ਅਤੇ ਸਾਹਿਤ ਦਾ ਭਵਿੱਖ। 21ਵੀਂ ਸਦੀ ਵਿੱਚ ਭਾਸ਼ਾ ਅਤੇ ਸਾਹਿਤ ਦਾ ਭਵਿੱਖ, ਇਹ ਅਸਲ ਦੇ ਵਿੱਚ ਸਾਰਾ ਕੁਛ ਹੀ ਇਹਦੇ ਵਿੱਚ ਆਉਂਦਾ, ਸਿਰਫ ਪੰਜਾਬੀ ਜ਼ੁਬਾਨ ਨਹੀਂ ਆਉਂਦੀ। ਦੁਨੀਆਂ ਦੇ ਵਿੱਚ ਜੋ ਕੁਝ ਪੱਧਰ ਦੇ ਉੱਤੇ ਵਾਪਰਦਾ ਪਿਆ ਇਸ ਵੇਲੇ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ, ਉਹ ਸਾਰਾ ਕੁਛ ਇਹਦੇ ਵਿੱਚ ਆਉਂਦਾ। ਔਰ ਇਹ ਸਿਰਫ ਵਿਸ਼ਾ ਨਹੀਂ ਹੈਗਾ ਵੀ ਇਸ ਵਿਸ਼ੇ 'ਤੇ ਤੁਸੀਂ ਬੋਲਣਾ, ਇਟ ਇਜ਼ ਨੋਟ ਦੈਟ ਟਾਈਪ ਆਫ ਸਬਜੈਕਟ। ਇਹ ਇੱਕ ਤਰ੍ਹਾਂ ਦੀ ਬੁਝਾਰਤ ਹੈ, ਜਿਵੇਂ ਅਸੀਂ ਕਹਿੰਦੇ ਨਾ ਵੇਅਰ ਦੇਰ ਇਜ਼ ਅ ਸਮੋਕ ਦੇਰ ਮਸਟ ਬੀ ਫਾਇਰ, ਅੱਗ ਤੋਂ ਬਗੈਰ ਧੂੰਆਂ ਨਹੀਂ ਹੁੰਦਾ। ਇਹ ਜਦੋਂ ਤੁਹਾਡੇ ਕੋਲ ਸਬਜੈਕਟ ਪੈਦਾ ਹੋਇਆ ਨਾ, ਇਹਦੇ ਵਿੱਚ ਇੱਕ ਚੀਜ਼ ਲੁਕੀ ਹੈ, ਇਹ ਖਤਰਾ ਹੈ ਇਹਨੂੰ। 21ਵੀਂ ਸਦੀ ਵਿੱਚ ਪੰਜਾਬੀ ਭਾਸ਼ਾ ਨੂੰ ਵੀ ਖਤਰਾ ਹੈ ਔਰ ਪੰਜਾਬੀ ਸਾਹਿਤ ਨੂੰ ਵੀ ਖਤਰਾ। ਕਿਉਂ ਖਤਰਾ ਹੈ, ਇਹਦੀ ਸਿੱਧੀ ਜਵਾਬ ਲੱਭਾਂਗੇ। ਔਰ ਇਹ ਇੱਕ ਤਰੀਕੇ ਨਾਲ ਫਿਕਰ ਹੈ ਕਿ ਸਾਡੀ ਜ਼ੁਬਾਨ ਦਾ ਕੀ ਬਣੇਗਾ, ਸਾਡੇ ਸਾਹਿਤ ਦਾ ਕੀ ਬਣੇਗਾ, ਸਾਡੇ ਸੱਭਿਆਚਾਰ ਦਾ ਕੀ ਬਣੇਗਾ। ਇਹ ਜਿਹੜੀ ਭਾਸ਼ਾ ਨਾ, ਸਾਹਿਤ ਅਤੇ ਸੱਭਿਆਚਾਰ ਹੈ, ਇਹਦੇ ਉੱਤੇ ਵਿਸ਼ੇਸ਼ ਖਿੱਤੇ ਵਿੱਚ ਰਹਿਣ ਵਾਲੇ ਬੰਦੇ ਦਾ ਵਜੂਦ ਟਿਕਿਆ ਹੁੰਦਾ, ਇਹ ਸਾਡੇ ਵਜੂਦ ਨੂੰ ਖਤਰਾ ਹੈ। ਔਰ ਜੇ ਅਸੀਂ ਆਪਣੀ ਭਾਸ਼ਾ ਤੋਂ ਵੀ, ਸਾਹਿਤ ਤੋਂ ਵੀ, ਸੱਭਿਆਚਾਰ ਤੋਂ ਵੀ ਟੁੱਟ ਜਾਂਦੇ ਹਾਂ ਤਾਂ ਅਸੀਂ ਬੰਦੇ ਰਹਾਂਗੇ, ਇਹ ਸਵਾਲੀਆ ਨਿਸ਼ਾਨ ਹੈ। ਕਿ ਫਿਰ ਲੋਕ ਕਿਆ ਕਰਨਗੇ ਵੀ ਇਸ ਖਿੱਤੇ ਦੇ ਵਿੱਚ ਦੋ ਤਰ੍ਹਾਂ ਦੇ ਪਸ਼ੂ ਰਹਿੰਦੇ ਨੇ, ਇੱਕ ਉਹ ਜਿਹੜੇ ਕੱਪੜੇ ਪਾਉਂਦੇ ਨੇ, ਦੂਜੇ ਉਹ ਜਿਹੜੇ ਕੱਪੜੇ ਨਹੀਂ ਪਾਉਂਦੇ, ਔਰ ਤੀਸਰੀ ਡਰ ਦੀ ਭਾਵਨਾ ਇਹਦੇ ਵਿੱਚ, ਔਰ ਚੌਥੀ ਚੁਣੌਤੀ ਹੈ ਕਿ ਜਿਹੜੇ ਸੰਕਟ ਨੇ, ਜਿਹੜੀਆਂ ਸਮੱਸਿਆਵਾਂ ਹੈ, ਇਹਨਾਂ ਨੂੰ ਸੋਲਵ ਕਿਵੇਂ ਕਰਨਾ। ਆਮ ਤੌਰ 'ਤੇ ਹੁੰਦਾ ਇਹ ਹੈ ਕਿ ਸਾਡੀ ਅਪਰੋਚ ਬੜੀ ਕੈਜੂਅਲ ਹੁੰਦੀ ਹੈ, ਸਾਇੰਟਿਫਿਕ ਅਪਰੋਚ ਨਹੀਂ ਹੁੰਦੀ, ਲੋਜੀਕਲ ਅਪਰੋਚ ਨਹੀਂ ਹੁੰਦੀ। ਅਸੀਂ ਕਹਿੰਦੇ ਕੀ ਹਾਂ ਕਿ ਪੰਜਾਬੀ ਲਿਟਰੇਚਰ ਪਹਿਲਾਂ ਵੀ ਬਹੁਤ ਵਧੀਆ ਸੀ, ਹੁਣ ਵੀ ਬਹੁਤ ਵਧੀਆ, ਅੱਗੇ ਵੀ ਬਹੁਤ ਵਧੀਆ ਹੋਏਗਾ। ਔਰ ਉਦਾਹਰਣ ਕਾਹਦੀ ਦਿੰਦੇ ਹਾਂ ਕਿ ਪੰਜਾਬੀ ਦੇਖੋ ਜੀ ਇੰਨੇ ਮੁਲਕਾਂ 'ਚ ਵਸੇ ਨੇ, ਕੈਨੇਡਾ 'ਚ ਵਸੇ, ਆਸਟ੍ਰੇਲੀਆ 'ਚ ਵਸੇ, ਫਰਾਂਸ 'ਚ ਵਸੇ, ਤੁਹਾਡੇ ਕੋਲ ਕੈਨੇਡਾ 'ਚ, ਅਮੈਰੀਕਾ 'ਚ, ਜਪਾਨ 'ਚ, ਇਹਦੇ ਭਵਿੱਖ ਨੂੰ ਕੀ ਖਤਰਾ। ਤੁਸੀਂ ਦੇਖੋ ਕੈਨੇਡਾ ਦੇ ਵਿੱਚ ਲਿਖਿਆ ਪਿਆ ਪੰਜਾਬੀ ਦੇ ਵਿੱਚ, ਸੋ ਪੰਜਾਬੀ ਨੂੰ ਕੋਈ ਖਤਰਾ ਨਹੀਂ। ਦੂਸਰਾ ਇਹ ਹੈ ਵੀ ਇਹਦਾ ਹਾਲ ਵਧੀਆ ਸੀ, ਹੁਣ ਮਾੜਾ ਹੋ ਗਿਆ ਅਤੇ ਇਹਦੇ ਜ਼ਿੰਦਾ ਰਹਿਣ ਦੀ ਸੰਭਾਵਨਾ ਨੂੰ ਖਤਰਾ ਪੈ ਗਿਆ। ਤੀਸਰੀ ਸਿਚੁਏਸ਼ਨ ਕੀ ਹੈ ਕਿ ਪਹਿਲਾਂ ਬਹੁਤ ਮਾੜਾ ਸੀ ਜੀ, ਪਹਿਲਾਂ ਵੀ ਸੀ, ਸਾਡੇ ਕੋਲ ਕੁਛ ਵੀ ਨਹੀਂ ਸੀਗਾ, ਹੁਣ ਵਧੀਆ ਹੋ ਗਿਆ ਅਤੇ ਇਸ ਤੋਂ ਬਾਅਦ ਹੋਰ ਵਧੀਆ ਹੋ ਜਾਣਾ। ਕਿਉਂ? ਕਿਉਂਕਿ ਸਾਡੇ ਕੋਲ ਸੂਚਨਾ ਟੈਕਨੋਲੋਜੀ ਆ ਗਈ ਹੈ। ਇਹਦੀਆਂ ਗੱਲਾਂ ਮੈਂ ਬਾਅਦ 'ਚ ਤੁਹਾਡੇ ਨਾਲ ਕਰਾਂਗਾ। ਸਾਡੇ ਕੋਲ ਅਸਲ ਦੇ ਵਿੱਚ ਇੱਕ ਕੰਪਲੈਕਸ ਪੈਦਾ ਹੋ ਗਿਆ, ਜਿਹੜਾ ਸਾਡਾ ਮਾਡਲ ਹੈ ਨਾ, ਵਧੀਆ ਬੰਦੇ ਦਾ ਮਾਡਲ ਜਿਹੜਾ, ਉਹ ਚਾਰ ਚੀਜ਼ਾਂ ਉਹਦੇ 'ਚ ਸ਼ਾਮਲ ਨੇ ਕਿ ਬੰਦੇ ਕੋਲ ਕਿੰਨੀਆਂ ਚੀਜ਼ਾਂ ਨੇ, ਕਿਹੜੀ ਗੱਡੀ 'ਤੇ ਆਉਂਦਾ ਪਿਆ ਬੰਦਾ। ਮੈਂ 42 ਸਾਲ ਯੂਨੀਵਰਸਿਟੀ 'ਚ ਨੌਕਰੀ ਕੀਤੀ ਔਰ ਮੈਂ ਇੱਕ ਵਾਰੀ ਵੀ ਕਾਰ 'ਤੇ ਨਹੀਂ ਗਿਆ।
ਕਈ ਵਾਰੀ ਕਹਿਣਾ ਜੀ ਸਾਡੇ ਸਰ ਦੀ ਕਾਰ ਹੈ, ਉਹਦੀ 25 ਲੱਖ ਦੀ ਕਾਰ ਉਹਨਾਂ ਲਈ, ਉਹਨਾਂ ਦਾ ਕੜਾ ਜੀ 6-7 ਤੋਲੇ ਦਾ ਕੜਾ ਪਾਇਆ ਵਾ, ਗੱਲ ਚ ਉਹਨਾਂ ਦੀ ਚੀਨੀ ਕਮਾਲ ਦੀ ਹੈ। ਹੁਣ ਪੁੱਛਦਾ ਕਲਾਸ, ਕਹਿੰਦੇ ਕਲਾਸ ਤਾਂ ਨਹੀਂ ਲਾਉਂਦੇ, ਕਲਾਸ ਕਿੱਥੋਂ ਲਾਉਂਦੇ। ਚੀਜ਼ਾਂ ਪ੍ਰਤੀ ਮਾਣ ਬਣ ਗਈ ਹੈ ਸਾਡੇ ਕੋਲ, ਸ਼ਖਸੀਅਤ ਦੀ ਪਰਖ ਦਾ, ਔਰ ਦੂਜੇ ਨੰਬਰ 'ਤੇ ਲਿਬਾਸ ਬਣ ਗਿਆ, ਕਿਸ ਤਰ੍ਹਾਂ ਦਾ ਲਿਬਾਸ ਅਸੀਂ ਪਾਉਂਦੇ ਹਾਂ, ਸਾਰਾ ਜ਼ੋਰ ਲਾ ਦਿੰਦੇ ਅਸੀਂ ਲਿਬਾਸ ਦੇ ਉੱਤੇ। ਔਰ ਤੀਸਰਾ ਪੈਸਾ, ਪੈਸਾ ਪਰਖ ਦਾ ਪੈਮਾਨਾ ਬਣ ਗਿਆ। ਔਰ ਚੌਥਾ, ਅਸੀਂ ਆਪਣੀ ਜ਼ੁਬਾਨ ਵਿੱਚ ਗੱਲਬਾਤ ਕਰਨੀ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ। ਮੈਂ ਤੁਹਾਨੂੰ ਆਪਣੇ ਨਿੱਜੀ ਹਵਾਲੇ ਦੇ ਨਾਲ ਹੀ ਗੱਲਾਂ ਕਰਾਂਗਾ ਬਹੁਤੀਆਂ। ਮੈਂ ਪਾਕਿਸਤਾਨ ਦੇ ਵਿੱਚ ਇੱਕ ਰੀਸੈਂਟਲੀ ਪੇਪਰ ਪੜ੍ਹਿਆ, ਇਸਲਾਮ ਸੂਫੀਵਾਦ ਅਤੇ ਪੰਜਾਬੀ ਸੂਫੀ ਪੋਇਟਰੀ 'ਤੇ। ਹੁਣ ਉਸ ਖਿੱਤੇ ਦੇ ਵਿੱਚ ਜਾ ਕੇ ਪੇਪਰ ਪੜ੍ਹਨਾ ਤੁਹਾਨੂੰ ਆਉਣ ਵਾਲੀ ਗੱਲ ਹੈ, ਉੱਥੇ ਇਸ ਸਬਜੈਕਟ ਉੱਤੇ ਪੜ੍ਹਨਾ। ਔਰ ਮੇਰੇ ਬੋਲਣ ਤੋਂ ਬਾਅਦ ਉੱਥੋਂ ਦਾ ਜਿਹੜਾ ਚੀਫ ਜਸਟਿਸ ਸੀ ਰਿਟਾਇਰ ਹੋਇਆ, ਔਰ ਜਿਹੜਾ ਉਹਨਾਂ ਦਾ ਪਹਿਲਾ ਲਾਅ ਮਿਨਿਸਟਰ ਸੀ, ਉਹ ਸਟੇਜ 'ਤੇ ਆ ਕਹਿੰਦਾ ਜੀ ਮੇਰੇ ਕੋਲ ਕੰਟਰੋਲ ਨਹੀਂ ਹੋ ਰਿਹਾ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਹਮਨੇ ਕਭੀ ਸੋਚਾ ਵੀ ਨਹੀਂ ਥਾ ਕਿ ਲਾਹੌਰ ਮੇਂ ਕੋਈ ਸਰਦਾਰ ਫਾਰਸੀ ਜ਼ੁਬਾਨ ਕੋ ਐਸੇ ਤਲਫੁਜ਼ ਕਰੇਗਾ। ਮੈਂ ਕਿਹਾ ਜੀ ਆਪਨੇ ਤਾਂ ਮੁਝੇ ਨੋਬਲ ਪ੍ਰਾਈਜ਼ ਦੇ ਦਿੱਤਾ। ਸਾਡੇ ਕੋਲ ਸਮੱਸਿਆ ਕੀ ਹੈ? ਸਮੱਸਿਆ ਇਹ ਆ, ਪਾਪੂਲੇਸ਼ਨ ਬਹੁਤ ਹੈ, 1 ਅਰਬ 40 ਕਰੋੜ ਦੀ ਪਾਪੂਲੇਸ਼ਨ, ਸਿਹਤ ਦੀ ਪ੍ਰੋਬਲਮ, ਸਿੱਖਿਆ ਦੀ ਪ੍ਰੋਬਲਮ, ਬੇਰੁਜ਼ਗਾਰੀ, ਜਿੰਨੀ ਪਿਛਲੇ 20 ਸਾਲਾਂ 'ਚ ਅਕਲ ਦੀ ਬੇਕਦਰੀ ਹਿੰਦੁਸਤਾਨ 'ਚ ਹੋਈ ਹੈ ਪੂਰੀ ਦੁਨੀਆ 'ਚ ਕਿਤੇ ਨਹੀਂ ਹੋਈ। ਗਰੀਬੀ ਹੈ, ਲੁੱਟ ਖਸੁੱਟ ਹੈ, ਭ੍ਰਿਸ਼ਟਾਚਾਰ ਹੈ, ਬੰਦਾ ਕੀ ਹੋ ਰਿਹਾ? ਜਿਹੜਾ ਇੱਥੋਂ ਦਾ ਪੜ੍ਹਿਆ ਲਿਖਿਆ ਬੰਦਾ ਭੱਜਦਾ ਜਾ ਰਿਹਾ ਇੱਥੋਂ ਬਾਹਰ, ਜਾਂ ਨਸ਼ਿਆਂ ਵਾਲੇ ਪਾਸੇ ਜਾ ਰਿਹਾ, ਜਾਂ ਉਹ ਗੈਂਗਸਟਰ ਦਾ ਹਿੱਸਾ ਬਣ ਰਿਹਾ। ਪੰਜਾਬੀ ਬੰਦਾ, ਵੈਸੇ ਤਾਂ ਪੂਰੇ ਦੁਨੀਆ ਦੇ ਬੰਦੇ ਦੀ ਇਹ ਹਾਲਤ ਹੈ, ਬੰਦ ਰਿਹਾ ਪਿਆ। ਔਰ ਇੱਕ ਤਰ੍ਹਾਂ ਦੀ ਆਪਾ ਧਾਪੀ, ਅਫਰਾ ਤਫਰੀ, ਲੋਕ ਲੁੱਟ ਖੋ ਔਰ ਮੁਕਾਬਲਾ ਇਹ ਸਾਡੀ ਜ਼ਿੰਦਗੀ ਦੇ ਵਿੱਚ ਆ ਗਿਆ। ਮੈਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਕਰਨੀਆਂ ਉਹ 5 ਧੁਰਿਆਂ ਦੇ ਦੁਆਲੇ ਘੁੰਮਣੀਆਂ। ਵਕਤ ਬਹੁਤ ਥੋੜ੍ਹਾ, ਤੁਹਾਨੂੰ ਦੱਸਿਆ ਕਿ ਸਬਜੈਕਟ ਬਹੁਤ ਵੱਡਾ, ਅਤੇ ਬਹੁਤੀਆਂ ਗੱਲਾਂ ਮੈਨੂੰ ਸੰਕੇਤਾਂ ਵਿੱਚ, ਇਸ਼ਾਰਿਆਂ ਵਿੱਚ ਹੀ ਕਰਨੀਆਂ ਪੈਣੀਆਂ ਤੁਹਾਡੇ ਨਾਲ। ਉਹਦੇ ਵਿੱਚੋਂ ਜੇ ਬਾਅਦ ਦੇ ਵਿੱਚ ਲੋੜ ਪਈ ਤੁਸੀਂ ਕੋਈ ਵਿਆਖਿਆ ਚਾਹੋਗੇ ਤਾਂ ਅਸੀਂ ਮੈਂ ਕਰਾਂਗਾ ਉਹਦੀ। ਇੱਕ ਤਾਂ 21ਵੀਂ ਸਦੀ, ਕਿਹੋ ਜਿਹੀ ਸਦੀ? 21ਵੀਂ ਸਦੀ ਪੂਰੀ ਦੁਨੀਆ ਦੇ ਵਿੱਚ ਇੱਕ ਤਰੀਕੇ ਨਾਲ ਇਹ ਪੂਰੇ ਗਲੋਬ ਨੂੰ ਆਪਣੇ ਘੇਰੇ ਦੇ ਵਿੱਚ ਲੈਂਦੀ ਹੈ। ਭਾਸ਼ਾ ਦੀ ਕੀ ਸਥਿਤੀ ਹੈ? ਪੰਜਾਬੀ ਭਾਸ਼ਾ ਦੀ ਕੀ ਸਥਿਤੀ ਹੈ? ਔਰ ਉਸ ਤੋਂ ਬਾਅਦ ਸਾਹਿਤ ਦੀ ਕੀ ਸਥਿਤੀ ਹੈ? ਪੰਜਾਬੀ ਸਾਹਿਤ ਦੀ ਕੀ ਸਥਿਤੀ ਹੈ? ਔਰ ਸਾਡਾ ਭਵਿੱਖ, ਜਿਹਨੂੰ ਫਿਊਚਰ ਜਾਂ ਮੁਸਤਕਬਲ ਕਹਿੰਦੇ ਹਾਂ, ਉਹ ਕੀ ਹੈ? ਇਹ ਸਾਰੇ ਐਲੀਮੈਂਟਸ ਇੱਕ ਦੂਜੇ ਨਾਲ ਜੁੜੇ ਨੇ, ਟੁੱਟੇ ਨਹੀਂ ਹੈਗੇ ਇੱਕ ਦੂਜੇ ਤੋਂ। ਇਹਨਾਂ ਨੂੰ ਇੱਕ ਦੂਜੇ ਨਾਲ ਜੋੜ ਕੇ ਹੀ ਵੇਖਣਾ ਚਾਹੀਦਾ ਔਰ ਜੋੜ ਕੇ ਹੀ ਸਮਝ ਆਉਣਗੇ। ਪਹਿਲੀ ਗੱਲ 21ਵੀਂ ਸਦੀ ਬਾਰੇ, ਕੋਈ ਸ਼ੱਕ ਨਹੀਂ ਕਿ ਇਹਦੇ ਇਸ ਸਦੀ ਦੇ ਵਿੱਚ, ਜਿਹਨੂੰ ਅਸੀਂ ਗਲੋਬਲਾਈਜੇਸ਼ਨ ਕਹਿੰਦੇ ਹਾਂ, ਗਲੋਬਲ ਵਿਲੇਜ ਬਣ ਗਿਆ, ਦੁਨੀਆ ਸੁੰਗੜ ਗਈ। ਧਿਆਨ ਰੱਖੋ ਕਿ ਜਿਹੜਾ ਵਿਲੇਜ ਹੈ ਨਾ, ਇਹ ਜਿਹੜਾ ਤੁਹਾਡੇ ਕੋਲ ਕਾਰਪੋਰੇਟ ਸੈਕਟਰ ਹੈ ਨਾ, ਇਹ ਤੁਹਾਡੀਆਂ ਪਰੰਪਰਾਵਾਂ ਦੇ ਵਿੱਚੋਂ ਲਫ਼ਜ਼ ਲੈ ਕੇ ਉਹਨਾਂ ਨੂੰ ਆਪਣੀ ਮਰਜ਼ੀ ਦੇ ਆਪਣੇ ਮੁਤਾਬਕ, ਮੁਨਾਫੇ ਮੁਤਾਬਕ ਅਰਥ ਦਿੰਦਾ। ਔਰ
ਜਦੋਂ 1992 ਦੇ ਵਿੱਚ ਰੂਸ ਟੁੱਟਿਆ ਨਾ, ਸੋਵੀਅਤ ਯੂਨੀਅਨ ਟੁੱਟਿਆ, ਅਤੇ ਦੁਨੀਆ ਵਨ ਸੈਂਟਰਡ ਹੋ ਗਈ, ਯੂਨੀਪੋਲਰ ਹੋ ਗਈ, ਔਰ ਮੰਡੀ ਮੁਨਾਫਾ ਅਤੇ ਮੁਕਾਬਲਾ ਇਹਦੇ ਕੇਂਦਰ ਦੇ ਵਿੱਚ ਆ ਕੇ ਦੁਨੀਆ ਸੁੰਗੜ ਗਈ ਇੱਕ ਤਰੀਕੇ ਨਾਲ। ਔਰ ਸਾਨੂੰ ਲੱਗਾ ਕਿ ਬਹੁਤ ਵਿਕਾਸ ਹੋ ਗਿਆ। ਵਿਕਾਸ ਕਿਵੇਂ ਹੋ ਗਿਆ? ਵੱਡੇ ਵੱਡੇ ਮੌਲਸ ਬਣ ਗਏ ਨੇ। ਸਾਡੇ ਪੰਜਾਬੀ ਬੰਦੇ ਦੀ ਪ੍ਰੋਬਲਮ ਇਹ ਆ, ਇਹਨੇ ਬਹੁਤਾ ਕੁਛ ਦੇਖਿਆ ਨਹੀਂ ਅਜੇ। ਜੇ ਅਸੀਂ ਦੇਖਿਆ ਹੁੰਦਾ ਨਾ, ਤਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਦੁਨੀਆ ਤੋਂ ਕਿੱਥੇ ਵਿਕਾਸ ਦੇ ਗੁਣ ਤੋਂ ਕਿੰਨੇ ਪਿੱਛੇ ਰਹਿ ਗਏ। ਔਰ ਹੋਟਲ ਖੁੱਲ੍ਹ ਗਏ ਨੇ, ਵੱਡੇ ਵੱਡੇ ਹੋਟਲ ਨੇ, ਵੱਡੇ ਵੱਡੇ ਹੋਟਲਾਂ ਵਰਗੇ ਘਰ ਨੇ, ਘਰਾਂ ਵਰਗੇ ਹੋਟਲ ਭਾਲਦੇ ਆ। ਪੈਸਾ, ਵਸਤਾਂ, ਗੱਡੀਆਂ, ਜਹਾਜ਼, ਇਹ ਹੈਗੀ ਸਾਰੀ ਦਿੱਖ ਜਿਹੜਾ ਮੈਨੀਫੈਸਟ ਲੈਵਲ 'ਤੇ ਆ, ਜੋ ਸਾਨੂੰ ਦਿਖਾਈ ਦਿੰਦਾ ਹੈ ਉਹ ਆ। ਔਰ ਜੇ ਇਹਦੇ ਥੱਲੇ ਦੇਖੋ ਤੁਸੀਂ, ਤਾਂ ਬੜੀ ਖਤਰਨਾਕ ਸਥਿਤੀ ਹੈ। ਜੇ ਅਸੀਂ ਬਾਹਰੋਂ ਦੇਖਦੇ ਹਾਂ, ਸਾਨੂੰ ਲੱਗਦਾ ਬੰਦਾ ਬਹੁਤ ਉੱਨਤੀ ਕਰ ਗਿਆ, ਬੰਦਾ ਬਹੁਤ ਤਰੱਕੀ ਕਰ ਗਿਆ, ਮਗਰ ਜਦੋਂ ਅੰਦਰ ਦੇਖਦੇ ਹਾਂ ਬਹੁਤ ਖਤਰਨਾਕ ਸਥਿਤੀ ਲੱਗਦੀ। ਉਹ ਕਹਿੰਦੇ ਨੇ ਕਿ ਦੇਖੋ ਤੋ ਸ਼ਹਿਰ ਸ਼ਹਿਰ ਹੈ, ਮੇਲਾ ਲਗਾ ਹੁਆ, ਬੱਸਾਂ 'ਚ ਜਾਓ, ਗੱਡੀਆਂ 'ਚ ਜਾਓ, ਜਹਾਜ਼ਾਂ 'ਚ ਜਾਓ, ਹਸਪਤਾਲਾਂ 'ਚ ਜਾਓ, ਹੋਟਲਾਂ 'ਚ ਜਾਓ, ਭੀੜਾਂ ਲੱਗੀਆਂ ਪਈਆਂ। ਦੇਖੋ ਤੋ ਸ਼ਹਿਰ ਸ਼ਹਿਰ ਹੈ, ਮੇਲਾ ਲਗਾ ਹੁਆ, ਪੁੱਛੋ ਤੋ ਏਕ ਏਕ ਹੈ ਤਨਹਾ ਸੁਰਗ ਰਹਾ। ਅਸੀਂ ਅੰਦਰੋਂ ਸੁਰਗ ਰਹੇ ਹਾਂ। ਔਰ ਕਮਲੇਸ਼ ਕੁਮਾਰ ਨੇ, ਇੱਕ ਪੋਇਟ ਹਿੰਦੀ ਦੇ ਨੇ, ਉਹਨਾਂ ਨੇ ਪਿੱਛੇ ਬਹੁਤ ਵਧੀਆ ਸ਼ੇਅਰ ਲਿਖਿਆ ਸੀ ਕਿ ਦੁਨੀਆ ਜਦੋਂ ਇੱਦਾਂ ਖੁੱਲ੍ਹੀ ਹੈ ਨਾ, ਇਹ 60 ਤੋਂ ਬਾਅਦ ਵਾਪਰਿਆ। 60 ਦੇ ਵਿੱਚ ਪਹਿਲਾਂ, ਸਭ ਤੋਂ ਪਹਿਲਾਂ ਦੁਆਬੇ 'ਚੋਂ ਜਾਣੇ ਸ਼ੁਰੂ ਹੋਏ ਲੋਕ, ਔਰ ਉਸ ਤੋਂ ਬਾਅਦ ਇਹ ਵਰਤਾਰਾ ਇੱਥੋਂ ਦੇਖਣ ਵਾਪਰਿਆ ਦੂਜੇ ਸ਼ਹਿਰਾਂ ਦੇਖਣ। ਉਹ ਲੱਗਦਾ ਸੀ ਬੰਦੇ ਨੂੰ ਖੁੱਲ੍ਹਣਾ ਪੈਣਾ ਥੋੜ੍ਹਾ ਜਿਹਾ। ਔਰ ਉਹਨੇ ਸ਼ੇਅਰ ਲਿਖਿਆ, ਕਹਿੰਦਾ ਬੰਦ ਕਮਰੋਂ ਮੈਂ ਮੇਰਾ ਦਮ ਘੁਟਾ ਜਾਤਾ ਹੈ, ਬੰਦ ਕਮਰੋਂ ਮੈਂ ਮੇਰਾ ਦਮ ਘੁਟਾ ਜਾਤਾ ਹੈ, ਖਿੜਕੀਆਂ ਖੋਲੂ ਤੋ ਜ਼ਹਿਰੀਲੀ ਹਵਾ ਆਤੀ ਹੈ। ਜੋ ਵੀ ਤੁਸੀਂ ਮਾੜਾ ਸੀ, ਜਦੋਂ ਤੁਸੀਂ ਜੋ ਕੁਝ ਵੀ ਪੜ੍ਹਦੇ ਹੋ, ਜੋ ਕੁਝ ਵੀ ਦੇਖਦੇ ਹੋ, ਇੱਥੇ ਬਹੁਤ ਵੱਡਾ ਫਿਲਟਰ ਲੱਗਾ ਹੋਣਾ ਚਾਹੀਦਾ, ਨਹੀਂ ਤੇ ਅਸੀਂ ਝੱਟ ਹੀ ਉਹਦੇ ਪ੍ਰਭਾਵ ਥੱਲੇ ਆ ਜਾਂਦੇ ਹਾਂ। ਵਾਪਰਿਆ ਕੀ ਹੈ ਕਿ ਪੈਸਾ, ਵਸਤਾਂ, ਲਾਲਚ, ਖੁਦਗਰਜ਼ੀ, ਕਬਜ਼ੇ ਦੀ ਭਾਵਨਾ, ਲੁੱਟ ਖਸੁੱਟ, ਆਪਾ ਧਾਪੀ, ਇਕੱਲਤਾ, ਗੁਆਚਿਆ ਸਹਿਮਿਆ ਬੰਦਾ, ਮਾਨਸਿਕ ਤਣਾਓ, ਇਹ ਸਾਰਾ ਕੁਛ ਜਿਹੜਾ ਉਹ ਸਾਡੇ ਆ ਗਿਆ। ਹਾਲਤ ਕੀ ਹੈ ਕਿ ਜਿਹੜਾ ਆਮ ਬੰਦਾ ਨਾ, ਉਹ ਕਹਿੰਦਾ ਜੀ ਤੁਹਾਨੂੰ ਪੁੱਛਣਾ ਕਿ ਯਾਰ ਥੋੜ੍ਹਾ ਪੜ੍ਹ ਲਿਖ ਲਿਆ, ਛੱਡੋ ਕੀ ਫਾਇਦਾ ਜੀ। ਉਹ ਗੱਪਾਂ ਛੱਪਾਂ ਦੇ ਨਾਲ ਕੰਮ ਚਲਾਉਂਦਾ, ਗੋਸਿਪਸ, ਔਰ ਉਹਦੀ ਹਾਲਤ ਜਿਹਦੀ, ਜਿਹੜਾ ਸਿਰਫ ਗੋਸਿਪਸ ਦੇ ਲੈਵਲ 'ਤੇ ਰਹਿੰਦਾ ਨਾ, ਉਹਦੀ ਹਾਲਤ ਇਹ ਹੁੰਦੀ ਹੈ ਕਿ ਮੰਨ ਲਓ ਗੱਡੀ ਜਾਣੀ ਹੈ 7 ਵਜੇ, ਉਹ 4 ਵਜੇ ਜਾ ਕੇ ਸਟੇਸ਼ਨ 'ਤੇ ਬਹਿ ਜਾਂਦਾ, ਉਡੀਕੀ ਜਾਂਦਾ ਇਹਨੂੰ ਪੁੱਛ ਗੱਡੀ ਕਦੋਂ ਜਾਣੀ ਹੈ, ਉਹਨੂੰ ਪੁੱਛ ਗੱਡੀ ਕਦੋਂ ਜਾਣੀ ਹੈ। ਜਦੋਂ ਕੋਈ 7 ਵੱਜਦੇ ਨੇ, ਉਹਦੇ ਪ੍ਰੈਸ਼ਰ ਪੈਂਦਾ ਅਤੇ ਉਹ ਬਾਥਰੂਮ ਜਾਂਦਾ ਅਤੇ ਗੱਡੀ ਨਿਕਲ ਜਾਂਦੀ। ਇਹ ਵਾਪਰਦਾ ਜਿਹਦੀ ਫੈਕਟਸ ਦੇ ਉੱਤੇ ਪਕੜ ਹੈ ਨਾ, ਉਹ ਪਹਿਲਾ ਉਹ ਲੈਵਲ ਹੈ ਜਿਹਦੇ 'ਚ ਤੁਸੀਂ ਬੰਦਾ ਬਣਨ ਵਾਲੇ ਪਾਸੇ ਜਾਂਦੇ ਹੋ। ਦੂਸਰਾ ਲੈਵਲ, ਤੀਸਰਾ ਲੈਵਲ ਹੈ ਗਿਆਨ ਦਾ। ਜਦੋਂ ਤੁਸੀਂ ਫੈਕਟਸ ਨੂੰ ਰਿੜਕਦੇ ਹੋ, ਕਿਸੇ ਵੀ ਖੇਤਰ ਦੇ ਫੈਕਟਸ ਨੂੰ ਰਿੜਕਦੇ ਹੋ, ਉਹ 'ਚੋਂ ਗਿਆਨ ਪੈਦਾ ਹੁੰਦਾ। ਔਰ ਚੌਥਾ ਜਿਹੜਾ ਨਾ ਸਭ ਤੋਂ ਇੰਪੋਰਟੈਂਟ, ਉਹ ਹੈਗਾ ਵਿਜ਼ਡਮ ਦਾ।
ਵਿਜ਼ਡਮ ਦਾ ਮਤਲਬ ਕੀ ਹੈ, ਤੁਹਾਡੇ ਕੋਲ ਇੰਨੀ ਕੁ ਸਿਆਣਪ ਆ ਗਈ ਹੈ ਕਿ ਤੁਸੀਂ ਪਿੱਛੇ ਦੇ ਆਧਾਰ ਤੇ ਆਪਣੇ ਹਾਲ ਨੂੰ, ਮਰਜ਼ੀ ਦੇ ਆਧਾਰ ਤੇ ਹਾਲ ਨੂੰ, ਔਰ ਹਾਲ ਦੇ ਆਧਾਰ ਤੇ ਆਪਣੇ ਮੁਸਤਕਬਲ ਬਾਰੇ ਸੋਚ ਸਕਦੇ ਹੋ। ਹਾਲ ਦਾ ਮਤਲਬ ਹੀ ਪ੍ਰੈਜੈਂਟ ਹੁੰਦਾ, ਜਿਹੜਾ ਪੁੱਛਦੇ ਆ ਨਾ, ਸਾਨੂੰ ਪਤਾ ਨਹੀਂ ਹੁੰਦਾ ਬਹੁਤ ਫਿਰ ਕੀ ਪੁੱਛਦੇ ਪਏ ਆ ਕਿ ਤੁਹਾਡਾ ਕੀ ਭਾਜੀ ਹਾਲ ਚਾਲ ਹੈ। ਹਾਲ ਦਾ ਮਤਲਬ ਵਾਟ ਟੂ ਯੂਅਰ ਪ੍ਰੈਜੈਂਟ, ਤੁਹਾਡੀ ਵਰਤਮਾਨ ਸਥਿਤੀ ਕੀ ਹੈ। ਔਰ ਸਾਡੇ ਕੋਲ ਸਾਡੇ, ਮੈਂ ਤੁਹਾਨੂੰ ਦੱਸਾਂਗਾ ਕਿਸ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਸੀ। ਕੁਝ ਚੀਜ਼ਾਂ ਸੀ ਜਿਹੜੀਆਂ ਗ੍ਰਹਿਣ ਕਰਨ ਯੋਗ ਸੀ ਕਿ ਮਿਸਾਲ ਦੇ ਤੌਰ 'ਤੇ ਮਾਨਵੀ ਕਦਰਾਂ ਕੀਮਤਾਂ ਜਿਹਨੂੰ ਹਿਊਮਨ ਵੈਲਿਊਸ ਕਹਿੰਦੇ ਹਾਂ, ਮਿਸਾਲ ਦੇ ਤੌਰ 'ਤੇ ਇੱਕ ਨਾਬਰੀ ਦੀ ਭਾਵਨਾ, ਗਲਤ ਨੂੰ ਗਲਤ ਕਹਿਣ ਵਾਲੀ, ਔਰ ਸੰਵਾਦ ਅਤੇ ਡਾਇਲਾਗ ਕਰੋ। ਸੋਕ੍ਰੇਟਿਸ ਵੀ ਇਹੀ ਕਹਿੰਦਾ ਸੀ ਵੀ ਐਵੇਂ ਜਿਹੜੀ ਵੀ ਗੱਲ ਸੁਣਦੇ ਹੋ ਨਾ, ਪੋਤਿਆਂ ਨੂੰ ਸਿਰ ਨਾ ਲਾਇਆ ਕਰੋ, ਉਹਦੇ 'ਤੇ ਸਵਾਲ ਪੈਦਾ ਕਰੋ, ਵਟ, ਵਾਈ, ਵੈਨ, ਬਾਈ ਹੋਮ, ਸਵਾਲ ਪੈਦਾ ਕਰੋ ਉਹਦੇ ਬਾਰੇ, ਔਰ ਸੰਵੇਦਨਸ਼ੀਲ ਹੋਵੋ। ਤੁਸੀਂ ਕਿਸੇ ਦੇ ਕਿੰਨਾ ਕੰਮ ਆਉਂਦੇ ਹੋ, ਇਹ ਬਹੁਤ ਵੱਡਾ ਪੈਰਾਮੀਟਰ ਹੈ। ਪੁਰਾਣੇ ਜ਼ਮਾਨੇ 'ਚ ਮੇਰੇ ਪਿਆਰੇ ਬੱਚਿਓ, ਮਹੱਲੇ 'ਚ ਕਿਸੇ ਦੀ ਡੈਥ ਹੋ ਜਾਂਦੀ ਸੀ ਨਾ, ਪਿੰਡ 'ਚ ਕਿਸੇ ਦੀ ਡੈਥ ਹੋ ਜਾਂਦੀ ਸੀ, ਤਾਂ ਉਸ ਘਰ 'ਚ ਚੁੱਲ੍ਹਾ ਨਹੀਂ ਸੀ ਬਲਦਾ। ਉਸ ਘਰ ਦੇ ਵਿੱਚ ਕੋਈ ਚਾਹ, ਕੋਈ ਰੋਟੀ ਨਹੀਂ ਸੀ ਬਣਦੀ। ਮੈਂ ਪਾਕਿਸਤਾਨ ਗਿਆ ਤਾਂ ਉੱਥੋਂ ਦਾ ਬਹੁਤ ਵੱਡਾ ਸ਼ਾਇਰ ਮੁਨੀਰ ਨਿਆਜ਼ੀ ਕਹਿੰਦਾ, ਹੁਣ ਸ਼ੇਰ ਲਿਖਿਆ, ਕਹਿੰਦਾ, ਮਰ ਗਿਆ ਤਨਵੀਰ ਹੋਈ ਨਾ ਕਿਸੇ ਨੂੰ ਵੀ ਖਬਰ, ਮਰ ਗਿਆ ਤਨਵੀਰ ਹੋਈ ਨਾ ਕਿਸੇ ਨੂੰ ਵੀ ਖਬਰ, ਨਾਲ ਦੇ ਕਮਰੇ 'ਚ ਉਵੇਂ ਰੇਡੀਓ ਵੱਜਦਾ ਰਿਹਾ। ਇਹ ਸਾਡੀ ਸਥਿਤੀ ਹੋ ਗਈ। ਇਹ ਸਿਰਫ ਇੱਥੇ ਦੀ ਨਹੀਂ, ਇਸ ਖਿੱਤੇ ਵਿੱਚ ਰਹਿਣ ਵਾਲੇ ਬੰਦੇ ਦੀ। ਅਸੀਂ ਪੈਸੇ ਪਿੱਛੇ ਦੌੜਦੇ ਪਏ, ਅਸੀਂ ਮਾਇਆ ਪਿੱਛੇ, ਨਾਂ ਪਿੱਛੇ, ਦਸਤਾਂ ਪਿੱਛੇ, ਔਰ ਲੁੱਟ ਸੁੱਟ ਦਾ ਆਲਮ ਚੱਲਦਾ ਪਿਆ। ਖੁਸ਼ਾਮਦ ਖੁਦਗਰਜ਼ੀ ਸਾਡੇ ਸੁਭਾਅ ਦਾ ਹਿੱਸਾ ਬਣ ਗਈ ਹੈ, ਔਰ ਅਮਾਨਵੀ ਸਰੋਕਾਰ ਔਰ ਹੈਂਕੜ, ਹੈਂਕੜ ਕਾਹਦੀ, ਆਪਣੀ ਖੂਬਸੂਰਤੀ ਦੀ, ਆਪਣੇ ਪੈਸੇ ਦੀ, ਆਪਣੀ ਤਾਕਤ ਦੀ। ਹੋਇਆ ਕੀ ਹੈ ਕਿ ਅਸਲ ਦੇ ਵਿੱਚ ਵਾਪਰਿਆ ਇਹ ਹੈ ਕਿ ਜਿਹੜਾ ਤੁਹਾਡੇ ਕੋਲ ਸਰਮਾਇਆ ਸੀ ਨਾ ਪਿੱਛੇ, ਜਿਹੜਾ ਬੰਦੇ ਦੀ ਮੂਲ ਚਾਲਕ ਸ਼ਕਤੀ ਸੀ, ਉਹਦਾ ਤਵਾਜ਼ਨ ਹਿੱਲ ਗਿਆ। ਮਾਰਕਸ ਦਾ ਪੀਰੀਅਡ 1818 ਤੋਂ ਲੈ ਕੇ 1883 ਤੱਕ ਦਾ, ਉਹਨੇ ਆਪਣੀ ਕਿਤਾਬ ਦਾ ਪਹਿਲਾ ਫਿਕਰਾ ਹੀ ਇਹ ਲਿਖਿਆ ਸੀ, ਕਹਿੰਦਾ, ਮਾਈ ਏਮ ਇਜ਼ ਨੋਟ ਟੂ ਅੰਡਰਸਟੈਂਡ ਦਾ ਸੋਸਾਇਟੀ ਐਜ਼ ਮਾਈ ਪ੍ਰੈਡੀਸੈਸਰਸ ਡਿਡ, ਬਟ ਟੂ ਚੇਂਜ ਇਟ। ਮੇਰਾ ਮਕਸਦ ਸਮਾਜ ਨੂੰ ਸਮਝਣ ਦਾ ਨਹੀਂ, ਇਹਨੂੰ ਬਦਲਣ ਦਾ। ਔਰ ਦੁਨੀਆ ਭਰ ਦੇ ਮਜ਼ਦੂਰੋਂ ਇਕੱਠੇ ਹੋ ਜਾਓ, ਤੁਹਾਡੇ ਕੋਲ ਗੁਆਉਣ ਲਈ ਕੁਛ ਨਹੀਂ ਸਵਾਏ ਜ਼ੰਜੀਰਾਂ ਦੇ। ਇਹ ਗੱਲ ਹੁਣ ਸਮਝ ਤਾਂ ਨਹੀਂ ਆਈ ਗਰੀਬਾਂ ਨੂੰ, ਮਜ਼ਦੂਰਾਂ ਨੂੰ? ਮਜ਼ਦੂਰ ਮਜ਼ਦੂਰ ਹੈ, ਇਹ ਗੱਲ ਧਿਆਨ 'ਚ ਰੱਖੋ। ਇਹ ਨਹੀਂ ਵੀ ਪੰਜਾਬ ਦਾ ਮਜ਼ਦੂਰ ਮਜ਼ਦੂਰ ਹੈ ਅਤੇ ਪਾਕਿਸਤਾਨ ਦਾ ਨਹੀਂ, ਇੰਗਲੈਂਡ ਦਾ ਨਹੀਂ, ਕਨੇਡਾ ਦਾ ਨਹੀਂ। ਮਜ਼ਦੂਰ ਮਜ਼ਦੂਰ ਹੈ, ਜਿਹੜਾ ਆਪਣੀ ਕਿਰਤ ਵੇਚਦਾ ਪਿਆ ਉਹ ਮਜ਼ਦੂਰ ਹੈ, ਜਿਹੜਾ ਆਪਣੀ ਕਿਰਤ ਵੇਚਦਾ ਪਿਆ ਉਹ ਮਜ਼ਦੂਰ ਹੈ। ਇਹ ਗੱਲ ਉਹਨੂੰ ਤਾਂ ਨਹੀਂ ਸਮਝ ਲੱਗੀ, ਮਜ਼ਦੂਰਾਂ ਨੂੰ ਨਹੀਂ ਸਮਝ ਲੱਗੀ, ਮਗਰ ਕਾਰਪੋਰੇਟ ਸੈਕਟਰ ਨੂੰ ਸਮਝ ਆ ਗਈ। ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਆਪਣਾ ਜਾਲ ਵਿਛਾਤਾ ਕਿ ਸਾਡੇ ਕੋਲ ਲੁੱਟਣ ਲਈ ਤਾਂ ਪੂਰੀ ਦੁਨੀਆ ਪਈ ਹੈ। ਔਰ ਇਹਦੇ ਨਾਲ ਵਾਪਰਿਆ ਕੀ? ਇਹਦੇ ਨਾਲ ਵਾਪਰਿਆ ਇਹ ਕਿ ਅਮੀਰ ਅਤੇ ਗਰੀਬ ਵਿਚਕਾਰ ਫਾਸਲਾ ਬਹੁਤ ਵੱਧ ਗਿਆ। ਮੈਂ ਤੁਹਾਨੂੰ ਦੁਨੀਆ ਦੇ ਵੱਡੇ ਦੋ ਸਕਾਲਰਸ ਦੇ ਹਵਾਲੇ ਨਾਲ ਗੱਲ ਕਰ ਰਿਹਾ, ਉਹ ਕਹਿੰਦੇ ਕਿ ਜਿਹੜੇ 20% ਲੋਕ ਨੇ ਨਾ, ਉਹਨਾਂ ਨੇ 86% ਪੂਰੀ ਦੁਨੀਆ ਦਾ ਸਰਮਾਇਆ ਸਾਂਭ ਲਿਆ। 20% ਲੋਕਾਂ ਨੇ 86% ਸਰਮਾਇਆ ਸਾਂਭ ਲਿਆ।
ਔਰ 60% ਦੇ ਕੋਲ ਸਿਰਫ 13% ਔਰ ਬਾਕੀ 20% ਦੇ ਕੋਲ ਸਿਰਫ 1%। ਇਹ ਪੂਰੀ ਦੁਨੀਆ ਦਾ ਡਾਟਾ ਜਿਹੜਾ ਵਿਲੀਅਮ ਕੇ ਟੈਬ ਆਪਣੇ ਕੋਲ ਪੇਸ਼ ਕਰਦਾ ਪਿਆ। ਔਰ ਦੂਜੀ ਗੱਲ ਉਹ ਕੀ ਕਹਿੰਦਾ ਪਿਆ, ਹਿੰਦੁਸਤਾਨ ਕਹਿੰਦਾ ਹਿੰਦੁਸਤਾਨ ਦੇ ਵਿੱਚ 77.8% ਲੋਕ ਬਿਲੋ ਦਾ ਪਾਵਰਟੀ ਲਾਈਨ ਹੈ। ਪਾਵਰਟੀ ਲਾਈਨ ਦਾ ਮਤਲਬ ਵੀ ਰੋਟੀ ਨਹੀਂ ਮਿਲਦੀ ਪਈ, ਕੱਪੜਾ ਨਹੀਂ ਮਿਲਦਾ ਪਿਆ, ਮਕਾਨ ਨਹੀਂ ਮਿਲਦਾ ਪਿਆ, ਬਿਲੋ ਦਾ ਪਾਵਰਟੀ ਲਾਈਨ। ਔਰ ਇੱਕ ਦੁਨੀਆ ਦਾ ਸਭ ਤੋਂ ਵੱਡਾ ਸਕਾਲਰ ਹੈ ਅਮਰੀਕਾ 'ਚ ਹੀ ਰਹਿੰਦਾ ਪਿਆ, ਉਹਦਾ ਨਾਂ ਹੈ ਨੌਮ ਚਮਸਕੀ। ਉਹ ਕਹਿੰਦਾ ਕਿ ਹੋਇਆ ਕੀ ਹੈ ਕਿ ਸਾਡੇ ਉੱਤੇ ਪ੍ਰੋਫਿਟ ਭਾਰੀ ਹੋ ਗਿਆ ਬੰਦੇ ਨਾਲ। ਉਹਦੀ ਕਿਤਾਬ ਦਾ ਨਾਂ ਹੀ ਹੈ ਪ੍ਰੋਫਿਟ ਓਵਰ ਪੀਪਲ। ਬੰਦੇ ਦੀ ਕਦਰ ਨਹੀਂ ਰਹੀ, ਮੁਨਾਫੇ ਦੀ ਕਦਰ ਹੋ ਗਈ। ਔਰ ਉਹਦੇ ਨਾਲ ਵਾਪਰਿਆ ਕੀ ਹੈ, ਉਹਦੇ ਨਾਲ ਵਾਪਰਿਆ ਇਹ ਹੈ ਕਿ ਇਹ ਜ਼ਿਆਦੀ ਜਿਹੜੀ ਡਿਸਪੈਰਿਟੀ ਸੀ ਇਹਨੇ ਬਹੁਤ ਸਾਰੀਆਂ ਪ੍ਰੋਬਲਮਸ ਪੈਦਾ ਕਰ ਦਿੱਤੀਆਂ। ਜਿਸ ਤਰ੍ਹਾਂ ਦੇ ਅਸੀਂ ਸਮਾਜ ਦੇ ਵਿੱਚ ਰਹਿੰਦੇ ਪਏ, ਵਿਚਰਦੇ ਪਏ, ਉਹਦੇ ਵਿੱਚ ਕੀ ਹੈ, ਜਿਵੇਂ ਸਾਨੂੰ ਉੱਪਰੋਂ ਤੋਂ ਉਹਨਾਂ ਨੇ ਦੱਸਿਆ ਜਿਵੇਂ ਕਿ ਸਾਡੇ ਕੋਲ ਮੋਬਾਈਲ ਹੈ, ਇੰਟਰਨੈੱਟ ਹੈ, ਫੇਸਬੁੱਕ ਹੈ, ਵਟਸਐਪ ਹੈ, ਸਕਾਈਪ ਹੈ, ਟੈਕਨੋਲੋਜੀ ਆ ਗਈ ਸਾਡੇ ਕੋਲ। ਇਹ ਟੈਕਨੋਲੋਜੀ ਨੇ ਇੱਕ ਹੈਲਪਿੰਗ ਫੋਰਸ ਬਣਨਾ ਸੀ ਸਾਡੇ ਅੱਜ ਦੇ ਬੰਦੇ ਦੀ। ਮੈਂ ਜਦੋਂ ਡਾਇਰੈਕਟਰ ਸੀ ਅਕੈਡਮਿਕ ਸਟਾਫ ਕਾਲਜ ਦਾ, ਅਤੇ ਕਈ ਵਾਰੀ ਕਿਸੇ ਪ੍ਰੋਫੈਸਰ ਨੇ ਆਉਣਾ, ਵੱਡੇ ਤੋਂ ਵੱਡੇ ਪ੍ਰੋਫੈਸਰ ਨੇ ਆਉਣਾ। ਇੱਕ ਵਾਰੀ ਮੇਰੇ ਕੋਲ ਪ੍ਰੋਫੈਸਰ ਆਇਆ ਦਿੱਲੀ ਯੂਨੀਵਰਸਿਟੀ ਤੋਂ, ਅਤੇ ਉਹਨੇ ਲੈਕਚਰ ਕਰਨਾ ਸੀ, ਜੋਗ੍ਰਾਫੀ ਦਾ ਸੀ, ਅਤੇ ਪਹਿਲਾਂ ਮੇਰੇ ਕੋਲ ਭੱਜਾ ਭੱਜਾ ਆਇਆ। ਮੈਂ ਕਿਹਾ ਵਾਟ ਹੈਪਨ? ਉਹ ਕਹਿੰਦੇ ਸਰ ਮੇਰੀ ਪੈਨ ਡਰਾਈਵ ਨਹੀਂ ਚੱਲਦੀ ਸੀ ਤੁਹਾਡੇ ਲੈਪਟੋਪ 'ਚ। ਮੈਂ ਕੋਈ ਨਹੀਂ, ਆਲ ਚੇਂਜ ਇਟ, ਲੈਪਟੋਪ ਚੇਂਜ ਕਰਕੇ ਦੂਜਾ ਲੈਪਟੋਪ ਰੱਖ ਦਿੱਤਾ। ਫਿਰ ਉਹ ਲਾਈ, ਉਹ ਚੱਲ ਪਈ, 10 ਮਿੰਟਾਂ ਵਿੱਚ ਫਿਰ ਆ ਗਿਆ ਭੱਜਾ। ਮੈਂ ਕਿਹਾ ਨਾਉ ਵਾਟ ਹੈਪਨ? ਕਹਿੰਦਾ ਸਰ ਲਾਈਟ ਚਲੇ ਗਈ। ਉਹ ਮੈਂ ਕਿਹਾ ਲਾਈਟ ਬਾਹਰੋਂ ਗਈ ਕਿ ਅੰਦਰੋਂ ਵੀ ਚੱਲ ਗਈ ਸਾਰੀ? ਅਸੀਂ ਟੈਕਨੋਲੋਜੀ ਜਿਹੜੀ ਹੈ ਉਹ ਮਾਧਿਅਮ ਬਣਨ ਦੀ ਬਜਾਏ ਇਟ ਹੈਜ਼ ਬਿਕਮ ਐਂਡ ਇਨ ਇਟਸੈਲਫ, ਸਾਡੇ ਲਈ ਟੈਕਨੋਲੋਜੀ ਹੀ ਖੋਜ ਬਣ ਗਈ। ਔਰ ਖਿਆਲ ਰੱਖੋ, ਤੁਹਾਨੂੰ ਜਿਹੜਾ ਲੱਗਦਾ ਨਾ ਕਿ ਫਰੀ ਮਿਲਦਾ ਪਿਆ, ਫਰੀ ਕੁਛ ਨਹੀਂ ਮਿਲਦਾ। ਇਹਦੀ ਇਕਨੋਮਿਕਸ ਹੈ ਬਕਾਇਦਾ ਤੌਰ 'ਤੇ, ਇਹਦੇ ਪਿੱਛੇ ਵੱਡੀ ਆਰਥਿਕਤਾ ਕੰਮ ਕਰਦੀ ਪਈ ਹੈ। ਔਰ ਇਹ ਜਦੋਂ ਟੈਕਨੋਲੋਜੀ ਆਈ ਹੈ ਨਾ 1439 ਦੇ ਵਿੱਚ, ਉਦੋਂ ਪ੍ਰਿੰਟਿੰਗ ਪ੍ਰੈਸ ਲੱਗੀ, ਉਸ ਤੋਂ ਬਾਅਦ ਸਾਡੇ ਕੋਲ ਇੱਥੇ 1835 ਦੇ ਵਿੱਚ ਆਏ। ਇਹਦੇ ਰਾਹੀਂ ਇੱਕ ਮਕਸਦ ਕੀਤਾ ਉਹਨਾਂ ਨੇ ਪੂਰਾ ਕਿ ਹਾਊ ਟੂ ਅਕੂਪਾਈ ਯੋਰ ਬ੍ਰੇਨਸ। ਸਾਨੂੰ ਇਹ ਲੱਗਦਾ ਕਿ ਅਸੀਂ ਆਪਣੇ ਚੀਜ਼ਾਂ ਵਸਤਾਂ ਦੀ ਖਰੀਦ ਦੇ ਫੈਸਲੇ ਆਪ ਕਰਦੇ ਪਏ, ਮਗਰ ਇਹ ਸਾਡਾ ਭਰਮ ਹੈ। ਸਾਡੇ ਮਾਇੰਡ ਕੈਪਚਰ ਕਰ ਲੈਣ, ਜਿਸ ਤਰ੍ਹਾਂ ਲਕਸ ਕੌਰਸੋ ਦੇਖਦੇ, ਜਿੰਨੇ ਵੀ ਤੁਹਾਡੇ ਹੀਰੋ ਸੀ, ਜਿੰਨੇ ਵੀ ਤੁਹਾਡੇ ਪਲੇਅਰ ਸੀ, ਜਿੰਨੇ ਵੀ ਅਮੀਰ ਆਦਮੀ ਸੀ, ਉਹਨਾਂ ਸਾਰਿਆਂ ਨੇ ਇੱਕੋ ਹੀ ਆਪਣਾ ਧੰਦਾ ਫੜ ਲਿਆ ਕਿ ਬੰਦੇ ਦੀ ਜੇਬ ਚੋਂ ਪੈਸੇ ਕਿਵੇਂ ਖਿੱਚਣੇ ਨੇ। ਤੁਸੀਂ ਜ਼ਰਾ ਦੇਖੋ, ਧਿਆਨ ਦੇ ਨਾਲ ਦੇਖੋ, ਜਿੰਨੀਆਂ ਵੀ ਐਡਵਰਟਾਈਜ਼ਮੈਂਟਸ ਆਉਂਦੀਆਂ, ਚੋਰ ਹੈ, ਡਾਕੂ ਹੈ, ਗਧਾ ਹੈ, ਮੂਰਖ ਹੈ, ਉੱਲੂ ਹੈ। ਉਹ ਪੁੱਛਦਾ ਕਿਉਂ? ਕਹਿੰਦਾ ਫਿਰ ਅੰਮ੍ਰਿਤ ਓੜੇ ਹੋਏ ਹੈ, ਉਹ ਹੁਣ ਜਦੋਂ ਕੰਬਲ ਲਿਆ ਤਾਂ ਮਤਲਬ ਜਾਓ ਚੋਰ ਹੈ, ਜਾਓ ਡਾਕੂ ਹੈ, ਜਾਓ ਮੂਰਖ ਹੈ,
ਲਕਸ ਕੌਰਸੂਲ ਕਿਉਂ ਨਹੀਂ ਪਹਿਨਤਾ? ਲਕਸ ਕੌਰਸੂਲ ਦੇ ਸਰਦੀ ਮੇ ਵੀ ਗਰਮੀ ਕਾ ਅਹਿਸਾਸ। ਐਕਟਰ ਤੁਹਾਡੇ ਵੱਡੇ ਤੋਂ ਵੱਡੇ ਜਿਹਨਾਂ ਕੋਲ ਅਰਬਾਂ ਰੁਪਈਆ ਔਰ ਨਵਰਤਨ ਤੇਲ ਵੇਚੀ ਜਾਂਦੇ ਪਏ, ਇਹ ਜਿਹੜੇ ਤੁਹਾਡੇ ਕੋਲ ਗਰੰਟੀ ਇਸਤੇਮਾਲ ਕਰੋ, ਹੈ ਨਾ। ਉਹ ਜਿਹੜਾ ਐਮ ਡੀ ਐਚ ਮਸਾਲਿਆਂ ਵਾਲਾ ਕਹਿੰਦਾ ਯਹੀ ਹੈ ਇੰਡੀਆ, ਮਸਾਲੇ ਇੰਡੀਆ ਵਾਲੇ ਹੱਥ ਹੋ ਗਈ, ਕੀ ਕਰੀ ਜਾ ਰਿਹਾ ਸੀ। ਬੰਦੇ ਨੂੰ ਸਮਝੋ ਵੀ ਭੇਡ ਬੱਕਰੀ ਸਮਝ ਕੇ ਉਹਨੂੰ ਲੁੱਟਿਆ ਜਾ ਰਿਹਾ। ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵੱਧ ਜਿਹੜੀਆਂ ਗਾਲਾਂ ਕੱਢੀਆਂ ਸੀ ਨਾ, ਬੁਰਾ ਭਲਾ ਕਿਹਾ ਸੀ, ਉਹ ਲੋਕਾਂ ਨੂੰ ਕਿਹਾ ਸੀ। ਉਹ ਕਹਿੰਦੇ ਸੀ ਅੰਨੀ ਰਈਅਤ, ਅੰਨੀ ਦਾ ਮਤਲਬ ਇਹ ਨਹੀਂ ਜਿਹੜੀਆਂ ਅੱਖਾਂ ਨਹੀਂ ਹੈਗੀਆਂ, ਅੱਖਾਂ ਹੈਗੀਆਂ ਪਰ ਦੇਖਦੇ ਨਹੀਂ, ਪਰ ਉੱਪਰ ਮਸ਼ੀਨ ਹੈ ਨਹੀਂ, ਉੱਪਰ ਸਾਰਾ ਖਾਲੀ ਕੰਮ। ਕਹਿੰਦੇ ਅੰਨੀ ਰਈਅਤ ਕਿਉਂ? ਗਿਆਨ ਵੀ ਹੋਣੀ ਪਾਹੇ ਭਰੇ ਮੁਰਦਾਰ, ਜਿਵੇਂ ਮੁਰਦਿਆਂ ਦੇ ਅੰਦਰ ਤੂੜੀ ਭਰੀ ਹੈ ਸਾਡੀ ਹਾਲਤ ਹੋ ਗਈ ਹੈ। ਔਰ ਇਹੀ ਕਾਰਨ ਹੈ ਕਿ ਅਸੀਂ ਸਵਾਲ ਨਹੀਂ ਉਠਾਉਂਦੇ ਪਏ, ਸਾਡਾ ਬ੍ਰੇਨ ਕਾਰਪੋਰੇਟ ਸੈਕਟਰ ਨੇ ਅਕੂਬਾਈ ਕਰ ਲਿਆ। ਔਰ ਇਹੀ ਕਾਰਨ ਹੈ ਜਿਹੜੇ ਸਾਡੇ ਸੰਕਟ ਨੇ, ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ, ਇਹ ਮੈਂ ਤੁਹਾਨੂੰ ਜੋੜ ਕੇ ਦੱਸਦਾ ਵੀ ਇਹਦੇ ਕੀ ਕਾਰਨ ਹੈ। ਅਗਲੀ ਗੱਲ ਤੁਹਾਡੀ ਜ਼ੁਬਾਨ ਬਾਰੇ, ਭਾਸ਼ਾ ਬਾਰੇ। ਹੁਣ ਭਾਸ਼ਾ, ਮੇਰੀ ਗੱਲ ਧਿਆਨ ਨਾਲ ਸੁਣੋ, ਭਾਸ਼ਾ ਸੰਚਾਰ ਦਾ ਮਾਧਿਅਮ ਹੁੰਦੀ ਹੈ। ਭਾਸ਼ਾ ਆਪਣੇ ਆਪ ਦੇ ਵਿੱਚ ਚੰਗੀ ਮਾੜੀ ਨਹੀਂ, ਇਹਦਾ ਕੰਮ ਕੀ ਹੈ? ਸੰਚਾਰ ਕਰਨਾ, ਸਪੋਨਟੈਨਿਟੀ ਆਫ ਕਮਿਊਨੀਕੇਸ਼ਨ। ਜੇ ਮੈਂ ਬੋਲ ਰਿਹਾ ਤੁਹਾਨੂੰ ਸਮਝ ਹੀ ਕੁਛ ਨਹੀਂ ਆ ਰਿਹਾ, ਮੇਰੇ ਬੋਲਣ ਦਾ ਕੀ ਫਾਇਦਾ? ਕਹਿੰਦੇ ਵਕਤਾ ਇੰਝ ਬੋਲੇ ਕਿ ਜਿਵੇਂ ਦਰਸ਼ਕ ਦੇ ਸੁਣਨ ਵਾਲੇ ਦੇ ਅੰਦਰੋਂ ਬੋਲਦਾ ਪਿਆ। ਸਾਡੇ ਕੋਲ ਗੁਰਬਾਣੀ 'ਚ ਮਾਡਲ ਸੀ ਇਹ, ਗੁਰੂ ਨਾਨਕ ਸਾਹਿਬ ਦੇ ਅੱਗੇ ਜੇ ਬੰਦਾ ਪਰਸ਼ੀਅਨ ਜਾਣਨ ਵਾਲਾ, ਜੇ ਮੰਨ ਲਓ ਤੁਸੀਂ ਸਾਰੇ ਪੰਜਾਬੀ ਜਾਣਦੇ ਹੋ, ਹਿੰਦੀ ਜਾਣਦੇ ਹੋ, ਅਤੇ ਮੈਂ ਤੁਹਾਡੇ ਸਾਹਮਣੇ ਪਰਸ਼ੀਅਨ ਬੋਲੀ ਜਾਂਦਾ, ਜਾਂ ਕਰਜ਼ ਗੁਫਤਮ ਪੇਸ਼ੋ ਦਰਗੋਸ ਖੁਨ ਕਰਤਾਰ ਚੂੰਕਾਰ ਅਜ਼ ਹਮਾ ਹੀਲ ਅਤੇ ਦਰਗ ਜਸ਼, ਤੁਸੀਂ ਕਹਿੰਦੇ ਹੈ ਕੀ? ਇਹ ਥੋੜ੍ਹੀ ਤੁਹਾਨੂੰ ਸੁਣਦਾ ਨਹੀਂ ਪਿਆ, ਕਿਸੇ ਫਿਜ਼ਿਕਸ ਵਾਲੇ ਬੰਦੇ ਤੋਂ ਮੇਰਾ ਡੈਸੀਬਲ ਚੈੱਕ ਕਰਾਓ, ਉਹ ਉਸਦੇ ਵੱਧ ਹੋਵੇ। ਪਰ ਕਿਉਂਕਿ ਤੁਹਾਡੇ ਅੰਦਰ ਉਹ ਫਲੋਪੀ ਨਹੀਂ ਹੈਗੀ, ਇਸ ਕਰਕੇ ਡੀਕੋਡ ਨਹੀਂ ਹੋ ਰਿਹਾ। ਗੁਰੂ ਨਾਨਕ ਸਾਹਿਬ ਜਦੋਂ ਉਹਨਾਂ ਦੇ ਸਾਹਮਣੇ ਫਾਰਸੀ ਜਾਣਨ ਵਾਲਾ ਬੰਦਾ ਬੈਠਾ, ਉਹ ਫਾਰਸੀ 'ਚ ਲਿਖਦੇ ਪੜ੍ਹ, ਔਰ ਬਹੁਤਿਆਂ ਨੂੰ ਬੋਲਣੀ ਨਹੀਂ ਆਉਂਦੀ। ਉਹ ਕਹਿੰਦੇ ਜੱਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਿਦਕਾਰ। ਗੁਰੂ ਗੋਬਿੰਦ ਸਿੰਘ ਵੀ ਇੱਦਾਂ ਕਰਦੇ ਨੇ, ਚੂੰਕਾਰ ਅਰਜ਼ ਹਮਾ ਹੀਲ ਅਤੇ ਦਰਗੁਜਸ਼ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਕਸ। ਜੇ ਉਹਨਾਂ ਦੇ ਕੋਲ ਸਿੱਧ ਨੇ ਤੇ ਸਿੱਧ ਗੋਸ਼ਟ 'ਚ ਉਹਨਾਂ ਦੇ ਸੰਕਲਪਾਂ ਦੀ ਗੱਲ ਕਰਦੇ ਪੈਣ, ਜੇ ਨਾਥ ਨੇ ਉਹਨਾਂ ਦੀ ਭਾਸ਼ਾ ਮੁੰਦਾ ਸੰਤੋਖ ਜਿਹੜਾ ਅਸੀਂ ਵਾਰ ਵਾਰ ਪੜ੍ਹਦੇ ਹਾਂ, ਸਰਮ ਪਰ ਜੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਰੰਡਾ ਪ੍ਰਤੀਤ ਆਈ ਪੰਥੀ ਸਟ ਜਮਾਤੀ ਮਨ ਗੀਤ। ਆਈ ਪੰਥੀ ਕੀ ਸੀ? ਨਾਥਾਂ ਦਾ ਫਿਰਕਾ ਸੀ, ਔਰ ਜਿਹਨੂੰ ਕੁਛ ਨਹੀਂ ਆਉਂਦਾ ਪਿਆ ਉਹਦੇ ਸਨਾਤ ਸਿੱਧੀ ਸਿੰਪਲ ਗੱਲ, ਮੋਰੀ ਡੋਲਚੋਂ ਲਾਇਆ ਭੈਣੇ ਸਾਬਣ ਆਇਆ। ਸੋ ਇਹਦਾ ਮਤਲਬ ਭਾਸ਼ਾ ਨਹੀਂ ਇੰਪੋਰਟੈਂਟ, ਭਾਸ਼ਾ ਦੀ ਸ਼ੁੱਧਤਾ ਨਾਲੋਂ ਸੰਚਾਰ ਦਾ ਸਹਿਜ ਕਿਤੇ ਜ਼ਿਆਦਾ ਮੁੱਲਵਾਨ ਹੈ। ਜਦੋਂ ਅਸੀਂ ਭੁੱਲ ਗਏ, ਭਾਸ਼ਾ ਦਾ ਸੰਬੰਧ ਕਿਸੇ ਜਾਤ ਨਾਲ ਨਹੀਂ ਹੁੰਦਾ, ਨਸਲ ਨਾਲ ਨਹੀਂ ਹੁੰਦਾ, ਧਰਮ ਨਾਲ ਨਹੀਂ ਹੁੰਦਾ। ਅਸੀਂ ਕੀ ਕੀਤਾ, ਇਹ ਅੰਗਰੇਜ਼ਾਂ ਨੇ ਸਾਡੇ ਨਾਲ, ਕਿਉਂਕਿ ਉਹਨਾਂ ਨੂੰ ਪਤਾ ਸੀ ਅਸੀਂ ਮੰਨੇ ਪਰਮੰਨੇ ਮੂਰਖ ਆ ਸਦੀਆਂ ਦੇ, ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੂੰ ਲੜਾਉਣ ਦੇ ਤਰੀਕੇ ਨੇ,
ਕਿਤੇ ਭਾਸ਼ਾ, ਕਿਤੇ ਧਰਮ, ਕਿਤੇ ਰੰਗ, ਕਿਤੇ ਜਾਤ, ਕਿਤੇ ਨਸਲ, ਉਹਦੇ ਨਾਲ ਲੜਾਇਆ ਉਹਨਾਂ ਨੇ ਲੋਕਾਂ ਨੂੰ। ਰਾਜ ਕਰਨ ਦੇ ਤਰੀਕੇ ਹੁੰਦੇ ਨੇ, ਜਿਹੜੀ ਰਾਜ ਕਰਨ ਦੀ ਸ਼੍ਰੇਣੀ ਹੈ। ਔਰ ਉਹਨਾਂ ਨੇ ਹੀ ਇਹ ਸਾਨੂੰ ਸੰਕਲਪ ਦਿੱਤਾ ਕਿ ਪੰਜਾਬੀ ਕਿਹਨਾਂ ਦੀ ਭਾਸ਼ਾ, ਸਿੱਖਾਂ ਦੀ, ਹਿੰਦੀ ਕਿਹਦੀ, ਹਿੰਦੂਆਂ ਦੀ, ਉਰਦੂ ਕਿਹੜਾ, ਮੁਸਲਮਾਨਾਂ ਦਾ, ਇਹੋ ਜਿਹੀ ਗੱਲ ਹੀ ਕੋਈ ਨਹੀਂ ਸੀ। ਮੱਧ ਕਾਲ ਦੇ ਵਿੱਚ ਲਿਖਣ ਵਾਲੇ ਜ਼ਿਆਦਾ ਮੁਸਲਮਾਨ ਕਵੀ ਨੇ ਜਿਹੜੇ ਪੰਜਾਬੀ ਜ਼ੁਬਾਨ 'ਚ ਲਿਖਦੇ ਪੈਣੇ, ਜਿੰਨੇ ਕਿੱਸਾਕਾਰ ਨੇ ਉਹ ਦੇਖੋ ਤੁਸੀਂ। ਔਰ ਜਿਹੜੀ ਤੁਹਾਡੇ ਕੋਲ ਭਾਸ਼ਾ ਨਾ, ਹੁਣ ਪੰਜਾਬੀ ਭਾਸ਼ਾ ਜਿੰਨਾ ਅੱਖਰਾਂ ਨਾਲ ਅਸੀਂ ਲਿਖਦੇ ਹਾਂ ਉਹਨੂੰ ਲਿਪੀ ਕਹਿੰਦੇ ਹਾਂ। ਜਿਹੜੇ ਹੁਣ ਇੱਥੇ ਇੱਧਰਲੇ ਪੰਜਾਬ 'ਚ ਕਿਵੇਂ ਲਿਖਦੇ ਹਾਂ, ਗੁਰਮੁਖੀ 'ਚ, ਗੁਰਮੁਖੀ ਲਿਪੀ 'ਚ ਲਿਖ ਦਿੱਤਾ। ਔਰ ਪਾਕਿਸਤਾਨ 'ਚ ਕਿਹਦੇ ਨਾਲ ਲਿਖਦੇ ਹਾਂ, ਸ਼ਾਹਮੁਖੀ 'ਚ। ਸ਼ਾਹਮੁਖੀ ਦਾ ਨਾਂ ਬੜਾ ਔਖਾ ਸੀ, ਉਹਦਾ ਨਾਂ ਸੀ ਫਾਰਸੀ ਰਸਮੁਲ ਖਤ। ਕੋਈ ਸਾਨੂੰ ਕਹਿਣਾ ਨਹੀਂ ਸੀ ਆਉਂਦਾ, ਉਹਨਾਂ ਕਹਿੰਦਾ ਮੋਟਾ ਜਿਹਾ ਨਾਂ ਰੱਖੋ ਸ਼ਾਹਮੁਖੀ, ਸ਼ਾਹਾਂ ਦੇ ਮੁੱਖ ਤੋਂ ਨਿਕਲੀ ਹੋਈ, ਵਾਰਸ ਸ਼ਾਹ, ਬੁੱਲੇ ਸ਼ਾਹ, ਹਾਂਜੀ, ਇਹਨਾਂ ਦੇ ਮੁੱਖ 'ਚੋਂ ਨਿਕਲੀ ਹੋਈ ਭਾਸ਼ਾ ਸ਼ਾਹਮੁਖੀ ਜਿਹੜੀ ਅਖਵਾਈ। ਹੁਣ ਜਿਹੜੀ ਭਾਸ਼ਾ ਹੈ ਨਾ, ਜਦੋਂ ਤੁਸੀਂ ਇੱਕ ਭਾਸ਼ਾ ਸਿੱਖਦੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਕਿ ਦੂਜੀਆਂ ਭਾਸ਼ਾਵਾਂ ਨੂੰ ਨਫ਼ਰਤ ਕਰਨੀ ਤੁਸੀਂ। ਜਿਹੜਾ ਬੰਦਾ ਇੱਕ ਜ਼ੁਬਾਨ ਸਿੱਖ ਜਾਂਦਾ ਨਾ, ਉਹਦੇ ਲਈ ਦੂਜੀਆਂ ਜ਼ੁਬਾਨਾਂ ਸਿੱਖਣੀਆਂ ਬਹੁਤ ਸੌਖੀਆਂ ਨੇ। ਇਹ ਇੱਕ ਤਰੀਕੇ ਨਾਲ ਦਰਵਾਜ਼ਾ ਹੈ, ਜਦੋਂ ਭਾਸ਼ਾ ਆ ਜਾਂਦੀ ਹੈ, ਤੁਸੀਂ ਇਸ ਦਰਵਾਜ਼ੇ ਥਾਣੀ ਤੁਹਾਡੇ ਕੋਲ ਗਿਆਨ ਦੇ ਬਹੁਤ ਵੱਡੇ ਭੰਡਾਰ ਖੁੱਲ੍ਹਦੇ ਨੇ ਜਿਹੜੇ ਅਦਰਵਾਈਜ਼ ਬੰਦ ਹੁੰਦੇ। ਕੋਈ ਵੀ ਜ਼ੁਬਾਨ ਸਿੱਖਦੇ ਹੋ, ਔਰ ਅਸੀਂ ਆਮ ਤੌਰ 'ਤੇ ਜ਼ੁਬਾਨਾਂ ਦੀ ਤੁਲਨਾ ਕਰਦੇ ਹਾਂ ਕਿ ਪੰਜਾਬੀ ਨਹੀਂ ਚੰਗੀ ਜੀ, ਪੰਜਾਬੀ ਨਾਲੋਂ ਤਾਂ ਹਿੰਦੀ ਚੰਗੀ, ਹਿੰਦੀ ਨਾਲੋਂ ਤਾਂ ਅੰਗਰੇਜ਼ੀ ਚੰਗੀ। ਇਸ ਖਿੱਤੇ ਦੇ ਵਿੱਚ ਦੋ ਯੂਨੀਵਰਸਿਟੀਆਂ ਖੁੱਲ੍ਹੀਆਂ ਸੀ, 1962 'ਚ ਖੁੱਲ੍ਹੀ ਪੰਜਾਬੀ ਯੂਨੀਵਰਸਿਟੀ, ਤੁਹਾਡੇ 'ਚੋਂ ਬਹੁਤੇ ਪੈਦਾ ਨਹੀਂ ਸੀ ਹੋਏ ਤੋਂ। ਔਰ ਉਹਦੇ ਦੋ ਮਕਸਦ ਸੀ, ਇੱਕ ਉਹਦਾ ਮਕਸਦ ਇਹ ਸੀ ਕਿ ਪੰਜਾਬੀ ਜ਼ੁਬਾਨ ਵਿੱਚ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਬਾਰੇ, ਸਾਹਿਤ ਬਾਰੇ, ਸੱਭਿਆਚਾਰ ਬਾਰੇ ਦੱਸਿਆ ਜਾਵੇ। ਦੂਜਾ ਮਕਸਦ ਹੋਰ ਜ਼ਿਆਦਾ ਇੰਪੋਰਟੈਂਟ ਸੀ ਕਿ ਕਈ ਵਾਰ ਸਾਡੇ ਬੱਚੇ ਬਹੁਤ ਬ੍ਰਿਲੀਅੰਟ ਹੁੰਦੇ ਨੇ, ਮਗਰ ਉਹਨਾਂ ਨੂੰ ਅੰਗਰੇਜ਼ੀ ਨਾ ਆਉਣ ਕਰਕੇ, ਮਾਧਿਅਮ ਦੀ ਦਿੱਕਤ ਕਰਕੇ, ਉਹ ਕੁਝ ਸਮਝ ਨਹੀਂ ਸਕਦੇ। ਜੋ ਤੁਸੀਂ ਆਸਾਨੀ ਨਾਲ ਆਪਣੀ ਜ਼ੁਬਾਨ 'ਚ ਸਿੱਖ ਸਕਦੇ ਹੋ ਜਾਂ ਪ੍ਰਗਟ ਕਰ ਸਕਦੇ ਹੋ, ਦੂਸਰੀਆਂ ਜ਼ੁਬਾਨਾਂ 'ਚ ਉੰਨੀ ਜਲਦੀ ਨਹੀਂ ਪ੍ਰਗਟ ਕਰ ਸਕਦੇ। ਉਹਨਾਂ ਨੇ ਕਿਹਾ ਵੀ ਜਿੰਨਾ ਵੀ ਦੁਨੀਆਂ 'ਚ ਗਿਆਨ ਪੈਦਾ ਹੋ ਰਿਹਾ, ਚਾਹੇ ਉਹ ਸਾਇੰਸਿਸ 'ਚ, ਚਾਹੇ ਉਹ ਸੋਸ਼ਲ ਸਾਇੰਸਿਸ 'ਚ, ਚਾਹੇ ਉਹ ਕੰਪਿਊਟਰ 'ਚ, ਚਾਹੇ ਉਹ ਲੈਂਗੁਏਜਿਸ 'ਚ, ਉਹਨੂੰ ਸਾਰੇ ਨੂੰ ਆਪਣੀ ਜ਼ੁਬਾਨ 'ਚ ਲੋਕਾਂ ਤੱਕ ਪਹੁੰਚਾਇਆ ਜਾਵੇ। ਔਰ ਤੁਲਨਾ ਨਾ ਕੀਤੀ ਜਾਵੇ, ਇੱਕ ਰਸ਼ੀਅਨ ਰਾਈਟਰ ਹੈ ਰਸੂਲ ਹਮਜ਼ਾ ਤੋਂ, ਸਾਰਿਆਂ ਜਿਹਨੇ ਨਹੀਂ ਪੜ੍ਹੀ ਹੋਵੇ ਕਿਤਾਬ ਪੜ੍ਹੋ ਦੀ, ਮੇਰਾ ਦਾਗਿਸਤਾਨ, ਉਹ ਕਹਿੰਦਾ ਸੀ ਐਵੇਂ ਜਿਹਦੀ ਤੁਲਨਾ ਦੀ ਲੋੜ ਨਹੀਂ ਉਹ ਕਰੀ ਤੁਰੇ ਜਾ ਰਹੇ। ਉਹ ਕਹਿੰਦਾ ਬੱਕਰੀ ਨੂੰ ਇੱਕ ਵਾਰੀ ਵਹਿਮ ਹੋ ਗਿਆ ਕਿ ਮੇਰੀ ਪੂਛ ਬਹੁਤ ਛੋਟੀ ਹੈ, ਅਤੇ ਜੰਗਲ 'ਚ ਚਲੇ ਗਈ ਪੂਛ ਵੱਡੀ ਕਰਨ ਵਾਸਤੇ, ਪੁੱਛਦੇ ਇਹਨੂੰ ਪੁੱਛ, ਉਹਨੂੰ ਪੁੱਛ, ਉਹਨੂੰ ਪੁੱਛ। ਉਹ ਕਹਿੰਦੇ ਵੀ ਪੂਛ ਤਾਂ ਵੱਡੀ ਹੋਈ ਨਹੀਂ, ਨਾ ਹੀ ਹੋਣੀ ਸੀ। ਉਹ ਕਹਿੰਦੇ ਆਪਣੇ ਸਿੰਗ ਵੀ ਗੁਆ ਕੇ ਬਹਿ ਗਈ। ਜਿਹੜੀਆਂ ਦੁਨੀਆਂ ਦੇ ਵਿੱਚ 7000 ਜ਼ੁਬਾਨਾਂ ਬੋਲੀਆਂ ਜਾ ਰਹੀਆਂ, ਇਹ ਇੱਕ ਤਰੀਕੇ ਨਾਲ ਸਾਡੇ ਆਕਾਸ਼ ਦੇ ਸਿਤਾਰੇ ਨੇ ਜਿਨ੍ਹਾਂ ਦੇ ਵਿੱਚ ਦੁਨੀਆਂ ਭਰ ਦਾ ਗਿਆਨ ਸਾਂਭਿਆ ਪਿਆ। ਔਰ ਇਸ ਗਿਆਨ ਤੱਕ ਪਹੁੰਚਣ ਦਾ ਤਰੀਕਾ ਇਹੀ ਹੈ, ਜਿਸ ਵੀ ਸਮਾਜ ਨੂੰ, ਉਹਦੇ ਖਿੱਤੇ ਦੇ ਲੋਕਾਂ ਨੂੰ ਖਤਮ ਕਰਨਾ ਨਾ, ਉਹਦਾ ਸਭ ਤੋਂ ਵੱਡਾ ਤਰੀਕਾ ਕੀ ਹੈ,
ਉਹਨਾਂ ਦੀ ਭਾਸ਼ਾ ਨੂੰ, ਸਾਹਿਤ ਨੂੰ, ਸੱਭਿਆਚਾਰ ਨੂੰ ਖਤਮ ਕਰ ਦਿੱਤਾ। ਮਿਸਾਲ ਦੇ ਤੌਰ 'ਤੇ ਜਿਹੜੇ ਅੰਗਰੇਜ਼ ਆਏ ਨਾ, ਜਦੋਂ ਅੰਗਰੇਜ਼ਾਂ ਨੇ ਜਦੋਂ ਕਬਜ਼ਾ ਕੀਤਾ ਅਤੇ ਲੋਕਾਂ ਨੂੰ ਦਬਾਇਆ, ਅਤੇ ਉਹਨਾਂ ਨੇ ਪਹਿਲੀ ਗੱਲ ਕੀ ਕੀਤੀ ਵੀ ਆਪਣੇ ਹਥਿਆਰ ਜਮ੍ਹਾਂ ਕਰਾ ਦਿਓ। ਉਹਨਾਂ ਨੂੰ ਪਤਾ ਕਿ ਪੰਜਾਬੀ ਬੜੇ ਖਤਰਨਾਕ ਨੇ ਅਤੇ ਹਥਿਆਰ ਲਗਾ ਲਗਾ ਕੇ ਰੱਖਦੇ ਨੇ। ਵੱਖਰੀ ਗੱਲ ਆ, ਕਈ ਵਾਰੀ ਆਪਣੇ ਘਰਦਿਆਂ ਦੇ ਜਵਾਬ ਦਿੰਦੇ ਨੇ ਹਥਿਆਰ ਜਮ੍ਹਾਂ ਕਰਾਓ। ਜਿਹਨੇ ਹਥਿਆਰ ਜਮ੍ਹਾਂ ਕਰਾਉਣਾ ਨਾ, ਉਹਨੂੰ ਇੱਕ ਆਨਾ ਮਿਲਦਾ ਸੀ ਉਸ ਵੇਲੇ, ਇੱਕ ਆਨੇ ਦੀ ਬਹੁਤ ਵੈਲਿਊ ਹੁੰਦੀ ਸੀ। ਆ ਹੁਣ ਦੇ 1000 ਰੁਪਏ ਦੇ ਬਰਾਬਰ ਪਹੁੰਚ ਗਿਆ ਹੋਣਾ। ਮਗਰ ਜਿਹੜਾ ਬੰਦਾ ਕਾਇਦਾ ਜਮ੍ਹਾਂ ਕਰਾਉਂਦਾ ਸੀ ਗੁਰਮੁਖੀ ਦਾ, ਉਹਨੂੰ 6 ਆਨੇ ਦਿੰਦੇ ਸੀ, 6 ਗੁਣਾ ਜ਼ਿਆਦਾ, ਅਤੇ ਕਾਇਦਾ ਜਮ੍ਹਾਂ ਕਰਾਓ। ਫਿਰ ਉਹਨਾਂ ਨੇ ਕਾਇਦੇ ਸਾਰੇ, ਉਹਨਾਂ ਨੂੰ ਇਸ ਗੱਲ ਦਾ ਇਲਮ ਸੀ ਕਿ ਇਹਨਾਂ ਨੂੰ ਇਹਨਾਂ ਦੀ ਜ਼ੁਬਾਨ ਤੋਂ ਤੋੜ ਦਿਓ ਅਤੇ ਇਹ ਆਪਣੇ ਆਪ ਹੀ ਲੜਾਈ ਝਗੜਾ ਕਰਨ ਦੇ ਅਸਮਰੱਥ ਹੋ ਜਾਣਗੇ। ਇਹ ਜ਼ੁਬਾਨ 'ਚ ਕਿੰਨੀ ਕੁ ਸ਼ਕਤੀ ਹੈ। ਬਲਰਾਜ ਸਾਹਨੀ ਇੱਕ ਵਾਰੀ ਰਵਿੰਦਰ ਨਾਥ ਟੈਗੋਰ ਕੋਲ ਗਿਆ, ਉਹਨੂੰ ਕਹਿੰਦੇ ਕਿ ਮੈਂ ਕੁਛ ਪੋਇਟਰੀ ਲਿਖੀ ਹੈ, ਤੁਸੀਂ ਇਹ ਪੜ੍ਹੋ। ਅਤੇ ਉਹਨੇ ਕਿਹਾ ਵੀ ਕਿੱਥੋਂ ਆਇਆ? ਕਹਿੰਦਾ ਪੰਜਾਬ ਤੋਂ ਆਇਆ। ਉਹ ਕਹਿੰਦੇ ਕਿ ਤੂੰ ਅੰਗਰੇਜ਼ੀ 'ਚ ਕੋਈ ਲਿਖਦਾ? ਉਹ ਕਹਿੰਦਾ ਜੀ ਮੇਰੀ ਭਾਸ਼ਾ 'ਚ ਨਾ ਇੰਨੀ ਸਮਰੱਥਾ ਨਹੀਂ। ਉਹ ਕਹਿੰਦੇ ਤੂੰ ਉਸੇ ਭਾਸ਼ਾ 'ਚੋਂ ਆਇਆ ਨਾ ਜਿੱਥੇ ਬਾਬਾ ਨਾਨਕ ਹੈ, ਜਿੱਥੇ ਬੁੱਲੇ ਸ਼ਾਹ ਹੈ। ਉਹਦੀਆਂ ਗੱਲਾਂ ਮੈਂ ਤੁਹਾਡਾ ਬਾਅਦ 'ਚ ਕਰਦਾ। ਕਹਿੰਦੇ ਤੈਨੂੰ ਪਤਾ ਵੀ ਬਾਬੇ ਨਾਨਕ ਨੇ ਜਿਹੋ ਜਿਹੀ ਆਰਤੀ ਲਿਖੀ ਹੈ, ਸਾਰੀ ਦੁਨੀਆਂ 'ਚ ਉਹੋ ਜਿਹੀ ਕੋਈ ਆਰਤੀ ਨਹੀਂ ਲਿਖ ਸਕਿਆ। ਗਗਨ ਮੈਂ ਥਾਲ ਰਵੀ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਗੁਰੂ ਮਲਿਆਲੋ ਪਵਨ ਚਬਰੋ ਕਰੇ ਸਗਲ ਬਦਲਾਏ ਤੂੰ। ਉਸ ਤੋਂ ਬਾਅਦ ਬਲਰਾਜ ਸਾਹਨੀ ਨੇ ਕਿਸੇ ਵੀ ਹੋਰ ਜ਼ੁਬਾਨ 'ਚ ਇੱਕ ਅੱਖਰ ਨਹੀਂ ਲਿਖਿਆ। ਪੰਜਾਬੀ ਜ਼ੁਬਾਨ ਨਾਲ ਉਹ ਇੰਨਾ ਜ਼ਿਆਦਾ ਜੁੜ ਗਿਆ। ਸੋ ਇਹ ਜਿਹੜੀਆਂ ਇੱਕ ਭਾਸ਼ਾ ਨਾਲ ਜੁੜਨ ਦਾ ਅਰਥ ਇਹ ਨਹੀਂ ਕਿ ਦੂਜੀਆਂ ਭਾਸ਼ਾਵਾਂ 'ਤੇ ਟੁੱਟ ਜਾਈਏ। ਗਿਆਨ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਰੀ ਜ਼ਿੰਦਗੀ ਬੰਦੇ ਨੇ ਸਿੱਖਣਾ, ਔਰ ਤਦੇ ਹੀ ਸਿੱਖ ਸਕੇਗਾ ਜੇ ਉਹਦੇ ਕੋਲ ਵੱਧ ਤੋਂ ਵੱਧ ਭਾਸ਼ਾਵਾਂ ਦੀ ਰਾਸ ਪੂੰਜੀ ਹੋਵੇਗੀ। ਅਗਲੀ ਗੱਲ ਜਿਹੜੀ ਇੰਪੋਰਟੈਂਟ ਉਹ ਹੈ ਤੁਹਾਡੇ ਲਿਟਰੇਚਰ ਬਾਰੇ। ਸਾਹਿਤ ਕੀ ਹੈ? ਸਾਹਿਤ ਸ਼ਬਦਾਂ ਦੀ ਕਲਾ, ਠੀਕ ਹੈ ਨਾ? ਜਿਵੇਂ ਤੁਹਾਡੀ ਚਿੱਤਰਕਾਰੀ ਦੇ ਵਿੱਚ ਰੰਗ ਵਰਤਦੇ ਹੋ, ਪੱਥਰ ਕਲਾ ਦੇ ਵਿੱਚ ਪੱਥਰ ਵਰਤਦੇ ਹੋ, ਇਸ ਮੂਰਤੀ ਕਲਾ 'ਚ ਪੱਥਰ ਇਸਤੇਮਾਲ ਕਰਦੇ ਹੋ, ਔਰ ਸੰਗੀਤ ਦੇ ਵਿੱਚ ਧੁਨਾ ਇਸਤੇਮਾਲ ਕਰਦੇ ਹੋ, ਇਸੇ ਤਰ੍ਹਾਂ ਜਿਹੜਾ ਲਿਟਰੇਚਰ ਇਹਨੂੰ ਵਰਬਲ ਆਰਟ ਕਹਿੰਦੇ ਹਾਂ। ਹੁਣ ਭਾਸ਼ਾ ਸ਼ਬਦਾਂ ਦੇ ਨਾਲ ਬਣਦੀ ਹੈ, ਪਰ ਸ਼ਬਦ ਭਾਸ਼ਾ ਨਹੀਂ ਹੁੰਦੇ, ਠੀਕ ਹੈ ਨਾ? ਜੇ ਸ਼ਬਦਾਂ ਨੂੰ ਇਕੱਠਿਆਂ ਕਰਦੇ ਹੋ, ਉਹਦੇ 'ਚ ਕੋਈ ਹੋਰ ਚੀਜ਼ ਹੈ ਜਿਹੜੀ ਉਹਨੂੰ ਲਿਟਰੇਚਰ ਬਣਾਉਂਦੀ ਹੈ। ਕੋਈ ਕਹਿੰਦੇ ਸੀ ਉਹਦੇ 'ਚ ਕਲਪਨਾ ਹੁੰਦੀ ਹੈ, ਕੋਈ ਕਹਿੰਦੇ ਜੀ ਭਾਵ ਹੁੰਦਾ, ਕੋਈ ਕਹਿੰਦੇ ਬੁੱਧੀ ਹੁੰਦੀ ਹੈ, ਮਗਰ ਉਹਦੇ 'ਚ ਇੱਕ ਹੋਰ ਚੀਜ਼ ਹੈ, ਕੋਈ ਕਹਿੰਦੇ ਗਿਆਨ ਹੁੰਦਾ। ਇਕੱਲੇ ਸ਼ਬਦ ਕਦੀ ਸਾਹਿਤ ਨੂੰ ਨਹੀਂ ਬਣਾਉਂਦੇ। ਅਸੀਂ ਆਮ ਤੌਰ 'ਤੇ ਕੋਟ ਕਰਦੇ ਹੁੰਦੇ ਹਾਂ ਵੀ ਖੜਕ ਸਿੰਘ ਕੇ ਖੜਕਣੇ ਸੇ ਖੜਕਦੀ ਹੈ ਖਿੜਕੀਆਂ, ਖਿੜਕੀਆਂ ਕੇ ਖੜਕਣੇ ਸੇ ਖੜਕਦਾ ਹੈ ਖੜਕ ਸਿੰਘ। ਇਹ ਸਾਹਿਤ ਨਹੀਂ ਹੈਗਾ। ਸਾਹਿਤ ਨੂੰ ਸਾਹਿਤ ਬਣਾਉਣ ਵਾਲੀ ਚੀਜ਼ ਮਾਨਵੀ ਅਰਥ ਨੇ। ਜਦੋਂ ਸ਼ਬਦਾਂ ਦੇ ਵਿੱਚ ਮਾਨਵੀ ਅਰਥ ਆਉਂਦੇ ਨੇ ਔਰ ਉਹਨਾਂ ਦੇ ਵਿੱਚ ਸੋਚ ਦੀ ਭਾਵਨਾ ਆਉਂਦੀ ਹੈ, ਲੇਖਕ ਦਾ ਨਜ਼ਰੀਆ ਆਉਂਦਾ, ਉਦੋਂ ਲਿਟਰੇਚਰ ਬਣਦਾ। ਔਰ ਸਾਹਿਤਕਾਰ ਕੀ ਕਰਦਾ? ਸ਼ਬਦਾਂ ਨੂੰ ਰਿਐਲਿਟੀ ਤੋਂ ਚੁੱਕ ਕੇ ਇਮੈਜੀਨੇਸ਼ਨ ਦੇ ਲੈਵਲ 'ਤੇ ਲਿਜਾਂਦਾ ਅਤੇ ਇਸ ਤੋਂ ਉੱਪਰ ਤੇ ਇੱਦਾਂ ਪੇਸ਼ ਕਰਦਾ ਕਿ ਜਿਹੜਾ ਵੀ ਪੜ੍ਹਦਾ ਉਹਨੂੰ ਲੱਗਦਾ ਤਾਂ ਮੇਰੀ ਗੱਲ ਹੈ। ਉਰਦੂ 'ਚ ਕਹਿੰਦੇ ਮੇਰੀ ਦਾਸਤਾਂ ਕੋ ਜ਼ਰਾ ਸਾ ਬਦਲ ਕਰ ਮੁਝੇ ਹੀ ਸੁਣਾਇਆ ਸਵੇਰੇ ਸਵੇਰੇ।
ਜਦੋਂ ਅਸੀਂ ਪੜ੍ਹਦੇ ਮੰਗਦੇ ਤਾਂ ਸਾਡੀ ਗੱਲ ਹੈ। ਉਹਦਾ ਜਿਹੜਾ ਤੁਹਾਡੇ ਕੋਲ ਅਰਿਸਟੋਟਲ ਪਹਿਲਾ ਬੰਦਾ ਅੱਜ ਤੋਂ 2500 ਸਾਲ ਪਹਿਲਾਂ ਪੈਦਾ ਹੋਇਆ, ਜਿਹਨੇ ਪਹਿਲੀ ਵਾਰ ਇਹ ਗੱਲ ਕਹੀ ਕਿ ਲਿਟਰੇਚਰ ਜਿਹੜਾ ਇਹ ਤਾਂ ਹਿਸਟਰੀ ਤੋਂ ਵੀ ਜ਼ਿਆਦਾ ਪਾਵਰਫੁਲ ਹੈ। ਉਹਦਾ ਉਸਤਾਦ ਸੀ ਪਲੈਟੋ, ਪਲੈਟੋ ਦੇ ਪਿੱਛੇ ਸੋਕਰੇਟਿਸ ਸੀ, ਉਸ ਤੋਂ ਅੱਗੇ ਲੌਂਜਾਈਨਸ ਆਇਆ ਅਰਿਸਟੋਟਲ ਤੋਂ ਬਾਅਦ। ਉਹ ਕਹਿੰਦਾ ਕਿ ਹੁਣ ਪੁੱਛਿਆ ਕਿ ਵਟ ਇਜ਼ ਦਾ ਡਿਫਰੈਂਸ ਬਿਟਵੀਨ ਲਿਟਰੇਚਰ ਐਂਡ ਹਿਸਟਰੀ, ਉਹ ਕਹਿੰਦਾ ਦੇਰ ਇਜ਼ ਨਥਿੰਗ ਟਰੂ ਐਕਸੈਪਟ ਨੇਮਸ ਐਂਡ ਡੇਟਸ ਇਨ ਹਿਸਟਰੀ, ਬਟ ਇਨ ਲਿਟਰੇਚਰ ਐਵਰੀਥਿੰਗ ਇਜ਼ ਟਰੂ ਐਕਸੈਪਟ ਨੇਮਸ ਐਂਡ ਡੇਟਸ। ਵੀ ਇਹਦੇ ਵਿੱਚ ਜੋ ਕੁਛ ਕਿਹਾ ਗਿਆ ਨਾ, ਤੁਹਾਨੂੰ ਬੰਦੇ ਹੌਸਲਾ ਉਹ ਨਾ ਲੱਭਣ, ਘਟਨਾਵਾਂ ਉਹੋ ਜਿਹੀਆਂ ਨਾ ਲੱਭਣ, ਪਰ ਜੋ ਵਿੱਚ ਕਿਹਾ ਨਾ ਉਹ ਸੱਚ ਹੈ। ਜਿਹੜਾ ਪੰਜਾਬੀ ਲਿਟਰੇਚਰ ਹੈ ਇਹਦੇ ਵਿੱਚ ਤੁਹਾਡੇ ਕੋਲ ਸਿੱਧ ਨਾਥ, ਉਸ ਤੋਂ ਬਾਅਦ ਗੁਰੂ ਸਾਹਿਬ, ਉਸ ਤੋਂ ਬਾਅਦ ਸੂਫੀ, ਕਿੱਸੇ, ਵਾਰਾਂ, ਜੰਗਨਾਮੇ, ਪੁਰਾਤਨ ਵਾਰਤਕ, ਇਹ ਵੱਧ ਕਾਲ 1850 ਤੱਕ। ਇਕੱਲੇ ਇਕੱਲੇ ਬਾਰੇ ਗੱਲ ਕਰਨੀ ਹੋਵੇ ਤਾਂ ਹਫ਼ਤਾ ਹਫ਼ਤਾ ਚਾਹੀਦਾ ਇੱਕ, ਮਗਰ ਇਹਦੇ 'ਚ ਹੈ ਕੀ ਇਹ ਜ਼ਿਆਦਾ ਇੰਪੋਰਟੈਂਟ। ਹੁਣ ਗੁਰੂ ਨਾਨਕ ਸਾਹਿਬ ਨੇ ਮਿਸਾਲ ਦੇ ਤੌਰ 'ਤੇ ਜਿਹੜੇ ਸਾਰੀ ਗੁਰਬਾਣੀ ਦੇ 1430 ਪੰਨੇ ਨੇ, ਔਰ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਅਮੀਰ ਬੰਦੇ ਦੇ, ਕਿਸੇ ਰਾਜ ਕਰਨ ਵਾਲੇ ਬੰਦੇ ਦੇ, ਕਿਸੇ ਜ਼ਾਲਮ ਬਾਰੇ ਇੱਕ ਸ਼ਬਦ ਨਹੀਂ ਉਹਦੇ ਹੱਕ 'ਚ ਲਿਖਿਆ। ਇਹਦਾ ਮਤਲਬ ਕਿਹਦੇ ਨਾਲ ਖੜੀ ਹੈ? ਉਹਨਾਂ ਬੰਦਿਆਂ ਨਾਲ ਜਿਹਨਾਂ ਵਧੀਕੀਆਂ ਹੁੰਦੀਆਂ, ਜਿਹਨਾਂ ਜ਼ਿਆਦਤੀਆਂ ਹੁੰਦੀਆਂ, ਜਿਹਨੂੰ ਗੁਰੂ ਸਾਹਿਬ ਆਪ ਕਹਿੰਦੇ ਨੇ ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ, ਜਾਂ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕਾ ਸੰਗ ਸਾਥ ਵੱਡਿਆਂ ਸੋ ਕਹਿ ਰਹੀ ਸੀ। ਔਰ ਤੁਹਾਨੂੰ ਤੁਹਾਡੇ ਜ਼ਿਹਨਾਂ ਦੇ ਵਿੱਚ ਸਵਾਲ ਬੀਜਦੇ ਨੇ। ਵੱਖਰੀ ਗੱਲ ਹੈ ਕਿ ਥੋੜ੍ਹੀ ਦੇਰ ਪਿੱਛੋਂ ਹੋਰ ਦੇਖ ਲਓ ਤੁਸੀਂ, ਜਿਵੇਂ ਅਸੀਂ ਜ਼ੁਬਾਨ ਤੋਂ ਟੁੱਟਦੇ ਜਾ ਰਹੇ ਹਾਂ, ਸਾਰੇ ਤੋਂ ਟੁੱਟਦੇ ਜਾ ਰਹੇ, ਸਾਨੂੰ ਸਮਝ ਨਹੀਂ ਆਉਣਾ। ਜਿਵੇਂ ਤੁਸੀਂ ਪਾਕਿਸਤਾਨ ਜਾਓ ਅਤੇ ਉਹਨਾਂ ਨੂੰ ਕਹਿੰਦੇ ਆ ਵੀ ਬੋਲੀ ਜਾ ਰਹੇ ਹੋ ਲਾ ਇਲਾ ਲੱਲਾ ਬਾ ਮੁਹੰਮਦ ਰਸੂਲ ਲੱਲਾ, ਇਹਦੇ ਮਤਲਬ ਕੀ ਨੇ? ਉਹਨਾਂ ਦਾ ਪਾਠ ਹੁੰਦਾ ਹੈ। ਸਾਡੇ ਵੀ ਇੱਦਾਂ ਹੀ ਹੈ, ਅਸੀਂ ਬੋਲੀ ਜਾ ਰਹੇ ਹਾਂ, ਸਾਨੂੰ ਸਮਝ ਨਹੀਂ ਆਉਂਦਾ। ਮੈਂ ਇੰਗਲੈਂਡ ਦੇ ਵਿੱਚ ਸੀਗਾ ਅਤੇ ਮੈਨੂੰ ਉੱਥੇ ਮੇਰਾ ਦੋਸਤ ਕਹਿੰਦਾ, ਕਹਿੰਦਾ ਦੇਖ ਸਾਡੀ ਨਵੀਂ ਜਿਹੜੀ ਪੀੜ੍ਹੀ ਆਈ ਹੈ ਨਾ ਪੌਦ, ਇਹ ਪੰਜਾਬੀ ਪੜ੍ਹ ਲੈਂਦੀ ਹੈ। ਉਹ ਮੈਂ ਨਾ ਕੀਰਤਨ ਕਰਨ ਲੱਗਾ ਸੀ ਮੁੰਡਾ ਕਿੱਥੇ, ਉਹਨੂੰ ਮੈਂ ਸੁਣਨ ਵਾਸਤੇ ਬਹਿ ਗਿਆ। ਉਹਨਾਂ ਬੋਲੇ ਮੋਤੀ ਹੁਣ ਜਿਹੜੀ ਚੀਜ਼ ਦੀ ਤੁਸੀਂ ਸਮਝ ਨਹੀਂ ਨਾ ਹੈਗੀ, ਉਹਦਾ ਪ੍ਰੋਨਾਂਸੀਏਸ਼ਨ ਠੀਕ ਨਹੀਂ ਹੋ ਸਕਦਾ ਕਦੀ। ਮੈਂ ਉੱਠ ਕੇ ਅੱਗੇ ਚਲਾ ਗਿਆ, ਅੱਗੇ ਜਾ ਕੇ ਦੇਖਿਆ ਉਹ ਰੋਮਨ 'ਚ ਲਿਖਿਆ ਗੁਟਕਾ ਸੀ ਅਤੇ ਸ਼ਬਦ ਪੜ੍ਹ ਰਿਹਾ ਸੀ, ਮੋਤੀ ਦਾ ਮੰਦਰ ਉਸਰਾ ਰਤਨੀ ਦਾ ਹੋਏ ਜੜਾਓ, ਕਸਤੂਨ ਖੂੰਹ ਗਗਨ ਚੰਦਨ ਲਈ ਪਾਵੇ ਚਾਓ, ਮਤ ਦੇਖ ਭੂਲਾ ਵਿਸਰੇ ਤਰਚਿਤ ਨਾ ਆਵੇ ਨਾਲ, ਮੈਂ ਆਪਣਾ ਗੁਰਪੂਸ ਦੇਖਿਆ ਪਰ ਨਾ ਹੀ ਕੁਛ ਹੋ ਰਹਾ। ਮੈਂ ਉਹਨੂੰ ਕਿਹਾ ਮੈਂ ਡਾਕਟਰ ਸਾਹਿਬ ਉੱਠੋ ਚਲੀ ਗਏ, ਕਹਿੰਦੇ ਕਈ ਵਾਰ ਪਸੰਦ ਨਹੀਂ ਆ, ਮੈਂ ਨਹੀਂ ਜ਼ਿਆਦਾ ਪਸੰਦ ਆ ਗਿਆ ਇਸ ਕਰਕੇ ਉੱਠ ਕੇ ਚਲੇ ਗਏ। ਹੁਣ ਗੁਰੂ ਸਾਹਿਬ ਸਾਡੇ ਅੰਦਰ ਸਵਾਲ ਬੀਜਦੇ ਪੈਣੇ, ਜੇ ਰੱਤ ਲੱਗੇ ਕੱਪੜੀ ਜਾਮਾ ਹੋਏ ਕਲੀਪ, ਕੱਪੜਿਆਂ ਨੂੰ ਖੂਨ ਲੱਗ ਜਾਏ, ਗੰਦ ਲੱਗ ਜਾਏ, ਤਬਾਹ ਹੋ ਜਾਏ। ਕਹਿੰਦਾ ਜੋ ਰੱਤ ਪੀਵਨ ਮਾਨਸਾ ਤਿੰਨ ਕਿਉਂ ਨਿਰਮਲ ਸੀ, ਔਰ ਬਾਬੇ ਦੇ ਕੋਲੋਂ ਬੇਸ਼ੱਕ ਚੱਕੀ ਵਸਾਈ ਉਹਨਾਂ ਨੇ, ਪਰ ਬਾਬਾ ਨਾਨਕ ਬਾਬਰ ਦੇ ਖਿਲਾਫ ਬੋਲੋ ਨਹੀਂ ਹਟਿਆ। ਬਾਬਰ ਦੇ ਕਹਿੰਦਾ ਜਿਨ ਸਿਰ ਸੋਹਣ ਪੱਟੀਆਂ, ਮਾਂਗੀ ਪਾਏ ਸੰਧੂਰ, ਸਿਰ ਸਿਰ ਕਰਤੀ ਮੁੰਨੀਆਂ, ਗਲ ਵਿੱਚ ਆਵੇ ਧੂਰ,
ਬੈਲਾਂ ਅੰਦਰ ਹੁੰਦੀਆਂ ਹੁਣ ਬਾਹਰ ਨਾ ਮਿਲਣ ਹਜ਼ੂਰ ਆਦੇਸ਼ ਤੇ ਸਹਿ ਆਦੇਸ਼ ਆਦਿ ਪੁਰਖ ਤੇ ਅੰਤ ਨਾ ਪਾਇਆ ਕਰ ਕਰ ਵੇਖੇ ਜਿਸ ਔਰ ਰਾਜੇ ਸ਼ੀਂ ਮੁਕੱਦਮ ਕੁੱਤੇ ਇਸ ਜ਼ੁਬਾਨ 'ਚ ਕੋਈ ਕਹਿ ਸਕਦਾ ਜਦੋਂ ਜ਼ੁਲਮ ਦਾ ਰਾਜ ਹੋਏ ਇਸ ਭਾਸ਼ਾ 'ਚ ਬੋਲਣਾ ਸੌਖਾ ਕਿਤੇ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਬਾਬਾ ਫਰੀਦ ਜੇ ਪੂਰੀ ਪਰੰਪਰਾ ਦੇਖਦੇ ਹੋ ਤਾਂ ਬਾਬਾ ਫਰੀਦ ਨੇ ਸ਼ਾਹ ਹੁਸੈਨ ਨੇ ਅਲੀ ਤੁਹਾਡੇ ਸੁਲਤਾਨ ਬਾਹੂ ਹੈ ਬੁੱਲੇ ਸ਼ਾਹ ਹੈ ਇਹ ਸਾਡੇ ਸਾਰੇ ਪੋਇਟਸ ਨੇ ਔਰ ਕਿੰਨੀ ਜੁਰਤ ਨਾਲ ਲਿਖਦੇ ਪੈਣੇ ਉਹ ਕਹਿੰਦਾ ਲਿਖਣ ਸਿੱਖਿਓ ਸੁਲਤਾਨ ਬਾਹੂ ਲਿਖਦੇ ਆ ਲਿਖਣਾ ਜਾਤਾ ਕਾਗਜ਼ ਕੀਤਾ ਜ਼ਾਇਆ ਹੋ ਕੱਤ ਕਲਮ ਨੂੰ ਮਾਰਨਾ ਜਾਣੇ ਕਾਤਬ ਨਾਮ ਧਰਾਇਆ ਸਭ ਸਲਾਹ ਤੇਰੀ ਹੋਸੀ ਖੋਟੀ ਜਾਂ ਕਾਤਬ ਹੱਥ ਆਇਆ ਹੋ ਸਹੀ ਸਲਾਹ ਤੇਨਾ ਦੀ ਬਾਹੂ ਜਿਹਨਾਂ ਅਲਫ ਤੇ ਮੀਮ ਪਕਾਇਆ ਬੁੱਲੇ ਸ਼ਾਹ 18ਵੀਂ ਸਦੀ ਦੇ ਵਿੱਚ ਤੁਹਾਨੂੰ ਪਤਾ ਕਿ ਉਹਨੂੰ ਕਸੂਰ ਦੇ ਵਿੱਚੋਂ ਕੱਢ ਦਿੱਤਾ ਉਹਨਾਂ ਬਾਹਰ ਬੈਠਾ ਰਿਹਾ ਵਿਚਾਰਾ ਮਗਰ ਆਪਣੀ ਗੱਲ ਕਹਿਣ ਨੂੰ ਵੀ ਹਟਿਆ ਕਿਉਂਕਿ ਅਸੀਂ ਸਾਰਾ ਦਿਨ ਜ਼ੋਰ ਲਾਉਂਦੇ ਹਾਂ ਆਪਣੇ ਆਪ ਨੂੰ ਰੰਡਣ 'ਤੇ ਆਪਣੇ ਬੁਢਾਪੇ ਨੂੰ ਲੁਕਾਉਣ ਅਤੇ ਜਵਾਨ ਲੱਗਣ 'ਤੇ ਉੱਥੇ ਮੋਟਾ ਕਰਕੇ ਲਿਖਿਆ ਜਾ ਜਾ ਕੇ ਆਖੋ ਬੁੱਢੇ ਨੂੰ ਕਿਉਂ ਕਾਲੇ ਕਰਦਾ ਬੱਗੇ ਨੂੰ ਜਾਂ ਆਖਰ ਨੂੰ ਮਰਨਾ ਹੈ ਤਾਂ ਮੂੰਹ ਕਾਲਾ ਕਿਉਂ ਕਰਨਾ ਫਿਰ ਉਹਨੇ ਲਿਖਿਆ ਧਰਮਸ਼ਾਲਾ ਧਰਵਾਈ ਵਾਸਤੇ ਠੱਕਰ ਦੁਆਰੇ ਠੱਗ ਵਿੱਚ ਮਸੀਤੀ ਕੁਸਤੀ ਵਾਸਤੇ ਅਤੇ ਆਸ਼ਕ ਰਹਿਣ ਅਲੱਗ ਇਹ ਸਿਰਫ ਕਹਿੰਦੇ ਨਹੀਂ ਪੈ ਜੋ ਦੇਖਦੇ ਪੈਣੇ ਉਹ ਸੋਚਦੇ ਪੈਣੇ ਜੋ ਸੋਚਦੇ ਪੈਣੇ ਉਹ ਬੋਲਦੇ ਪੈਣੇ ਜੋ ਬੋਲਦੇ ਪੈਣੇ ਉਹ ਲਿਖਦੇ ਪੈਣੇ ਸਭ ਤੋਂ ਵੱਡੀ ਗੱਲ ਬੁੱਲੇ ਸ਼ਾਹ ਦੀ ਇੱਕ ਗੱਲ ਸੁਣ ਲਾਈਆਂ ਹੁਣ ਤੁਹਾਡਾ ਧਿਆਨ ਟਿਕਾਣੇ 'ਤੇ ਆਏ ਕਹਿੰਦਾ ਦੇਖ ਅਸਮਾਨਾਂ 'ਤੇ ਉੱਡਦੇ ਪੰਛੀ ਦੇਖ ਅਸਮਾਨਾਂ 'ਤੇ ਉੱਡਦੇ ਪੰਛੀ ਦੇਖ ਤੇ ਸਹੀ ਕੀ ਕਰਦੇ ਨੇ ਸਾਡੀ ਧਰਤੀ ਦੇ ਉੱਤੇ ਨਾ ਸਾਡੇ ਕੋਲ ਜ਼ਮੀਨ ਦੀ ਕਮੀ ਹੈ ਨਾ ਪੈਸੇ ਦੀ ਕਮੀ ਹੈ ਨਾ ਚੀਜ਼ਾਂ ਦੀ ਕਮੀ ਕਿਸੇ ਚੀਜ਼ ਦੀ ਕਮੀ ਹੋਇਆ ਕੀ ਹੈ ਕੁਛ ਕਾਬਜ਼ ਹੋ ਗਏ ਕਹਿੰਦਾ ਦੇਖ ਅਸਮਾਨਾਂ 'ਤੇ ਉੱਡਦੇ ਪੰਛੀ ਦੇਖ ਤੇ ਸਹੀ ਕੀ ਕਰਦੇ ਨੇ ਨਾ ਉਹ ਕਰਦੇ ਰਿਜ਼ਕ ਜ਼ਖੀਰਾ ਨਾ ਉਹ ਭੁੱਖੇ ਮਰਦੇ ਬੰਦੇ ਹੀ ਕਰਦੇ ਨੇ ਰਿਜ਼ਕ ਜ਼ਖੀਰਾ ਅਸੀਂ ਕਹਿੰਦੇ ਵੀ ਮੈਂ ਖਾਵਾਂ ਇਹਨੂੰ ਨਾ ਮਿਲੇ ਮੈਂ ਪਾਵਾਂ ਇਹਨੂੰ ਨਾ ਮਿਲੇ ਬੰਦੇ ਹੀ ਕਰਦੇ ਨੇ ਰਿਜ਼ਕ ਜ਼ਖੀਰਾ ਬੰਦੇ ਹੀ ਭੁੱਖੇ ਮਰਦੇ ਨੇ ਤੁਹਾਡੇ ਕੋਲ 1850 ਦੇ ਆਸ ਪਾਸ ਸਾਡੇ ਕੋਲ ਇੱਕ ਸ਼ਾਇਰ ਹੋਇਆ ਉਹਦਾ ਨਾਂ ਸੀ ਸ਼ਾਹ ਮੁਹੰਮਦ ਇੱਥੇ ਨੇੜੇ ਹੀ ਤੁਹਾਡੇ ਪਿੰਡ ਵਡਾਲਾ ਵੀਰਮ ਦਾ ਸੀ ਬਾਬਾ ਨਾਨਕ ਸੀ ਚਾਹੇ ਉਹਨੇ ਬਾਬਰ ਦੇ ਹੱਕ 'ਚ ਲਿਖਦਾ ਨਾ ਅਤੇ 500-600 ਏਕੜ ਜ਼ਮੀਨ ਹੋਣੀ ਸੀ ਨਿਆਣੇ ਉਹਦੇ ਵੱਡੀਆਂ ਗੱਡੀਆਂ 'ਚ ਛੂੰ ਛੂੰ ਕਰਦੇ ਫਿਰਨੇ ਸੀ ਹੁਣ ਬਾਬਰ ਦੇ ਖਿਲਾਫ ਲਿਖਿਆ ਇਸੇ ਤਰ੍ਹਾਂ ਹੀ ਸ਼ਾਹ ਮੁਹੰਮਦ ਨੇ ਕਿਹਦੇ ਖਿਲਾਫ ਲਿਖਿਆ ਅੰਗਰੇਜ਼ਾਂ ਦੇ ਖਿਲਾਫ ਲਿਖਿਆ ਮੈਂ ਪਾਕਿਸਤਾਨ ਲਾਹੌਰ ਦੇ ਵਿੱਚ ਇੱਕ ਵਾਰੀ ਪੇਪਰ ਪੜ੍ਹਿਆ ਸ਼ਾਹ ਮੁਹੰਮਦ 'ਤੇ ਮੈਂ ਕਿਹਾ ਵੀ ਅਸੀਂ ਉਹਦੀ ਇਸ ਕਰਕੇ ਕਦਰ ਨਹੀਂ ਪਾਈ ਕਿ ਸ਼ਾਹ ਮੁਹੰਮਦ ਜਿਹੜਾ ਅਸੀਂ ਤਾਂ ਬਹਾਦਰ ਹੀ ਹਾਂ ਸਾਡੀ ਤਰੀਫ ਸਾਰੀ ਦੁਨੀਆਂ ਕਰਦੀ ਵੀ ਫਿਰ ਕੀ ਹੋਇਆ ਸ਼ਾਹ ਮੁਹੰਮਦ ਨੇ ਕਰਤੀ ਤਾਂ ਤੁਸੀਂ ਮੈਂ ਕਿਹਾ ਇਸ ਕਰਕੇ ਨਹੀਂ ਪਾਈ ਕਿ ਉਹਨੇ ਕਾਫਰਾਂ ਦੀ ਵਾਰ ਲਿਖੀ ਮੈਂ ਕਿਹਾ ਮੈਨੂੰ ਦੱਸੋ ਉਹ ਕਹਿੰਦਾ ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਸਿਰ ਦੋਹਾਂ ਦੇ ਉੱਤੇ ਆਫਾਤ ਆਈ ਆਫਾਤ ਆਫਤ ਦਾ ਪਲੂਰਲ ਹੈ ਕਹਿੰਦਾ ਸ਼ਾਹ ਮੁਹੰਮਦ ਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਹੈ ਫਿਰ ਇੱਕ ਥਾਂ 'ਤੇ ਉਹ ਕਹਿੰਦਾ ਕਹਿੰਦਾ ਪਹਿਲੇ ਹੱਲੇ ਉਹ ਸਿੰਘ ਜੋ ਨਿਕਲ ਦੌੜੇ ਗਏ ਨਹੀਂ ਦੌੜੇ ਪਏ ਉਹ ਜਿਹੜੇ ਜਾਣਦੇ ਨਹੀਂ ਅੱਗੋਂ ਲੋਕ ਲੜਾਈ ਦੀ ਗੱਲ ਪੁੱਛਣ ਅਤੇ ਦੂਜੇ ਕਹਿੰਦੇ ਢਾਲਾਂਗੇ
ਜੀਵਾ ਹੋ ਖਾਤੀ ਖੋਲ ਦਿਖਾਉਂਦੇ ਨੇ ਸ਼ਾਹ ਮੁਹੰਮਦ ਆਣ ਕੇ ਘਰਦੇ ਹਾਂ ਤੋਂ ਨਵੇਂ ਕੱਪੜੇ ਹੋ ਸਵਾਉਂਦੇ ਨੇ। ਜਿਹੜਾ ਬੰਦਾ ਇੱਕ ਪੰਜਾਬੀਅਤ ਦੀ ਗੱਲ ਕਰਦਾ ਪਿਆ ਉਹਦੀ ਅਸੀਂ ਕਾਰਗੁਜ਼ਾਰੀ ਨੂੰ ਪਛਾਣ ਨਹੀਂ ਸਕਦੇ ਕਿ 1850 ਇਸੇ ਕਰਕੇ ਅਸੀਂ ਗੁਲਾਮ ਹੋਏ, 100 ਸਾਲ ਅਸੀਂ ਗੁਲਾਮੀ ਦਾ ਦੁੱਖ ਭੋਗਿਆ ਔਰ ਸਾਡੇ ਕੋਲ ਨਵਾਂ ਲਿਟਰੇਚਰ ਪੈਦਾ ਹੋਣਾ ਸ਼ੁਰੂ ਹੋ ਗਿਆ। ਕਿੰਨੇ ਮਿੰਟ ਹੋਰ ਨੇ ਜੀ ਦੱਸੋ, ਨਹੀਂ ਤੁਸੀਂ ਬੱਚੇ ਦੱਸੋ ਕਿਹੜੇ ਕਿੰਨੇ ਕੁ ਦੇਰ ਹੋਰ, 10 ਮਿੰਟ ਮੈਂ ਤੁਹਾਡਾ ਹੋਰ ਗੱਲਬਾਤ ਕਰਾਂਗਾ। ਜਦੋਂ ਨਵਾਂ ਜ਼ਮਾਨਾ ਆਇਆ, ਆਧੁਨਿਕਤਾ ਆਈ, ਪਹਿਲੀ ਗੱਲ ਖਿਆਲ 'ਚ ਰੱਖੋ ਕਿ ਜਿਵੇਂ ਜਿਹੜਾ ਸਾਡਾ ਸਰੀਰ ਹੈ ਨਾ, ਮੈਂ ਜਿੰਨਾ ਮਰਜ਼ੀ ਕਹਾਂ ਕਿ ਮੈਂ ਜੀ ਮੇਰਾ ਆਪਣੇ ਘਰਦਿਆਂ ਨਾਲ ਸੰਬੰਧ ਹੀ ਕੋਈ ਨਹੀਂ, ਇਹਨੂੰ ਜੈਨੇਟਿਕ ਮਟੀਰੀਅਲ ਕਹਿੰਦੇ ਹਾਂ ਬਾਇਓ ਦੀ ਜ਼ਬਾਨ 'ਚ, ਇਟਸ ਅ ਜੈਨੇਟਿਕ ਮਟੀਰੀਅਲ। ਮੇਰੇ ਜੈਨੇਟਿਕ ਮਟੀਰੀਅਲ ਦੇ ਵਿੱਚ ਹਜ਼ਾਰਾਂ ਸਾਲਾਂ ਦਾ ਜਿਹੜਾ ਮਟੀਰੀਅਲ ਹੈ ਨਾ ਮਵਾਦ ਕੰਮ ਕਰਦਾ ਪਿਆ, ਉਹਦਾ 33% ਰੋਲ ਹੈ ਮੇਰੀ ਪਰਸਨੈਲਿਟੀ, 33% ਰੋਲ ਮੇਰੇ ਇਨਵਾਇਰਮੈਂਟ ਦਾ, ਜਿਸ ਤਰ੍ਹਾਂ ਦੇ ਵਾਤਾਵਰਨ 'ਚ ਮੈਂ ਰਹਿੰਦਾ ਪਿਆ, ਔਰ 33-34% ਰੋਲ ਜਿਹੜਾ ਮੇਰੀ ਆਪਣੇ ਲਾਈਫ ਸਟਾਈਲ ਦਾ, ਮੈਂ ਕਿਸ ਤਰ੍ਹਾਂ ਜਿਉਂਦਾ ਪਿਆ ਵਾਂ, ਇਹਦਾ ਰੋਲ ਹੈ। ਹੁਣ ਹੁੰਦਾ ਇਹ ਹੈ ਕਿ ਕੋਈ ਚੀਜ਼ ਬਿਲਕੁਲ ਨਵੀਂ ਨਹੀਂ ਹੁੰਦੀ, ਹਰ ਨਵੀਂ ਚੀਜ਼ 'ਚ ਪੁਰਾਣੀ ਦੇ ਤੱਤ ਹੁੰਦੇ ਨੇ। ਸਵਾਲ ਇਹ ਹੁੰਦਾ ਵੀ ਕਿਹੜੇ ਤੱਤ ਨੇ, ਕਿਤੇ ਉਹ ਤੱਤ ਤਾਂ ਨਹੀਂ ਜਿਹੜੇ ਵੇਲਾ ਵਿਹਾਰ ਚੁੱਕਣੇ ਤਾਂ ਅਸੀਂ ਅੱਗੇ ਤੁਰੀ ਜਾ ਰਹੇ ਲੈ ਕੇ। ਜਦੋਂ ਤੁਸੀਂ ਆਪਣੀ ਪਰੰਪਰਾ ਨੂੰ ਛੱਡ ਦਿੰਦੇ ਹੋ ਨਾ, ਤਾਂ ਤੁਸੀਂ ਬਹੁਤ ਸਾਰੇ ਠੇਡੇ ਖਾਂਦੇ ਹੋ, ਕਾਰ ਚਲਾਉਂਦੇ ਹੋ ਨਾ, ਅਤੇ ਕਾਰ ਦੇ ਵਿੱਚ ਇੱਕ ਸ਼ੀਸ਼ਾ ਲੱਗਿਆ ਅੱਗੇ ਵੱਡਾ, ਜਿਹਦੇ ਨਾਲ ਕੀ ਕਰਦੇ ਹੋ ਅੱਗੇ ਦੇਖਦੇ ਹੋ, ਇੱਕ ਉੱਪਰ ਸ਼ੀਸ਼ਾ ਲੱਗਾ, 2 ਸ਼ੀਸ਼ੇ ਸਾਈਡਾਂ 'ਤੇ ਨੇ, ਸਾਈਡਾਂ ਵਾਂ ਤੋਂ ਉੱਪਰ ਵਾਲਾ ਸ਼ੀਸ਼ਾ ਕਿੱਥੇ ਦੇਖਦੇ ਹੋ, ਪਿੱਛੇ ਦੇਖਦੇ ਹੋ, ਉਹਦੇ ਨਾਲ ਹੀ ਤੁਹਾਡਾ ਤਵਾਜ਼ਨ ਬਣਿਆ। ਜੇ ਤੁਸੀਂ ਪਿਛਲਾ ਸ਼ੀਸ਼ੇ ਨਾ ਵੇਖੋ ਤਾਂ ਨਹੀਂ ਤਦ ਗੜਬੜ ਹੋ ਜਾਏਗੀ, ਜੇ ਬੰਦੇ ਦਾ ਮੂੰਹ ਪਿੱਛੇ ਕਰ ਦਿਓ, ਲੱਤਾਂ ਅੱਗੇ ਕਰ ਦਿਓ, ਤਾਂ ਤੁਰ ਨਹੀਂ ਸਕੇਗਾ। ਇਸੇ ਤਰੀਕੇ ਨਾਲ ਜੇ ਤੁਸੀਂ ਬੰਦਾ ਅੱਗੇ ਹੀ ਦੇਖੀ ਜਾਂਦਾ, ਪਿੱਛੇ ਨਹੀਂ ਦੇਖਦਾ, ਤਾਂ ਪਿੱਛੋਂ ਵੱਜੇਗੀ ਗੱਡੀ। ਉਹਨੂੰ ਇੱਕ ਤਵਾਜ਼ਨ ਬਣਾ ਕੇ ਰੱਖਣਾ ਪਏਗਾ। ਸਾਡੇ ਕੋਲ 20ਵੀਂ ਸਦੀ ਦੇ ਵਿੱਚ ਬਹੁਤ ਵੱਡੇ ਸਾਹਿਤਕਾਰ ਅਸੀਂ ਪੈਦਾ ਕੀਤੇ ਨੇ, ਉਹਨਾਂ ਸਾਹਿਤਕਾਰਾਂ ਦੀ ਬਦਕਿਸਮਤੀ ਇਹ ਸਮਝੋ ਕਿ ਉਹ ਇਸ ਖਿੱਤੇ 'ਚ ਪੈਦਾ ਹੋਏ। ਮੈਂ ਬਦਕਿਸਮਤੀ ਜਾਣ ਕੇ ਕਹਿ ਰਿਹਾ ਕਿ ਮਿਸਾਲ ਦੇ ਤੌਰ 'ਤੇ ਭਾਈ ਵੀਰ ਸਿੰਘ ਸੀ, ਇਹ ਸਾਰੇ ਇੱਥੋਂ ਅੰਮ੍ਰਿਤਸਰ ਦੇ ਨੇ, ਗੁਰਬਖਸ਼ ਸਿੰਘ ਪ੍ਰੀਤਲੜੀ ਸੀ, ਨਾਨਕ ਸਿੰਘ ਸੀ, ਉਸ ਤੋਂ ਬਾਅਦ ਤੁਹਾਡੇ ਕੋਲ ਧਨੀ ਰਾਮ ਚਾਤਰਕ ਸੀ, ਹੋਰ ਬਹੁਤ ਸਾਰੇ ਸਾਡੇ ਖਿੱਤੇ ਪੈਦਾ ਹੋਏ। ਹੁਣ ਉਹਨਾਂ ਨੇ, ਮੰਨ ਲਓ ਗੁਰਬਖਸ਼ ਸਿੰਘ ਹੈ ਜਾਂ ਨਾਨਕ ਸਿੰਘ ਹੈ, ਉਹਨਾਂ ਨੇ ਬੰਦੇ ਨੂੰ ਰਹਿਣ ਦਾ, ਜਿਉਣ ਦਾ, ਉਹਦੀ ਜੀਵਨ ਜਾਂਚ ਦਾ, ਬੰਦੇ ਨੂੰ ਬੰਦਾ ਬਣਨ ਦਾ ਇੱਕ ਸਲੀਕਾ ਦਿੱਤਾ। ਔਰ ਗੁਰਬਖਸ਼ ਸਿੰਘ ਜਿਹੜਾ ਹੈ ਉਹ 1895 ਤੋਂ ਲੈ ਕੇ 1971 ਤੱਕ ਲਗਾਤਾਰ ਕੰਮ ਕਰ ਰਿਹਾ। ਹੋਇਆ ਕੀ ਕਿ ਜਦੋਂ ਇਹ ਵੰਡ ਹੋਈ ਨਾ, ਫਰੀਦਨਗਰ ਪਹਿਲਾਂ ਪਾਕਿਸਤਾਨ ਚਲਾ ਗਿਆ ਸੀ, ਉਹਨੇ ਗੁਰਬਖਸ਼ ਸਿੰਘ ਨੇ ਜਿਸ ਤਰ੍ਹਾਂ ਲੋਕਾਂ ਨੂੰ ਉੱਧਰਲੇ ਪਾਸੇ ਭੇਜਿਆ, ਲੋਕ ਇੱਥੋਂ ਦੇ ਲੋਕ ਉਹਦੇ ਖਿਲਾਫ ਹੋ ਗਏ, ਔਰ ਉਸ ਬੰਦੇ ਨੇ ਤੁਹਾਡੇ ਕੋਲ ਪੰਜਾਬੀ ਬੰਦੇ ਨੂੰ ਪੰਜਾਬੀਅਤ ਦਾ ਦਰਸ ਦਿੱਤਾ। ਇੰਗਲੈਂਡ 'ਚ ਜਾਈਏ ਨਾ, ਅਤੇ ਜਿਹੜਾ ਤੁਹਾਡੇ ਕੋਲ ਸ਼ੇਕਸਪੀਅਰ ਹੈ, ਉਹਦਾ ਜਨਮ 1564 'ਚ ਹੋਇਆ ਸੀ ਅਤੇ 1616 'ਚ ਉਹਦੀ ਡੈਥ ਹੋਈ। ਮੈਂ ਇੰਗਲੈਂਡ ਦੇ ਜਿਸ ਵੀ ਕੋਨੇ 'ਤੇ ਗਿਆ, ਉੱਥੇ ਇਹ ਲਿਖਿਆ ਸੀ ਕਿ ਇੱਥੋਂ ਏਵੋਨ ਅਪੋਨ ਸਟ੍ਰੈਟਫੋਰਡ ਇੰਨੀ ਦੂਰ ਹੈ। ਸਟ੍ਰੈਟਫੋਰਡ ਗਿਆ ਬਹੁਤ ਵਾਰੀ, ਉੱਥੇ ਡਰਾਮੇ ਚੱਲ ਰਹੇ ਸ਼ੇਕਸਪੀਅਰ ਦੇ ਲਗਾਤਾਰ,
ਔਰ ਲਗਾਤਾਰ ਡਰਾਮੇ ਨਹੀਂ ਸਿਰਫ ਚੱਲਦੇ ਪਏ, ਲੋਕ ਮੀਲਾਂ ਦੀਆਂ ਲਾਈਨਾਂ ਲਾ ਕੇ ਖੜੇ ਨੇ ਸ਼ੇਕਸਪੀਅਰ ਦੇ ਬੱਚੇ ਵੇਲੇ ਦੇ ਚਮਚੇ ਤੋਂ ਲੈ ਕੇ ਮਰਨ ਤੱਕ ਦੀ ਹਰ ਚੀਜ਼ ਸਾਂਭੀ ਹੈ। ਸਾਨੂੰ ਜੇਕਰ ਪੰਜਾਬੀਆਂ ਨੂੰ ਪਤਾ ਲੱਗ ਜਾਏ ਨਾ, ਅਸੀਂ ਖਾਈ ਜਾ ਰਹੇ ਕੱਢੀ ਜਾ ਰਹੇ, ਖਾਈ ਜਾ ਰਹੇ ਕੱਢੀ ਜਾ ਰਹੇ, ਠੀਕ ਹੈ ਨਾ, ਸਾਨੂੰ ਹੋਰ ਕੋਈ ਕੰਮ ਨਹੀਂ। ਇਹਨਾਂ ਦੀਆਂ ਜਿੰਨੀਆਂ ਮਰਜ਼ੀ ਤਰੀਫਾਂ ਕਰੀ ਜਾਓ ਪੰਜਾਬੀਆਂ ਦੀਆਂ, ਜੇ ਇਹਨਾਂ ਨੂੰ ਇਹ ਪਤਾ ਲੱਗ ਜਾਏ ਨਾ ਬੰਦੇ ਕੋਲ ਅਕਲ ਹੈਗੀ ਹੈ ਜਾਂ ਬੰਦੇ ਦੇ ਕੋਲ ਸੰਵੇਦਨਸ਼ੀਲਤਾ, ਉਹਨੂੰ ਤਬਾਹ ਕਰਨ ਤੱਕ ਜਾਂਦੇ ਨੇ। ਇਹ ਵੀ ਪੰਜਾਬੀਆਂ ਦੇ ਸੁਭਾਅ ਦਾ ਹੀ ਖਾਸਾ। ਇਸੇ ਕਰਕੇ ਤੁਸੀਂ ਦੇਖੋ ਬੁੱਧ ਦੇ ਜ਼ਮਾਨੇ ਤੋਂ ਹਿੰਦੁਸਤਾਨ ਦੀ ਹਾਲਤ ਹੀ ਇਹੀ ਹੈ। ਬੁੱਧ ਸੰਸਕ੍ਰਿਤ 'ਚ ਲਿਖਦਾ ਅਤੇ ਬੁੱਧ ਦੀ ਕਿੰਨੀ ਹਿੰਦੁਸਤਾਨ 'ਚ ਪ੍ਰਵਾਨਗੀ ਹੋਣੀ ਸੀ। ਬੁੱਧ ਨੇ ਸੰਸਕ੍ਰਿਤ 'ਚ ਨਹੀਂ ਲਿਖਿਆ, ਪਾਲੀ 'ਚ ਲਿਖਿਆ। ਸ਼ੇਕਸਪੀਅਰ ਨੇ ਲੈਟਿਨ 'ਚ ਨਹੀਂ ਲਿਖਿਆ, ਅੰਗਰੇਜ਼ੀ 'ਚ ਲਿਖਿਆ। ਬਿਕਾਜ ਦੋਜ਼ ਪੀਪਲ ਵਰ ਐਸੋਸੀਏਟਡ ਵਿਦ ਦੇ ਪੀਪਲ, ਦੇ ਵਾਂਟਡ ਟੂ ਕਮਿਊਨੀਕੇਟ ਵਿਦ ਯੂਰ ਆਡੀਅੰਸ। ਸੋ ਤੁਹਾਡੇ ਕੋਲ ਜਿੰਨੇ ਵੀ ਸਾਹਿਤਕਾਰ ਹੋਏ ਨੇ, ਧਨੀ ਰਾਮ ਚਾਤਰਕ ਸੀ ਇੱਥੇ ਪੁਤਲੀ ਘਰ ਦੇ, ਟਿੱਕੀਆਂ ਵੇਖਣੀਆਂ ਨਾ, ਇਹਦੇ ਪਿਛਲੇ ਬੰਨੇ ਇਹਦੇ ਘਰ ਦੀ ਪਲੇਟ ਲੱਗੀ ਸੀ ਔਰ ਨਹੀਂ ਲੋਕਾਂ ਨੂੰ ਪਤਾ ਲੱਗਾ ਕਿ ਇੱਥੇ ਧਨੀ ਰਾਮ ਚਾਤਰਕ ਵੀ ਹੋਇਆ। ਧਨੀ ਰਾਮ ਚਾਤਰਕ ਪਹਿਲਾ ਬੰਦਾ ਸੀ ਜਿਹੜਾ ਪਹਿਲਾਂ ਆਜ਼ਾਦੀ ਦੇ ਗੀਤ ਲਿਖਦਾ ਰਿਹਾ, ਸਭ ਤੋਂ ਵੱਧ ਆਜ਼ਾਦੀ ਦੇ ਗੀਤ ਉਹਨੇ ਲਿਖੇ। ਜਦੋਂ ਆਜ਼ਾਦੀ ਆਈ ਤਾਂ ਉਹ ਕਹਿੰਦਾ ਆਹ ਥੋੜ੍ਹੀ ਮੰਗਦੇ ਸੀ। ਉਹਦੀ ਕਿਤਾਬ ਆਈ ਸੂਫੀ ਖਾਨਾ 1950 ਦੇ ਵਿੱਚ, 54 'ਚ ਮਰ ਗਿਆ ਧਨੀ ਰਾਮ ਚਾਤਰਕ। ਔਰ ਉਹਦੇ ਵਿੱਚ ਉਹਨੇ ਕੋਈ ਚਾਚੇ ਦਾ ਜਵਾਈ, ਕੋਈ ਮਾਮੇ ਦਾ ਜਵਾਈ, ਕੋਈ ਸਾਂਢੂ, ਕੋਈ ਸਾਲਾ, ਕੋਈ ਸਾਲੇ ਦਾ ਵੀ ਸਾਲਾ, ਉਹ ਸਭ ਤੋਂ ਪਹਿਲੀ ਵਾਰੀ ਉਹਨੇ ਲਿਖਿਆ। ਫਿਰ ਉਹਨੇ ਆਖਰੀ ਦਿਨਾਂ 'ਚ ਕਵਿਤਾ ਲਿਖੀ, ਕਿਉਂਕਿ ਧਰਤੀ ਨੂੰ ਪਿਆਰ ਕਰਨ ਵਾਲਾ ਬੰਦਾ ਸੀ, ਬੰਦਿਆਂ ਨੂੰ ਪਿਆਰ ਕਰਨ ਵਾਲਾ ਬੰਦਾ ਸੀ। ਉਹ ਕਹਿੰਦਾ ਦਰਗਾਹੀ ਸੱਦੇ ਆ ਗਏ ਨੇ, ਪਤਾ ਹਰ ਬੰਦਾ ਜਿਹੜਾ ਵੀ ਜਿਉਂਦਾ ਉਹਨੇ ਮਰਨਾ ਹੀ ਮਰਨਾ, ਕਹਿੰਦਾ ਸਮਾਨ ਤਿਆਰ ਸਫ਼ਰ ਦਾ ਹੈ, ਦਰਗਾਹੀ ਸੱਦੇ ਆ ਗਏ ਨੇ, ਸਮਾਨ ਤਿਆਰ ਸਫ਼ਰ ਦਾ ਹੈ, ਪਰ ਤੇਰੇ ਮੂੰਹੋਂ ਹਿੱਲਣ 'ਤੇ ਚਾਤਰਕ ਦਾ ਜੀ ਨਹੀਂ ਕਰਦਾ। ਧਰਤੀ ਨਾਲ ਇਸ ਕਦਰ ਜੁੜਿਆ ਸੀ। ਮਾਡਰਨ ਲਿਟਰੇਚਰ ਜਿੰਨਾ ਕੁ ਲਿਖਿਆ ਗਿਆ ਉਹ ਆਪਣੇ ਆਪ ਦੇ ਵਿੱਚ ਕਮਾਲ ਦਾ। ਪਾਤਰ ਤੁਸੀਂ ਪੜ੍ਹਦੇ ਹੋ ਸਾਰੇ, ਜੋ ਕੁਝ ਵਾਪਰਦਾ ਤਾਂ ਉਹ 'ਤੇ ਅਮਲ ਕਰੋ। ਕਹਿੰਦਾ ਹਿੰਦੂਆਂ ਸਿੱਖਾਂ ਅਤੇ ਮੁਸਲਮਾਨਾਂ ਦੀ ਭੀੜ ਵਿੱਚ ਜਿਹੜੀਆਂ ਰਾਜ ਕਰ ਰਹੀਆਂ ਸ਼੍ਰੇਣੀਆਂ ਨਾ, ਉਹਨਾਂ ਦਾ ਕੰਮ ਹੁੰਦਾ ਬੰਦੇ ਨੂੰ ਬੰਦੇ ਤੋਂ ਤੋੜਨਾ, ਉਹਦੇ ਅੰਦਰ ਨਫ਼ਰਤ ਪੈਦਾ ਕਰਨੀ, ਉਹਨੂੰ ਇੱਕ ਦੂਜੇ ਤੋਂ ਅਲੱਗ ਕਰਨਾ। ਔਰ ਜਿਹੜਾ ਅਧਿਆਪਕ ਹੈ ਜਾਂ ਲਿਟਰੇਚਰ ਪੜ੍ਹਦਾ ਪਿਆ ਉਹਦਾ ਕੰਮ ਹੁੰਦਾ ਜੋੜਨਾ। ਉਹ ਕਹਿੰਦਾ ਹਿੰਦੂਆਂ ਸਿੱਖਾਂ ਅਤੇ ਮੁਸਲਮਾਨਾਂ ਦੀ ਭੀੜ ਵਿੱਚ ਰੱਬ ਢੂੰਡ ਰਿਹਾ ਹੈ ਕਿ ਮੇਰਾ ਬੰਦਾ ਕਿੱਧਰ ਗਿਆ। ਮੈਂ ਨਿਦਾ ਫਾਜ਼ਲੀ ਪੜ੍ਹਦਾ ਪਿਆ ਸੀ, ਉਹ ਕਹਿੰਦਾ ਕੋਈ ਹਿੰਦੂ, ਕੋਈ ਮੁਸਲਿਮ, ਕੋਈ ਈਸਾਈ ਹੈ, ਅਸੀਂ ਕੀ ਹੋਏ ਬੰਦੇ ਨਹੀਂ ਰਹੇ। ਕਹਿੰਦਾ ਕੋਈ ਹਿੰਦੂ, ਕੋਈ ਮੁਸਲਿਮ, ਕੋਈ ਈਸਾਈ ਹੈ, ਸਭ ਨੇ ਇਨਸਾਨ ਨਾ ਬਣਨੇ ਕੀ ਕਸਮ ਖਾਈ, ਬੰਦੇ ਨਹੀਂ ਬਣੇ ਅਸੀਂ, ਬਾਕੀ ਸਭ ਕੁਛ ਬਣ ਗਿਆ। ਔਰ ਤੁਹਾਨੂੰ ਮੈਂ ਦੋ ਚਾਰ ਐਗਜ਼ਾਮਪਲ ਸਿਰਫ ਦੇਣਾ। ਇੱਕ ਸ਼ਾਇਰ ਲਿਖ ਰਿਹਾ, ਇਹ ਖੰਜਰ ਨਫ਼ਰਤ ਦਾ ਸਿਰਫ ਸੀਨਾ ਛਿੱਲ ਸਕਦਾ ਹੈ, ਇਹ ਖੰਜਰ ਨਫ਼ਰਤ ਦਾ ਸਿਰਫ ਸੀਨਾ ਛਿੱਲ ਸਕਦਾ ਹੈ, ਇਹ ਅੱਖਰ ਇੱਕ ਵੀ ਲਿਖ ਕੇ ਦਿਖਾਏ ਧੜਕਣਾ ਉੱਪਰ। ਯੁੱਗ ਪਰਿਵਰਤਨ ਵਿੱਚ ਬਸ ਮੈਂ ਤਾਂ ਇਹ ਤਬਦੀਲੀ ਵੇਖੀ ਹੈ, ਮੈਂ ਨਾ ਬਦਲ ਗਿਆ ਜ਼ਮਾਨਾ, ਬਦਲ ਗਿਆ, ਆਹ ਤਰੱਕੀ ਹੋ ਗਈ, ਆਹ ਉਨਤੀ ਹੋ ਗਈ। ਉਹ ਕਹਿੰਦਾ ਯੁੱਗ ਪਰਿਵਰਤਨ ਵਿੱਚ ਬਸ ਮੈਂ ਤਾਂ ਇਹ ਤਬਦੀਲੀ ਵੇਖੀ ਹੈ ਕਿ ਉਹਦੀ ਥਾਂ ਪੁੱਤ ਆਣ ਖਲੋਤਾ ਰਾਸ਼ਨ ਦੀਆਂ ਕਤਾਰਾਂ ਵਿੱਚ, ਆਹ ਤਬਦੀਲੀ ਹੋਈ ਸਰ। ਔਰ ਤੁਹਾਡੇ ਕੋਲ ਸੰਤਰਾ ਉਦਾਸੀ ਇੱਕ ਪੋਇਟ ਕਹਿ ਰਿਹਾ ਸੀ, ਤੋੜੀਆਂ ਗੁਲਾਮੀ ਦੀਆਂ ਕੜੀਆਂ
ਹਿੰਦੁਸਤਾਨ 'ਚ ਹਰ ਚੀਜ਼ ਵਿਕਾਊ ਹੋ ਗਈ, ਹਰ ਚੀਜ਼ ਵਿਕ ਰਹੀ ਹੈ। ਜਿਹਦੇ ਕੋਲ ਕੁਝ ਨਹੀਂ ਵੇਚਣ ਲਈ ਉਹ ਜ਼ਮੀਰ ਵੇਚੀ ਜਾ ਰਿਹਾ। ਔਰ ਸਾਡੇ ਬੁੱਧੀਜੀਵੀ ਜਿਹੜੇ ਨੇ, ਜਿਨ੍ਹਾਂ ਨੇ ਲੋਕਾਂ ਨੂੰ ਰਾਹ ਦਿਖਾਉਣਾ ਸੀ, ਉਹ ਤੋਤੇ ਬਣ ਗਏ। ਉਹ ਆਪਣਾ ਸਿਰ ਹਿਲਾਈ ਜਾ ਰਹੇ ਨੇ ਰਾਜ ਕਰਨ ਦੀਆਂ ਸ਼੍ਰੇਣੀਆਂ ਦੇ ਹੱਕ। ਉਹ ਕਹਿੰਦਾ ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਸਹੇ, ਆਖਣਾ ਸਮੇਂ ਦੀ ਸਰਕਾਰ ਨੂੰ ਕਿ ਗਹਿਣੇ ਸਾਡਾ ਦੇਸ਼ ਨਾ ਕਰੇ। ਔਰ ਸ਼ਬਦ ਦੀ ਕੀ ਇੰਪੋਰਟੈਂਸ ਹੈ, ਪਾਤਰ ਲਿਖਦਾ ਉਹ ਬਣਾ ਰਹੇ ਨੇ ਇਮਾਰਤਾਂ, ਅਸੀਂ ਲਿਖ ਰਹੇ ਹਾਂ ਇਮਾਰਤਾਂ, ਉਹ ਬਣਾ ਰਹੇ ਨੇ ਇਮਾਰਤਾਂ, ਅਸੀਂ ਲਿਖ ਰਹੇ ਹਾਂ ਇਮਾਰਤਾਂ, ਤਾਂ ਜੋ ਪੱਥਰਾਂ ਦੇ ਵਜੂਦ ਵਿੱਚ ਕੋਈ ਆਤਮਾ ਰਿਹਾ ਕਰੇ। ਸਾਡੇ ਅੰਦਰੋਂ ਸਾਡੀ ਆਤਮਾ ਜਿਵੇਂ ਗੁੰਮ ਗੁਆ ਕੇ ਹੈ, ਖਤਮ ਹੋ ਗਈ ਹੈ। ਜਿੰਨਾ ਸਾਡਾ ਮਾਡਰਨ ਲਿਟਰੇਚਰ ਹੈ ਉਹਦੀ ਖੂਬਸੂਰਤੀ ਕੀ ਹੈ, ਉਹ ਫਿਰਕਾ ਪ੍ਰਸਤੀ ਦੇ ਖਿਲਾਫ ਹੈ, ਉਹ ਨਫ਼ਰਤ ਦੇ ਖਿਲਾਫ ਹੈ, ਖੁਦਗਰਜ਼ੀ ਦੇ ਖਿਲਾਫ ਹੈ, ਵੈਰ ਵਿਰੋਧ ਦੇ ਖਿਲਾਫ ਹੈ, ਮੁਨਾਫੇ ਦੇ ਖਿਲਾਫ ਹੈ, ਫੈਸ਼ਨ ਪ੍ਰਸਤੀ ਦੇ ਖਿਲਾਫ ਹੈ, ਔਰ ਨਾ ਨਾਵੇਂ ਅਤੇ ਵਸਤਾਂ ਦੇ ਪਿੱਛੇ ਨਹੀਂ ਦੌੜਦਾ। ਪਿਆ ਕਿਹਦੀਆਂ ਗੱਲਾਂ ਕਰਦਾ? ਕੁਦਰਤ ਦੇ ਪੇਤ ਕਰਦਾ ਪਿਆ, ਮਨੁੱਖਾਂ ਦੀਆਂ ਗੱਲਾਂ ਕਰਦਾ ਪਿਆ, ਸਮਾਜਿਕ ਅਨਿਆਂ ਦੇ ਖਿਲਾਫ ਬੋਲਦਾ ਪਿਆ, ਔਰ ਕਾਲੀ ਵੰਡ ਦੇ ਖਿਲਾਫ ਬੋਲਦਾ। ਇਹ ਤੁਹਾਡੇ ਲਿਟਰੇਚਰ, ਚਾਹੇ ਉਹ ਮੱਧ ਕਾਲ ਦਾ ਚਾਹੇ ਉਹ ਮਾਡਰਨ ਲਿਟਰੇਚਰ ਹੈ, ਇਹ ਉਹਦੀ ਖਾਸੀਅਤ ਹੈ। ਵਾਪਰਿਆ ਕੀ ਹੈ? ਵਾਪਰਿਆ ਇਹ ਹੈ ਕਿ ਤਿੰਨ ਚਾਰ ਧਿਰਾਂ ਸ਼ਾਮਿਲ ਨੇ। ਆਖਰੀ ਗੱਲ ਨੂੰ ਤੁਹਾਡਾ ਕਰ ਰਿਹਾ ਕਿ ਪਹਿਲਾਂ ਤਾਂ ਹੈਗੇ ਅਸੀਂ। ਅਸੀਂ ਕੀ ਹਾਂ? ਸਾਡੇ ਅੰਦਰ ਇੱਕ ਹੀਨ ਭਾਵਨਾ ਭਰਤੀ ਕਿ ਜਿਹੜਾ ਪੰਜਾਬੀ ਬੋਲੇਗਾ ਉਹ ਤਾਂ ਅਕਲਮੰਦ ਹੈ ਹੀ ਨਹੀਂ, ਉਹ ਤਾਂ ਗੰਵਾਰ ਬੰਦਾ। ਔਰ ਮੈਂ ਸਿਰਫ ਇਸ ਖਿੱਤੇ 'ਚ ਵੇਖਿਆ ਕਿ ਕੋਈ ਬੰਦਾ ਇੱਥੇ ਪੈਦਾ ਹੋਇਆ ਹੋਏ ਅਤੇ ਆਪਣੀ ਭਾਸ਼ਾ ਨੂੰ, ਆਪਣੇ ਸਾਹਿਤ ਨੂੰ, ਆਪਣੇ ਸੱਭਿਆਚਾਰ ਨੂੰ ਮੁਹੱਬਤ ਨਾ ਕਰਦਾ ਹੋਇਆ। ਇਟਸ ਇੰਟਾਇਰਲੀ ਅ ਵੈਰੀ ਡਿਫਰੈਂਟ ਫੀਨੋਮੀਨਾ ਵਿਚ ਇਜ਼ ਨਾਟ ਆਲ ਓਵਰ ਦਾ ਵਰਲਡ, ਕਿਤੇ ਵੀ ਨਹੀਂ ਹੈਗਾ। ਰਸ਼ੀਆ ਦੇ ਵਿੱਚ ਜੇ ਕਿਸੇ ਨੂੰ ਸਭ ਤੋਂ ਵੱਡੀ ਗੱਲ ਕਰਨੀ ਹੋਵੇ ਨਾ, ਉਹ ਕਹਿੰਦੇ ਤੈਨੂੰ ਤੇਰੀ ਭਾਸ਼ਾ ਭੁੱਲ ਜਾਏ। ਇਸ ਤੋਂ ਵੀ ਵੱਡੀ ਗੱਲ ਕਰਨੀ ਆਪਣੀ, ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ। ਔਰ ਅਸੀਂ ਆਪਣੀ ਮਾਂ ਬੋਲੀ ਤੋਂ ਮੁੱਖ ਫੇਰ ਲਿਆ। ਬੰਦਾ, ਅੱਜ ਦਾ ਬੰਦਾ ਇੱਕ ਐਲੀਨੇਸ਼ਨ ਕਹਿੰਦੇ ਨੂੰ, ਬੇਗਾਨਗੀ ਪੰਜਾਬੀ ਚ ਕਹਿੰਦੇ, ਉਹਦਾ ਸ਼ਿਕਾਰ ਹੋ ਗਿਆ। ਬੰਦਾ ਸਮਾਜ ਨਾਲ ਟੁੱਟ ਗਿਆ, ਬੰਦਾ ਆਪਣੇ ਆਲੇ ਦੁਆਲੇ ਨਾਲ ਟੁੱਟ ਗਿਆ, ਔਰ ਇੱਥੋਂ ਤੱਕ ਕਿ ਆਪਣੇ ਆਪ ਨਾਲ ਟੁੱਟ ਗਿਆ। ਹੋਇਆ ਕੀ ਹੈ ਕਿ ਜਿਹੜੀਆਂ ਸਰਕਾਰਾਂ ਨੇ, ਜਿਹਦੇ ਕਰਕੇ ਵਾਪਰਿਆ ਕੀ ਹੈ, ਕੋਈ ਸਮੱਸਿਆ ਨਹੀਂ ਸੀਗੀ। ਆਪਣੀ ਜ਼ੁਬਾਨ ਦੇ ਵਿੱਚ ਗਿਆਨ ਦਿੰਦੇ ਤਾਂ ਜਿਹੜੇ ਤੁਹਾਡੇ ਕੋਲ ਇੱਕ ਰੁਜ਼ਗਾਰ ਦੀ ਕੋਈ ਸਮੱਸਿਆ ਨਹੀਂ ਸੀ ਰਹਿਣੀ। ਮੇਰੇ ਕੋਲ ਕਈ ਵਾਰੀ ਆਉਂਦੇ ਡਾਕਟਰ, ਹੁਣ ਐਮ ਡੀ ਕਰਾਂ ਉਹ ਜਾ ਕੇ ਇੰਗਲੈਂਡ ਤੋਂ ਕਰਾਂ ਜਾਂ ਕਿਸੇ ਹੋਰ ਜਗ੍ਹਾ ਤੋਂ, ਜਦੋਂ ਸਰਵਿਸ ਕਰਨੀ ਸ਼ੁਰੂ ਕਰਦਾ ਪ੍ਰੈਕਟਿਸ, ਤਾਂ ਉਹ ਆਪਣੇ ਪੇਸ਼ੈਂਟ ਦੀ ਭਾਸ਼ਾ ਹੀ ਨਹੀਂ ਸਮਝਾਉਂਦਾ। ਆ ਕੇ ਮਾਤਾ ਬੋਲਦੀ, ਕਹਿੰਦਾ ਡਾਕਟਰ ਸਾਹਿਬ ਮੈਂ ਤੁਹਾਡਾ ਟਾਈਮ ਲੈਣਾ ਥੋੜ੍ਹਾ। ਮੈਂ ਹਾਂਜੀ ਦੱਸੋ ਜੀ। ਉਹ ਲਿਸਟ ਬਣਾ ਕੇ ਲਿਆਇਆ ਸੀ, ਉਹ ਕਹਿੰਦਾ ਕੱਲ੍ਹ ਇੱਕ ਬੁੱਢੀ ਆਈ ਸੀ, ਕਹਿੰਦੇ ਮੇਰਾ ਦਿਲ ਘਾਉਂ ਘਾਉਂ ਕਰਦਾ, ਸਮਝ ਨਹੀਂ ਆਉਂਦਾ ਪਿਆ ਕੀ ਕਾਹਦਾ ਟ੍ਰੀਟਮੈਂਟ ਕਰੇਗਾ। ਇਹ ਚਾਹੀਦਾ ਇਹ ਸੀ ਕਿ ਚਾਹੇ ਬੰਦਾ ਕੁਛ ਵੀ ਪੜ੍ਹੇ, ਉਹਨੂੰ ਚਾਰ ਚੀਜ਼ਾਂ ਜ਼ਰੂਰ ਪੜ੍ਹਾਓ। ਉਹਨੂੰ ਆਪਣੀ ਭਾਸ਼ਾ ਪੜ੍ਹਾਓ, ਉਹਨੂੰ ਆਪਣਾ ਸਾਹਿਤ ਪੜ੍ਹਾਓ, ਉਹਨੂੰ ਆਪਣਾ ਸੱਭਿਆਚਾਰ ਪੜ੍ਹਾਓ, ਔਰ ਕਦਰਾਂ ਕੀਮਤਾਂ ਦਾ ਦਰਸ ਦਿਓ, ਮਾਨਵੀ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਓ। ਵਟ ਆਰ ਹਿਊਮਨ ਵੈਲਿਊਜ਼, ਮਨੁੱਖੀ ਕਦਰਾਂ ਕੀਮਤਾਂ ਕੀ ਨੇ। ਹੋਇਆ ਕੀ ਹੈ ਕਿ ਰਾਜ ਕਰ ਰਹੀਆਂ ਸ਼੍ਰੇਣੀਆਂ, ਇੱਥੇ ਤਿੰਨ ਬੰਦਿਆਂ ਦਾ ਨੈਕਸਿਸ ਬਹੁਤ ਮਾੜਾ ਸਾਬਤ ਹੋਇਆ। ਨੰਬਰ ਇੱਕ ਤੇ ਪੋਲੀਟੀਕਲ ਕਲਾਸ, ਬੰਦਾ ਤਾਂ ਖਿੱਦੋ ਬਣ ਗਿਆ ਜਾਂ ਬੰਦਾ ਕੱਖ ਬਣ ਗਿਆ, ਕੱਖ ਕਾਰ ਬਣ ਗਿਆ,
ਫਰਰ ਕਰਕੇ ਉੱਡਦਾ ਫਿਰਦਾ ਪਿਆ ਇੱਧਰ ਨੂੰ ਕਦੇ ਉੱਧਰ ਨੂੰ, ਲੱਗਦਾ ਉਹਦੀ ਜਿਵੇਂ ਕੋਈ ਹੋਂਦ ਨਹੀਂ, ਕੋਈ ਹਸਤੀ ਨਹੀਂ। ਰਿਸ਼ਵਤ ਖੋਰੀ ਹੈ, ਕੁੰਭਾ ਪਰਵਰੀ ਹੈ, ਔਰ ਇੱਕ ਸਾਡੇ ਕੋਲ ਪੋਲੀਟੀਸ਼ੀਅਨਸ, ਸੈਕਿੰਡ ਨੰਬਰ 'ਤੇ ਬਿਊਰੋਕਰੇਸੀ। ਮੈਨੂੰ ਪਤਾ ਕਿਉਂਕਿ ਮੈਂ ਇਸ ਖੇਤਰ ਨਾਲ ਬਹੁਤ ਲੰਬਾ ਸਮਾਂ ਜੁੜਿਆ, ਮੈਂ ਚਾਹੁੰਦਾ ਤਾਂ ਜਾ ਸਕਦਾ ਸੀ ਬਿਊਰੋਕਰੇਸੀ 'ਚ ਕਿਉਂਕਿ ਮੈਂ ਬਹੁਤ ਸਾਰੇ ਬੱਚੇ ਪੈਦਾ ਕੀਤੇ, ਮਗਰ ਮੈਂ ਨਹੀਂ ਗਿਆ। ਬਿਊਰੋਕਰੇਸੀ ਜਿਹੜੀ ਹੈ ਜਦੋਂ ਆਉਂਦੇ ਸੀ ਕਈ ਵਾਰੀ ਤਾਂ ਕੋਲ ਉਹਨਾਂ ਦੇ ਸਾਈਕਲ ਵੀ ਨਹੀਂ ਸੀ ਹੁੰਦਾ, ਪਿੱਛੋਂ ਕਰੋੜਾਂ ਅਰਬਾਂ ਦੀ ਪ੍ਰੋਪਰਟੀ ਕਿਵੇਂ ਬਣ ਗਈ ਹੈ। ਅਸੀਂ ਤਾਂ ਉਹਨਾਂ ਨੂੰ ਫਰੀ ਪੜ੍ਹਾਇਆ, ਕਿਤਾਬਾਂ ਦਿੱਤੀਆਂ, ਉਹਨਾਂ ਨੂੰ ਰੋਟੀਆਂ ਖਵਾਈਆਂ, ਚਾਹਵਾਂ ਪਿਆਈਆਂ, ਇਹ ਖੂਬਸੂਰਤ ਇਨਸਾਨ ਪੈਦਾ ਕਰੀਏ। ਮੈਂ ਆਖਿਰ ਹੱਥ ਖੜ੍ਹੇ ਕਰ ਦਿੱਤੇ ਕਿ ਮੈਂ ਫੇਲ ਹੋ ਗਿਆ। ਮੈਂ ਅਜੇ ਵੀ UPSC ਦਾ ਐਡਵਾਈਜ਼ਰ ਹਾਂ, ਔਰ ਅਸੀਂ ਉਹ ਬੰਦਾ ਪੈਦਾ ਨਹੀਂ ਕਰ ਸਕੇ ਜਿਹੜਾ ਦੁਨੀਆਂ ਦੇ ਵਿੱਚ ਇੱਕ ਭਰੋਸਾ ਪੈਦਾ ਕਰੇ ਆਪਣੇ ਆਪ 'ਤੇ। ਤੀਸਰੇ ਨੰਬਰ 'ਤੇ ਕਸਰ ਨਹੀਂ ਛੱਡੀ ਬਾਬਿਆਂ ਨੇ, ਚਾਹੇ ਉਹਨਾਂ ਦਾ ਧਰਮ ਕੋਈ ਵੀ ਹੋਵੇ। ਇਹ ਜਿਹੜਾ ਪੁਜਾਰੀ ਵਰਗ ਹੈ, ਇਹਨਾਂ ਦੇ ਗੱਠਜੋੜ ਨੇ ਰਾਜਨੀਤੀਵਾਨਾਂ ਦੇ, ਜਿਹੜੇ ਤੁਹਾਡੇ ਕੋਲ ਸਿਆਸੀ ਜਿਹੜੀ ਬਿਊਰੋਕਰੇਸੀ ਹੈ, ਔਰ ਬਾਬੇ ਨੇ, ਇਹਨਾਂ ਨੇ ਤੁਹਾਨੂੰ ਤੁਹਾਡੇ ਇਸ ਖਿੱਤੇ ਨੂੰ ਪੂਰੇ ਹਿੰਦੁਸਤਾਨ ਨੂੰ ਤਬਾਹ ਕਰਕੇ ਰੱਖ ਦਿੱਤਾ। ਨੌਜਵਾਨ ਪੀੜ੍ਹੀ ਬੇਹੱਦ ਨਿਰਾਸ਼ ਹੈ। ਅਸੀਂ ਜਿੰਨਾ ਮਰਜ਼ੀ ਕਹੀਏ ਸਾਹਿਬ ਦਾ ਭੁਲੇਖਾ, ਸਾਹਿਬ ਦਾ ਭੁਲੇਖਾ, ਜਿੰਨੀ ਦੇਰ ਤੱਕ ਮੱਕੜੀ ਨਹੀਂ ਮਰਦੀ ਜਾਲੇ ਲੱਗਣੋਂ ਨਹੀਂ ਹਟਣਾ। ਅਸੀਂ ਸਵੇਰੇ ਉੱਠ ਕੇ ਸੋਟੀ ਫੜ ਕੇ ਇੱਥੋਂ ਲਿਆ ਲਾ, ਉੱਥੋਂ ਲਾ, ਉੱਥੋਂ ਲਾ, ਮੱਕੜੀਆਂ ਜਿੰਨੀ ਦੇਰ ਤੱਕ ਤੁਹਾਡੇ ਸਿਸਟਮ 'ਤੇ ਕਾਬਜ਼ ਨੇ ਮੱਕੜੇ, ਉਨੀ ਦੇਰ ਤੱਕ ਕੁਛ ਨਹੀਂ ਬਣ ਸਕਦਾ। ਹਾਲਤ ਕੀ ਹੋਈ ਹੈ ਕਿ ਸਾਡਾ ਜਿਹੜਾ ਮੁਲਕ ਹੈ ਨਾ, ਇੱਥੇ ਅਸੀਂ ਬਾਹਰ ਦੇਖਿਆ ਨਹੀਂ ਅਸਲ ਜਾ। ਮੈਂ 60 ਤੋਂ ਬਾਅਦ UAE ਹੈ, ਮੈਂ ਉਹਦਾ ਇੱਕ ਇੱਕ ਕੋਨਾ ਫਿਰਿਆ, ਦੁਬਈ, ਅਬੂਧਾਬੀ, ਸ਼ਾਰਜਾ, ਅਜਮਾਨ, ਵੈਸਲ ਗੇਮਾਂ ਸਾਰਾ ਫਿਰਿਆ, ਔਰ ਉਹਦੇ ਵਿੱਚ ਜਿਹੜੀ ਡਿਕਟੇਟਰਸ਼ਿਪ ਹੈ ਉਹਨੇ ਉੱਥੇ ਉਹ ਕੁਛ ਪੈਦਾ ਕਰ ਸਕਦਾ ਜਦੋਂ ਤੁਸੀਂ ਸੁਪਨਾ ਵੀ ਨਹੀਂ ਲੈ ਸਕਦੇ। ਤਾਨਾਸ਼ਾਹੀ, ਪਰ ਮੁਲਕ ਨੂੰ ਮੁਹੱਬਤ ਕਰਨ ਵਾਲੇ, ਪਿਆਰ ਕਰਨ ਵਾਲੇ ਬੰਦੇ ਨੇ ਜਿਹੜੇ ਉੱਥੋਂ ਦੇ ਵਤਨੀ ਨੇ, ਉਹਨੂੰ ਅਸਮਾਨ 'ਤੇ ਪਹੁੰਚਾ ਦਿੱਤਾ। ਸਾਡੇ ਕੀ ਬਣਿਆ ਕਿ ਬੰਦੇ ਬੱਚੇ ਜਿਹੜੇ ਨੇ ਵਿਦੇਸ਼ਾਂ 'ਚ ਭੱਜ ਰਹੇ, ਅਸੀਂ ਉਹਨੂੰ ਕਹਿੰਦੇ ਪੁੱਤ ਨਾ ਜਾਓ, ਇੱਥੇ ਰਹੋ, ਕਹਿੰਦੇ ਨੌਕਰੀ ਤੋਂ ਆਓ। ਫਿਰ ਅਸੀਂ ਕੀ ਕਿੱਥੋਂ ਦਵਾਈਏ ਨੌਕਰੀਆਂ ਨਾਲ? ਇਹਦੀ ਜਿਹੜੀ ਸਾਰੇ ਸਾਰਾ ਸੰਕਟ ਦੀ ਜੜ ਹੈ, ਉਹ ਸਾਡੇ ਇਹ ਤਿੰਨਾਂ ਦਾ ਜਿਹੜਾ ਆਪਸ ਵਿੱਚ ਗੱਠਜੋੜ ਹੋਇਆ ਇਹ ਹੈ। ਉਹ ਨਸ਼ਿਆਂ ਵੱਲ ਵੱਧ ਰਹੇ ਨੇ, ਉਹ ਗੈਂਗਸਟਰਸ ਪੈਦਾ ਹੁੰਦੇ ਪਏ ਨੇ, ਇਹ ਸਾਰੇ ਕੁਛ ਨੇ ਸਾਡੇ ਮੁਲਕ ਨੂੰ ਤਬਾਹ ਕਰ ਦਿੱਤਾ। ਸਾਡਾ ਮੁਲਕ ਕਾਰਪੋਰੇਟ ਘਰਾਣਿਆਂ ਦੀ ਗ੍ਰਿਫਤ 'ਚ ਆ ਗਿਆ ਪੂਰੇ ਤਰੀਕੇ ਨਾਲ। ਵੈਸੇ ਤਾਂ ਪੂਰੀ ਦੁਨੀਆ ਹੀ ਇਸ ਵੇਲੇ ਦੁਨੀਆਂ ਨੂੰ ਚਲਾਉਣ ਵਾਲੇ, 7 ਅਰਬ ਆਬਾਦੀ ਨੂੰ ਚਲਾਉਣ ਵਾਲੇ ਗਿਣਤੀ ਦੇ ਕਾਰਪੋਰੇਟ ਘਰਾਣੇ ਨੇ, ਔਰ ਕੋਈ ਜ਼ਮੀਨ ਵੇਚਦਾ ਪਿਆ, ਕੋਈ ਮਸ਼ੀਨ ਵੇਚਦਾ ਪਿਆ। ਜ਼ਮੀਨਾਂ 'ਤੇ ਕਾਬਜ਼ ਹੋ ਗਏ ਨੇ, ਮਸ਼ੀਨਾਂ 'ਤੇ ਕਾਬਜ਼ ਹੋ ਗਏ, ਔਰ ਇੰਝ ਲੱਗਦਾ ਪਿਆ ਕਿ ਦੁਨੀਆਂ ਦੇ ਵਿੱਚ ਹਰ ਚੀਜ਼ ਰੁਕਾਊ ਹੋ ਗਈ, ਔਰ ਜਿਹਦੇ ਕੋਲ ਕੁਝ ਨਹੀਂ ਵੇਚਣ ਲਈ ਆਪਣੀ ਜ਼ਮੀਨ ਵੇਚੀ ਜਾ ਰਿਹਾ। ਔਰ ਇਸ ਵਰਗ ਦੇ ਵਿੱਚ ਸਾਡਾ ਬੁੱਧੀਜੀਵੀ ਸ਼ਾਮਿਲ ਹੋ ਗਿਆ, ਸਾਡਾ ਪੜ੍ਹਿਆ ਲਿਖਿਆ ਦਾਨਸ਼ਵਰ ਵੀ ਸ਼ਾਮਿਲ ਹੋ ਗਿਆ। ਚਾਹੀਦਾ ਇਹ ਸੀ ਕਿ ਇਹ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ, ਲੋਕਾਂ ਨੂੰ ਇਕੱਠੇ ਹੋਣ ਦੀ, ਕਿਉਂਕਿ ਜੋ ਵੀ ਕੁਛ ਪੈਦਾ ਹੋਣਾ ਨਾ ਲੋਕਾਂ ਦੀ ਤਾਕਤ 'ਚੋਂ ਪੈਦਾ ਹੋਣਾ। ਪਰ ਜੇ ਸਾਡਾ ਬੁੱਧੀਜੀਵੀ ਕਾਰਪੋਰੇਟ ਸੈਕਟਰ ਨਾਲ ਰਲ ਗਿਆ ਅਤੇ ਸਾਡਾ ਜਿਹੜਾ ਆਵਾਮ ਹੈ ਉਹ ਸੁੱਤਾ ਪਿਆ, ਅਤੇ ਤਬਦੀਲੀ ਕੀ ਆਏਗੀ? ਕੋਈ ਤਬਦੀਲੀ ਨਹੀਂ ਵਾਪਰ ਸਕਦੀ। ਸੋ ਅਸੀਂ ਆਪਣੇ ਦੁੱਖਾਂ ਦੇ ਆਪ ਵੀ ਜ਼ਿੰਮੇਵਾਰ। ਦੋ ਸ਼ੇਰ ਮੈਂ ਰੰਧਾਵਾ ਸਾਹਿਬ ਨੇ ਬਹੁਤ ਸਾਰੇ ਸੁਣਾਏ ਨੇ, ਮੈਂ ਵੀ ਦੋ ਸ਼ੇਰ ਸੁਣਾ ਕੇ ਤੁਹਾਨੂੰ ਖਤਮ ਕਰਦਾ। ਰਾਹਤ ਇੰਦੌਰੀ ਨੇ ਦੋ ਸ਼ੇਰ ਲਿਖੇ ਨੇ,
ਕਹਿੰਦਾ ਨਈ ਹਵਾਓਂ ਕੀ ਸੋਹਬਤ ਵਿਗਾੜ ਦਿੱਤੀ ਹੈ, ਨਈ ਹਵਾਓਂ ਕੀ ਸੋਹਬਤ ਵਿਗਾੜ ਦਿੱਤੀ ਹੈ, ਕਬੂਤਰੋਂ ਕੋ ਖੁਲੀ ਹਵਾ ਵਿਗਾੜ ਦਿੱਤੀ ਹੈ, ਮਿਲਾਣਾ ਚਾਹਾ ਹੈ ਇਨਸਾਂ ਕੋ ਜਬ ਵੀ ਇਨਸਾਨ ਸੇ, ਮਿਲਾਣਾ ਚਾਹਾ ਹੈ ਜਬ ਵੀ ਇਨਸਾਨ ਕੋ ਇਨਸਾਨ ਸੇ, ਸਾਰੇ ਕਾਮ ਸਿਆਸਤ ਵਿਗਾੜ ਦਿੱਤੀ ਹੈ। ਪਤਾ ਤੁਸੀਂ ਕਈ ਜਣੇ ਬਹੁਤ ਜ਼ਿਆਦਾ ਤੰਗ ਹੋਏ ਹੋਏ ਹੋਵੋਗੇ, ਪਰ ਮੈਨੂੰ ਲੱਗਦਾ ਸੀ ਕਿ ਮੈਂ ਆਪਣੀਆਂ ਧੀਆਂ ਦੇ ਨਾਲ ਬੱਚਿਆਂ ਦੇ ਨਾਲ ਕੁਛ ਕੋਈ ਗੱਲ ਕਰਾਂ, ਤਾਂ ਕਿ ਸਾਡਾ ਜਿਹੜਾ ਹਾਲਾਤ ਇਹ ਮਾੜੇ, ਇਹ ਕੁਛ ਇਹਦੇ ਵਿੱਚ ਤਬਦੀਲੀ ਆਏ, ਸਾਡੇ ਲੋਕਾਂ ਨੂੰ ਚੰਗਾ ਸਾਹ ਆਉਣਾ ਸ਼ੁਰੂ ਹੋਏ। ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ। ਡਾਕਟਰ ਪਾਟੀਆ ਜੀ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ, ਬਹੁਤ ਹੀ ਵਿਸਥਾਰ ਨਾਲ ਸਾਨੂੰ ਜਾਣਕਾਰੀ ਦਿੱਤੀ, ਅਤੇ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ ਡਾਕਟਰ ਸੇਖੋਂ, ਪ੍ਰੋਫੈਸਰ ਸੁਰਿੰਦਰ ਕੁਮਾਰ ਜੀ ਰਾਜਨੀਤੀ ਵਿਭਾਗ ਤੋਂ, ਤਾਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਮੈਂ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਮੇਰੇ ਇਸ ਭਾਸ਼ਣ ਤੋਂ ਬਾਅਦ ਜੇ ਕੋਈ ਵਿਦਿਆਰਥੀ ਮੈਨੂੰ ਕੋਈ ਪ੍ਰਸ਼ਨ ਕਰਨਾ ਚਾਹੇ ਤਾਂ ਮੈਂ ਬਹੁਤ ਖੁਸ਼ ਹੋਵਾਂਗਾ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਮੇਰੇ ਲੈਕਚਰ ਨੂੰ, ਮੇਰੇ ਭਾਸ਼ਣ ਨੂੰ ਸੁਣ ਕੇ ਔਰ ਕੋਈ ਸਵਾਲ ਜਿਹੜਾ ਉਹਨਾਂ ਦੇ ਮਨ 'ਚ ਪੈਦਾ ਹੋਇਆ, ਤਾਂ ਸਵਾਲ ਤੁਸੀਂ ਪੁੱਛ ਸਕਦੇ ਹੋ ਪਲੀਜ਼। ਆਵੀ ਸ਼ਰਨਜੀਤ ਬੇਟੇ, ਨੁਕਸਾਨ ਤਾਂ ਜਿਹੜਾ ਨਾ ਫਾਇਦੇ ਹੀ ਫਾਇਦੇ ਨੇ ਉਹਨਾਂ ਨੂੰ। ਜਦੋਂ ਬੰਦਾ ਇੱਕ ਦੂਜੇ ਨਾਲ ਸੰਚਾਰ ਤੋਂ ਹੀ ਟੁੱਟ ਜਾਏਗਾ, ਠੀਕ ਹੈ ਨਾ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਕਿ ਜਿਸ ਵੀ ਖਿੱਤੇ ਨੂੰ ਖਤਮ ਕਰਨਾ ਹੋਵੇ ਨਾ, ਉੱਥੋਂ ਦੀ ਭਾਸ਼ਾ ਨੂੰ ਖਤਮ ਕਰ ਦਿਓ, ਉੱਥੋਂ ਦੇ ਸਾਹਿਤ ਨੂੰ ਖਤਮ ਕਰ ਦਿਓ, ਉੱਥੋਂ ਦੇ ਸੱਭਿਆਚਾਰ ਨੂੰ ਖਤਮ ਕਰ ਦਿਓ, ਅਤੇ ਫਿਰ ਬੰਦਾ ਸਿਰਫ ਉਹਨੇ ਕੱਪੜੇ ਪਾਏ ਹੋਣਗੇ, ਹੋਏਗਾ ਉਹ ਪਸ਼ੂ। ਅਤੇ ਜਿਹੜੀ ਰਾਜ ਕਰ ਰਹੀ ਸ਼੍ਰੇਣੀ ਹੈ ਨਾ, ਅਗਿਆਨਤਾ, ਅਨਪੜ੍ਹਤਾ, ਮੂਰਖਤਾ, ਜਹਾਲਤ, ਉਹਨੂੰ ਬਹੁਤ ਫਾਇਦਾ ਹੁੰਦਾ। ਫਿਰ ਐਵੇਂ ਕੋਈ 100 ਰੁਪਈਆ ਲੈ ਕੇ ਵੇਖ ਜਾਂਦਾ, ਕੋਈ ਚਾਦਰ ਲੈ ਕੇ ਵੇਖ ਜਾਂਦਾ, ਕੋਈ ਦਾਰੂ ਦੀ ਬੋਤਲ ਲੈ ਕੇ ਵੇਖ ਜਾਂਦਾ, ਉਹ ਬੜੇ ਮਜ਼ੇ ਨਾਲ ਰਾਜ ਕਰਦੇ ਨੇ। ਫਾਇਦੇ ਹੀ ਫਾਇਦੇ ਨੇ, ਨੁਕਸਾਨ ਕੋਈ ਨਹੀਂ ਹੈ ਲੋਕਾਂ ਦੀ ਅਨਪੜ੍ਹਤਾ ਦਾ ਜਹਾਲ। ਬਾਬਾ ਨਾਨਕ ਜੀ ਨੇ ਤੁਹਾਨੂੰ ਲਾਈਨਾਂ ਦੱਸੀਆਂ, ਅੰਨੀ ਰਈਅਤ ਗਿਆਨ ਵੀ ਹੋਣੀ, ਪਾਹੇ ਭਰੇ ਉਤਾਰ। ਸਭ ਤੋਂ ਵੱਧ ਗੱਲ ਆ ਉਹ ਇਸੇ ਕਰਕੇ ਕੱਢ ਦਿੱਤਾ ਨੇ ਕਿ ਹੁਣ ਦੀ ਗੱਲ ਨਹੀਂ, ਉਦੋਂ ਦੀ ਗੱਲ ਹੈ, ਠੀਕ ਹੈ ਨਾ, ਕਿ ਜਿੰਨੀ ਵੀ ਤੁਹਾਡੇ ਕੋਲ ਰਾਜ ਕਰ ਰਹੀ, ਹੁਣ ਥੋੜ੍ਹਾ ਵੱਧ ਗਿਆ ਰਾਜ ਕਰ ਰਹੀਆਂ ਸ਼੍ਰੇਣੀਆਂ, ਜਿੰਨੇ ਲੋਕ ਮੂਰਖ ਹੋਣਗੇ ਉਨੇ ਉਹ ਵੱਧ ਸੁਰੱਖਿਅਤ ਹੋਣਗੇ। ਮੈਂ ਖਾਲਸਾ ਕਾਲਜ 'ਚ ਗਿਆ, ਥੋੜ੍ਹੀ ਦੇਰ ਦੀ ਗੱਲ ਹੀ,
ਤੇ ਇੱਕ ਹੀ ਜਿਹੜੇ ਨਾ ਬੈਠੇ ਸੀ ਵਿਦਿਆਰਥੀ ਟੀਚਰਸ, ਤੇ ਇੱਕ ਹੀ ਦੇ ਇੱਕ ਹੀ ਮੇਰੇ ਸਟੂਡੈਂਟ, ਤੇ ਪ੍ਰਿੰਸੀਪਲ ਆਏ ਤਾਂ ਉਹਨਾਂ ਨੇ ਮੇਰੇ ਗੋਡਿਆਂ ਨੂੰ ਹੱਥ ਲਾਤਾ, ਉਹ ਵੀ ਮੇਰੇ ਸਟੂਡੈਂਟ। ਮੈਂ ਕਿਹਾ ਯਾਰ ਹੁਣ ਸਾਨੂੰ ਇਹ ਕੰਮ ਬੰਦ ਕਰ ਦੇਣਾ ਚਾਹੀਦਾ, ਹੁਣ ਤਾਂ ਸਾਡੇ ਵਿਦਿਆਰਥੀ ਇੰਨੇ ਵੱਡੇ ਹੋ ਗਏ ਨੇ। ਹੁਣ ਵੀ ਇੱਦਾਂ ਹੀ ਹੈ ਕਿ ਅਸਲ ਦੇ ਵਿੱਚ ਜਿਵੇਂ ਅਸੀਂ ਰੋਟੀ ਨਾ ਕਈ ਵਾਰੀ ਘਰ ਦੀ ਖਾਈਏ ਤੇ ਸਾਨੂੰ ਨਾ ਸਵਾਦ ਨਹੀਂ ਲੱਗਦੇ, ਤੇ ਜ਼ਾਇਕਾ ਬਦਲਣ ਵਾਸਤੇ ਅਸੀਂ ਹੋਟਲਾਂ 'ਚ ਕਲੱਬਾਂ 'ਚ ਤੁਰ ਜਾਂਦੇ ਹਾਂ ਅਤੇ ਉੱਥੋਂ ਜਾ ਕੇ ਖਾਂਦੇ ਹਾਂ, ਹਾਲਾਂਕਿ ਭਾਵੇਂ ਘਰ ਉਸ ਤੋਂ ਵਧੀਆ ਬਣਦੀ ਹੋਏ। ਹੁਣ ਪੁੱਛੋ ਨਾ ਵੀ ਇਸ ਹੋਟਲ ਦੀ ਰੋਟੀ ਕਿਹੋ ਜਿਹੀ ਹੈ, ਉਹ ਕਹਿੰਦੇ ਘਰ ਵਰਗੀ ਹੈ। ਉਹ ਕਹਿੰਦੇ ਬੇਵਕੂਫਾ ਘਰ ਖਾ ਫਿਰ, ਘਰ ਵਰਗੀ ਭਾਲਦਾ। ਸੋ ਇਹ ਜਿਹੜੇ ਤੁਹਾਡੇ ਆਪਣੇ ਅਧਿਆਪਕ ਨੇ ਸਰ ਦੇ ਸਾਰੇ, ਇਹ ਬਹੁਤ ਜ਼ਹੀਨ ਨੇ, ਸਿਆਣੇ ਨੇ, ਸਮਝਦਾਰ ਨੇ। ਅਰਵਿੰਦਰ ਬੈਠੀ ਸਾਡੇ ਕੋਈ ਪਿਆਰੀ ਬੱਚੀ ਸਾਡੀ ਤਾਲੀਬਾਨ, ਇਹ ਸਭ ਕੁਛ ਦੱਸਣ ਦੇ ਸਮਰੱਥ ਨੇ। ਤੁਹਾਡੇ ਨਾਲ ਸਿਰਫ ਜ਼ਾਇਕਾ ਬਦਲਣ ਲਈ ਸਾਨੂੰ ਕਈ ਵਾਰੀ ਬੁਲਾ ਲੈਂਦੇ ਨੇ, ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ। ਅਮਨ, ਨਵਜੋਤ, ਕੁਲਵੀਰ, ਕੋਈ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਪੈਦਾ ਹੋਇਆ ਹੋਵੇ? ਠੀਕ ਹੈ ਜੀ, ਹਾਂਜੀ ਹਾਂਜੀ ਬੇਟਾ, ਸਾਡਾ ਸਰੀਰ ਹੈ ਨਾ, ਮੇਰੇ ਧਿਆਨ ਨਾਲ ਗੱਲ ਤਾਂ ਸਾਰੇ ਸੁਣੋ, ਜਿਵੇਂ ਸਾਡਾ ਸਰੀਰ ਹੈ ਨਾ, ਸਾਨੂੰ ਆਪਣੇ ਅੰਗਾਂ ਦੀ ਜਿਹੜੀ ਗੁਪਤ ਹੈ ਨਾ ਪਤਾ ਨਹੀਂ, ਠੀਕ ਹੈ ਨਾ। ਐਟ ਬਾੜੀ ਉਂਗਲੀ 'ਤੇ ਸੱਟ ਵੱਜੇ ਨਾ, ਪਹਿਲਾਂ ਤਾਂ ਸੋਚੀਦਾ ਵੀ 10 ਉਂਗਲਾਂ 'ਤੇ ਕੀ ਲੋੜ ਸੀ, ਰੱਬ ਦੇ ਵਰਗਾ ਮੂਰਖ ਬੰਦਾ ਹੀ ਹੋਈ ਨਹੀਂ ਸੀ, ਐਵੇਂ ਇੱਕ ਅੱਧੀ ਉਂਗਲ ਨਾਲ ਕੰਮ ਬਲ ਜਾਣਾ ਸੀ। ਜਿਹੜੀ ਉਂਗਲ 'ਤੇ ਸੱਟ ਲੱਗ ਗਈ ਨਾ, ਉਹ ਮਰ ਗਿਆ ਯਾਰ, ਉਹ ਮੇਰੀ ਜਾਨ ਨਿਕਲ ਗਈ। ਸਾਡਾ ਸਾਰੇ ਸਾਰੇ ਅੰਗ ਇੱਕ ਦੂਜੇ ਨਾਲ ਜੁੜੇ ਨੇ, ਠੀਕ ਹੈ। ਇਹਨੂੰ ਅਸੀਂ ਕਹਿੰਦੇ ਹਾਂ ਔਰਗੈਨਿਕ ਰਜਿਸਟੈਂਸ ਕਹਿੰਦੇ ਹਾਂ, ਸਾਇੰਸ ਵਾਲੇ ਬੰਦੇ, ਬਾਇਓ ਵਾਲੇ ਬੰਦੇ। ਹੁਣ ਤੁਰੇ ਜਾਂਦੇ ਹਾਂ ਅਤੇ ਜ਼ਮੀਨ ਜੁੱਤੀ ਲੱਥ ਗਈ, ਜਰਾਬਾਂ ਲੱਥ ਗਈਆਂ, ਸਰਦੀ ਦੇ ਦਿਨ ਨੇ, ਪੈਰ ਥੱਲੇ ਰੱਖਿਆ, ਸ਼ੁਭ ਨਿੱਚ ਤੇ ਆਈ ਉੱਤੋਂ, ਇਹਦਾ ਮਤਲਬ ਹਰ ਚੀਜ਼ ਜੁੜੀ ਇੱਕ ਦੂਜੇ ਨਾਲ। ਔਰ ਇਸੇ ਤਰ੍ਹਾਂ ਹੀ ਤੁਹਾਡੀ ਭਾਸ਼ਾ, ਤੋਂ ਜਿਵੇਂ ਅੰਗਾਂ ਦਾ ਸਹਿਜ ਨਹੀਂ ਨਾ ਪਤਾ ਲੱਗਦਾ ਪਿਆ, ਤੁਹਾਨੂੰ ਭਾਸ਼ਾ ਦਾ ਸਹਿਜ ਵੀ ਨਹੀਂ ਸਮਝ ਆ ਰਿਹਾ। ਜਦੋਂ ਅਸੀਂ ਕਿਤੇ ਜਾਂਦੇ ਨੇ ਨਾ ਪੰਜਾਬੀ ਇੰਗਲੈਂਡ 'ਚ ਜਾਂ ਇੱਧਰ UAE 'ਚ, ਅਤੇ ਆਪਣੀ ਗੱਲ ਨਹੀਂ ਦੱਸਣੀ ਆਉਂਦੀ, ਹੈ ਨਾ, ਆਪਣੀ ਗੱਲ ਨਹੀਂ ਦੱਸਣੀ ਆਉਂਦੀ। ਇੱਕ ਬੰਦਾ ਖੜ੍ਹਾ ਸੀ ਟਿਕਟ ਵਾਲੀ ਲਾਈਨ 'ਚ, ਅਤੇ ਧੱਕਾ ਲੱਗੇ ਜੇ ਬਾਹਰ, ਧੱਕਾ ਲੱਗੇ ਜੇ ਬਾਹਰ, ਇੱਕ ਬੰਦੇ ਨੇ ਪੁੱਛਿਆ, ਉਹਨਾਂ ਨੂੰ ਅੰਗਰੇਜ਼ੀ ਉਹੋ ਜਿਹੀ ਆਉਂਦੀ ਹੈ ਜਿਹੜੀਆਂ ਉੱਥੋਂ ਆਉਂਦੀਆਂ ਨਾ ਮਾਤਾਵਾਂ, ਉਹ ਇੱਦਾਂ ਦੀ ਬੋਲਦੀਆਂ ਅੰਗਰੇਜ਼ੀ। ਮੈਂ ਰੋਡੋ ਰੋਡ ਤੁਰੀ ਜਾਂਦੀ ਸੀ, ਪੈਰ 'ਚ ਮੇਰੇ ਕੰਡਾ ਲੱਗਾ, ਪੈਰ ਬਲੱਡੋ ਬਲੱਡ ਹੋ ਗਿਆ, ਇਹੋ ਜਿਹੀ ਪੰਜਾਬੀ ਬੋਲਦੇ। ਉਹ ਹੁਣ ਜਿਹੜੀਆਂ ਮਾਤਾਵਾਂ ਨੇ ਨਾ, ਉਹਨੂੰ ਇੱਕ ਮਾਤਾ ਪੁੱਛਦੀ, ਬੜੀ ਸਭ ਪ੍ਰੋਬਲਮ, ਉਹ ਕਹਿੰਦੀ ਮੈਂ ਟਿਕਟ ਲਿਆ, ਮੈਂ ਜਾਣਾ ਨਹੀਂ ਗਾ, ਵਾਪਸ ਕਰਨੀ ਹੈ, ਨੋ ਪ੍ਰੋਬਲਮ, ਗਿਵ ਇਟ ਟੂ ਮੀ, ਔਰ ਫੜੀ ਕਹਿੰਦੇ ਟਿਕਟ ਬੈਕ, ਮਨੀ ਬੈਕ, ਉਸੇ ਪੈ ਵਾਪਸ ਆ। ਜਿਸ ਸਮਾਜ ਦੇ ਵਿੱਚ ਤੁਸੀਂ ਉੱਚਿਤ ਵਿਚਰਦੇ ਪਏ ਹੋ, ਜੇ ਤੁਹਾਨੂੰ ਉਹਦੀ ਭਾਸ਼ਾ ਨਹੀਂ ਆਉਂਦੀ ਤਾਂ ਤੁਸੀਂ ਪਸ਼ੂ ਤੋਂ ਵੱਧ ਨਹੀਂ ਰਹਿੰਦੇ। ਇਸੇ ਤਰ੍ਹਾਂ ਹੀ ਸੱਭਿਆਚਾਰ ਦਾ ਸਹਿਜ ਹੈ, ਅਸੀਂ ਜਿੰਨਾ ਮਰਜ਼ੀ ਦਿਲ ਕਰਦਾ ਗੋਹਾ ਹੜਕਾ ਕੇ ਫੜਕ ਅੰਦਰ ਵੜ ਜਾਂਦੇ ਹਾਂ ਨਾ, ਹੋਰ ਭੈਣ ਕੀ ਹਾਲ ਹੈ, ਹੋਰ ਭਰਾ ਕੀ ਹਾਲ ਹੈ, ਕਿਵੇਂ ਹੈ, ਕਿੱਦਾਂ। ਯੂਰਪੀਅਨ ਕੰਟਰੀ 'ਚ ਲੋਕਾਂ ਦੇ 50-50 ਸਾਲ ਦੇ ਰਿਲੇਸ਼ਨ ਨੇ,
ਔਰ ਕਿਸੇ ਦਾ ਘਰ ਨਹੀਂ ਦੇਖਿਆ ਉਹਨਾਂ ਨੂੰ। ਔਰ ਜੇ ਤੁਹਾਨੂੰ ਉਸ ਜਗ੍ਹਾ 'ਤੇ ਕਿਸੇ ਦੇ ਘਰ ਦਾ ਨੰਬਰ ਭੁੱਲ ਗਿਆ ਨਾ, ਤਾਂ ਭੁੱਲ ਜਾਓ ਕਿ ਤੁਸੀਂ ਉਹਦੇ ਘਰ ਪਹੁੰਚ ਜਾਓ। ਸੋ ਜਦੋਂ ਬੰਦੇ ਕੋਲ ਇਹ ਭਾਸ਼ਾ ਦਾ ਸਹਿਜ ਖੁਦ ਖੁੱਸਦਾ, ਉਹਦੇ ਸੱਭਿਆਚਾਰ ਦਾ ਆਪਣੇ ਸਹਿਜ ਖੁੱਸਦਾ, ਤਾਂ ਬੰਦਾ ਜਿਹੜਾ ਉਹਦੀ ਹੋਂਦ, ਉਹਦਾ ਵਜੂਦ, ਉਹਦੀ ਐਗਜ਼ਿਸਟੈਂਸ ਹੀ ਖਤਰੇ 'ਚ ਪੈ ਜਾਂਦਾ। ਸਾਡੀਆਂ ਸਾਰੀਆਂ ਗੱਲਾਂ ਨੂੰ ਠੀਕ ਨਹੀਂ ਮੰਨਣਾ। ਸਵਾਲ ਆਪਣੇ ਜ਼ਿਹਨ ਦੇ ਵਿੱਚ ਜਿੰਨੇ, ਮੇਰਾ ਮਕਸਦ ਇੱਕ ਸੀ ਕਿ ਤੁਹਾਡੇ ਅੰਦਰ ਵੱਧ ਤੋਂ ਵੱਧ ਸਵਾਲ ਬੀਜੇ ਜਾਣ, ਠੀਕ ਹੈ ਨਾ, ਤਾਂ ਕਿ ਉਹਨਾਂ ਸਵਾਲਾਂ ਦੇ ਨਾਲ ਤੁਸੀਂ, ਜਿਵੇਂ ਮੈਂ ਤੁਹਾਨੂੰ ਦੱਸਿਆ ਐਡਵਰਟੀਜ਼ਮੈਂਟਸ ਬਾਰੇ, ਜਿਵੇਂ ਮੈਂ ਤੁਹਾਨੂੰ ਦੱਸਿਆ ਅਖਬਾਰਾਂ ਬਾਰੇ, ਜਿਵੇਂ ਮੈਂ ਤੁਹਾਨੂੰ ਦੱਸਿਆ ਆ ਜਿਹੜਾ ਤੁਹਾਡਾ ਮੀਡੀਏ ਬਾਰੇ, ਇਹ ਕਿਵੇਂ ਤੁਹਾਡੇ ਮਾਇੰਡ ਨੂੰ ਅਕੂਪਾਈ ਕਰਦੇ ਪੈਣਾ, ਔਰ ਤੁਹਾਡੀ ਮਾਨਸਿਕਤਾ ਨੂੰ, ਤੁਹਾਡੇ ਸਰੀਰਾਂ ਨੂੰ ਗੁਲਾਮ ਕਰੀ ਜਾ ਰਹੇ। ਤੁਸੀਂ ਦੇਖੋ, ਆਪ ਟੀ ਵੀ 'ਤੇ ਦੇਖੋ ਸਾਰੀਆਂ ਜਿੰਨੀਆਂ ਐਡਵਰਟੀਜ਼ਮੈਂਟਸ ਆਉਂਦੀਆਂ, ਹਰ ਅਖਬਾਰ ਕਿਸੇ ਨਾ ਕਿਸੇ ਕਾਰਪੋਰੇਟ ਸੈਕਟਰ ਦੇ ਹੱਕ 'ਚ ਭੋਗਦੀ ਪਈ, ਜਿਹੜੇ ਖਿਲਾਫ ਭੋਗਦੇ ਨੇ ਚੁੱਕ ਕੇ ਅੰਦਰ ਸੁੱਟ ਦਿੰਦੇ ਉਹਨਾਂ। ਇਹ ਸਾਰਾ ਕੁਛ ਮੈਂ ਤੁਹਾਡੇ ਅੰਦਰ ਸਵਾਲਾਂ ਦੀ ਸ਼ਕਲ 'ਚ ਇਸ ਕਰਕੇ ਦਿੱਤਾ ਤਾਂ ਕਿ ਤੁਸੀਂ, ਤੁਹਾਨੂੰ ਸਿਸਟਮ ਸਮਝ ਆਉਣਾ ਸ਼ੁਰੂ ਹੋਇਆ। ਪੜ੍ਹੇ ਲਿਖੇ ਬੰਦੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨੂੰ ਡਿਗਰੀ ਬੀ ਏ ਦੀ ਹੋ ਗਈ, ਐੱਮ ਏ ਦੀ ਹੋ ਗਈ, ਐੱਮ ਫਿਲ ਦੀ ਹੋ ਗਈ, ਪੀ ਐੱਚ ਡੀ ਦੀ ਹੋ ਗਈ। ਇਹਨੂੰ ਅਸੀਂ ਕਹਿੰਦੇ ਹਾਂ ਇਲਮ। ਇਲਮ ਦਾ ਕੋਈ ਫਾਇਦਾ ਨਹੀਂ ਜੇਕਰ ਉਹ ਅਕਲ ਵਿੱਚ ਨਹੀਂ ਢਲਦਾ। ਤਾਂ ਤੁਹਾਡਾ ਇਲਮ ਤੁਹਾਡੀ ਅਕਲ ਰਾਹੀਂ ਪ੍ਰਗਟ ਹੋਣਾ ਚਾਹੀਦਾ। ਅਕਲ ਦਾ ਮਤਲਬ ਤੁਹਾਡੇ ਵਿਹਾਰ ਰਾਹੀਂ ਪ੍ਰਗਟ ਹੋਣਾ ਚਾਹੀਦਾ। ਆਮ ਤੌਰ 'ਤੇ ਵਾਪਰਦਾ ਇਹ ਹੈ, ਬੰਦੇ ਨੂੰ ਬਾਹਰੋਂ ਦੇਖਿਆ ਬਹੁਤ ਸੋਹਣਾ, ਵੱਡੀ ਗੱਡੀ 'ਚ ਉਤਰਿਆ, ਸਾਰਾ ਉਹਦੇ ਕੋਲ ਟੌਰ ਸ਼ੌਰ ਪੂਰੀ, ਅਤੇ ਉਹ ਜਦੋਂ ਬੋਲੇ ਤੁਹਾਨੂੰ ਲੱਗਦਾ ਕਿ ਬੋਲੀ ਜਾਂਦਾ। ਉਹ ਕਹਿੰਦੇ ਬੰਦਾ ਬਹੁਤ ਸੋਹਣਾ ਹੈ, ਪਰ ਉਨੀ ਦੇਰ ਜਿੰਨੀ ਦੇਰ ਤੱਕ ਬੋਲੇ ਨਾ। ਸੋ ਇਸ ਕਰਕੇ ਤੁਸੀਂ ਆਪਣੇ ਜ਼ਿੰਦਗੀ ਦੇ ਦੇਖਣ ਦੇ ਤਰੀਕੇ ਜਿਹੜੇ ਨੇ ਉਹਨਾਂ ਨੂੰ ਆਪਣੇ ਇਲਮ ਨਹੀਂ ਗਿਆਨ ਰਾਹੀਂ ਹਾਸਲ ਕਰੋ। ਫਾਰਸੀ 'ਚ ਦੋ ਲਫ਼ਜ਼ ਉਹਨਾਂ ਵੱਖਰੇ ਵੱਖਰੇ ਰੱਖੇ ਨੇ, ਇੱਕ ਨੂੰ ਕਹਿੰਦੇ ਨੇ ਇਲਮ, ਕਹਿੰਦੇ ਇਲਮ ਤਾਂ ਬਹੁਤ ਹੈਗਾ ਇਸ ਬੰਦੇ ਕੋਲ, ਪਰ ਅਕਲ ਦੀ ਝਰੀਟ ਨਹੀਂ ਆਈ ਇਹਦੇ, ਅਕਲ ਭੋੜਾ ਵੀ ਨਹੀਂ ਆਈ। ਸੋ ਕਈ ਵਾਰ ਇੱਦਾਂ ਵੀ ਹੁੰਦਾ ਕਿ ਕੁਝ ਲੋਕਾਂ ਨੇ ਜ਼ਿੰਦਗੀ ਨੂੰ, ਇਹ ਗੱਲ ਧਿਆਨ ਨਾਲ ਸੁਣੋ, ਅਮਲ ਬਾਬਾ ਨਾਨਕ ਕਿਹੜੇ ਯੂਨੀਵਰਸਿਟੀ 'ਚ ਗਏ ਸੀ, ਕਿਸੇ ਕਾਲਜ 'ਚ ਗਏ ਸੀ, ਉਹਨਾਂ ਦੇ ਲਈ ਜ਼ਿੰਦਗੀ ਹੀ ਇੱਕ ਬਹੁਤ ਖੂਬਸੂਰਤ ਕਿਤਾਬ ਹੁੰਦੀ। ਜਿਸ ਸਕਾਲਰ ਨੂੰ ਪੁੱਛਿਆ ਸੀ ਉਹਨਾਂ ਨੇ ਵੀ ਤੂੰ ਸਭ ਤੋਂ ਸੋਹਣੀ ਕਿਤਾਬ ਪੜ੍ਹੀ, ਕਿਹੜੀ ਪੜ੍ਹੀ ਹੈ, ਉਹ ਕਹਿੰਦਾ ਮੇਰੇ ਲਈ ਸਭ ਤੋਂ ਖੂਬਸੂਰਤ ਕਿਤਾਬ ਜ਼ਿੰਦਗੀ ਆਪ ਸੀ। ਸੋ ਜ਼ਿੰਦਗੀ ਵੀ ਇੱਕ ਕਿਤਾਬ ਹੈ, ਉਹਨੂੰ ਕਿਤਾਬਾਂ ਨੂੰ ਪੜ੍ਹੋ, ਦੂਜੀਆਂ ਕਿਤਾਬਾਂ ਅਤੇ ਜ਼ਿੰਦਗੀ ਦੀ ਕਿਤਾਬ, ਜਦੋਂ ਇਹ ਦੋਨੇ ਮਿਲ ਜਾਣਗੀਆਂ ਤਾਂ ਤੁਹਾਡੀ ਸਮਝ ਵਿੱਚ ਜ਼ਰੂਰ ਇਜ਼ਾਫਾ ਹੋਏਗਾ। ਥੈਂਕ ਯੂ ਵੈਰੀ ਮੱਚ। ਸਰ ਇੱਕ ਸਵਾਲ ਮੇਰਾ ਵੀ ਹੈ, ਉਹਦਾ ਜਵਾਬ ਆਪ ਹੀ ਦੇਣਾ। ਨਹੀਂ, ਜਿਵੇਂ ਸਰ ਅਸੀਂ ਪੜ੍ਹਾਉਂਦੇ ਹਾਂ ਨਾ, ਕਿੰਨੇ ਸਾਲ ਹੋ ਗਏ ਸਾਨੂੰ ਪੜ੍ਹਾਉਂਦਿਆਂ, ਔਰ ਅਸੀਂ ਤੁਹਾਡੇ ਕੋਲ ਪੜ੍ਹਦੇ ਰਹੇ। ਇੱਕ ਚੀਜ਼ ਵੇਖਣ ਵਿੱਚ ਆਉਂਦੀ ਹੈ, ਹੁਣ ਦੀ ਜਿਹੜੀ ਨਸਲ ਜਿਹੜੇ ਇੱਥੇ ਬੈਠੇ ਆ, ਮੈਂ ਹੁਣ ਵੀ ਓਬਜ਼ਰਵ ਕਰ ਰਹੀ ਹਾਂ ਵੀ ਚੀਜ਼, ਸਰ ਇੱਕ ਜਿਹੜੀ ਸੁਹਿਰਦਤਾ ਸੀ ਨਾ ਜ਼ਿੰਦਗੀ ਦੇ ਪ੍ਰਤੀ ਵੀ, ਸਮੇਂ ਦੇ ਪ੍ਰਤੀ ਵੀ। ਲਿਟਰੇਚਰ ਤਾਂ ਛੱਡ ਹੀ ਦਿਓ, ਪੜ੍ਹਾਈ ਵੀ ਛੱਡ ਦਿਓ, ਐਥਿਕਸ ਵੀ ਛੱਡ ਦਿਓ, ਆਪਣੇ ਆਪ ਪ੍ਰਤੀ ਜਿਹੜੀ ਇੱਕ ਸਿੰਸੈਰਿਟੀ, ਸੁਹਿਰਦਤਾ ਬਿਲਕੁਲ ਨਹੀਂ ਲੱਗਦੀ, ਹੈ ਨਾ। ਹਾਂ, ਮਤਲਬ ਇਸ ਗੱਲ ਦਾ ਸਾਨੂੰ ਬੜਾ ਅਫਸੋਸ ਹੁੰਦਾ। ਵਜ੍ਹਾ ਉਹਦਾ ਕਸੂਰ ਸਾਡਾ, ਸਾਡਾ ਕਸੂਰ ਕੀ ਹੈ,
ਕਿ ਅਸੀਂ ਮੈਂ ਤੁਹਾਨੂੰ ਜਿਹੜੀ ਗੱਲ ਕਹੀ ਹੈ ਨਾ ਕਿ ਅਸੀਂ ਬੰਦਾ ਪੈਦਾ ਕੀਤਾ ਖਾਓ ਪੰਜਾਬੀ ਲਓ ਜੀ ਬੱਲੇ ਬੱਲੇ ਪ੍ਰਾਹੁਣਾ ਚਾਰੇ ਘਰ ਕੋਲ ਪ੍ਰਾਹੁਣਾ ਆ ਜੇ ਉਹਦੇ ਗਿਆ ਰੱਖੋ ਉਹਦੇ ਗਿਆ ਰੱਖੋ ਉਹਦੇ ਗਿਆ ਸਾਡਾ ਕਲਚਰ ਅਜੇ ਵੀ ਫਿਜ਼ੀਕਲ ਕਲਚਰ ਹੈ ਮੈਨੂੰ ਪਤਾ ਬਹੁਤ ਔਖੇ ਹੋ ਕੇ ਬੈਠੇ ਨੇ ਸਾਰੇ ਜਿਹੜੇ ਬੈਠੇ ਨੇ ਬਹੁਤ ਤੰਗ ਹੋ ਕੇ ਬੈਠੇ ਤੁਸੀਂ ਔਖੇ ਹੋ ਕੇ ਨਹੀਂ ਬੈਠੇ ਮੈਂ ਨਾ ਇੱਕ ਤੁਹਾਨੂੰ ਘਟਨਾ ਸੁਣਾਉਂਦਾ ਕਿਉਂਕਿ ਤੁਸੀਂ ਬੋਰ ਬਹੁਤ ਕੀਤਾ ਥੋੜ੍ਹੀ ਤੁਹਾਨੂੰ ਖੁਸ਼ ਕਰਨ ਵਾਲੀ ਕਿ ਮੈਂ ਨਾ ਕਿਸੇ ਗੁਰਦੁਆਰੇ ਬੈਠਾ ਸੀ ਅਤੇ ਮੇਰੇ ਨਾ ਪਿੱਛੇ ਕੋਈ ਬੰਦਾ ਬੈਠਾ ਸੀ ਮੈਂ ਬਹੁਤ ਘੱਟ ਜਾਂਦਾ ਵਾਂ ਮੈਂ ਪੜ੍ਹਨ 'ਚ ਵੱਧ ਯਕੀਨ ਰੱਖਦਾ ਸਮਝਣ 'ਚ ਵੱਧ ਯਕੀਨ ਰੱਖਦਾ ਅਤੇ ਕੋਈ ਨੇ ਕਿਹਾ ਜ਼ੋਰ ਲਾਇਆ ਵੀ ਆਓ ਚਲਾ ਗਿਆ ਉਹ ਬੰਦਾ ਨੇ ਇੱਕ ਵਾਰੀ ਮੇਰੇ ਭੱਜਿਆ ਸਿਰ ਉਹਦਾ ਉਹ ਮੈਂ ਥੋੜ੍ਹਾ ਸਿੱਧਾ ਹੋ ਗਿਆ ਫਿਰ ਥੋੜ੍ਹੀ ਦੇਰ ਵਿੱਚ ਫਿਰ ਵੱਜਾ ਜਦੋਂ ਤਿੰਨ ਚਾਰ ਵਾਰੀ ਵੱਜਾ ਨਾ ਅਤੇ ਮੈਨੂੰ ਪੁੱਛਿਆ ਕੌਣ ਨੇ ਇਹ ਜਿਹੜੇ ਪਿੱਛੇ ਬੈਠੇ ਨੇ ਸਰਦਾਰ ਸਾਹਿਬ ਕਹਿੰਦੇ ਜੀ ਇਹ ਪ੍ਰਧਾਨ ਜੀ ਨੇ ਉਹ ਮੈਂ ਕਿਹਾ ਪ੍ਰਧਾਨ ਹੈ ਅਤੇ ਇਹ ਘੜੀ ਮੁੜੀ ਮੇਰੇ ਪਿੱਛੇ ਵੱਜਣ ਡਿਆ ਪੱਗ ਵੱਜ ਗਈ ਇਹਦੀ ਕਹਿੰਦੇ ਜੀ ਇਹਨਾਂ ਦੀ ਲੇਬ ਲੱਗੀ ਹੈ ਉਹ ਮੈਂ ਕਿਹਾ ਸਵਾਹ ਲੇਬ ਲੱਗੀ ਇਹਨੂੰ ਸਮਝ ਆਉਂਦਾ ਹੋਇਆ ਇਹਦੀ ਅੱਖਾਂ ਕਿੱਦਾਂ ਬੰਦ ਹੋ ਜਾਣ ਜੇ ਤੁਹਾਨੂੰ ਕੋਈ ਚੀਜ਼ ਸਮਝ ਆ ਰਹੀ ਹੈ ਤੁਸੀਂ ਉਹਦੇ ਨਾਲ ਜੁੜੇ ਰਹੋ ਤੁਹਾਨੂੰ ਨੀਂਦ ਨਿਹੋਂ ਵਾਲੇ ਨੈਣਾ ਕੀ ਨੀਂਦ ਨੀਂਦ ਕਿੱਥੋਂ ਆ ਜੂਗੀ ਠੀਕ ਹੈ ਨਾ ਸਵਿਰਤਾ ਇਸ ਕਰਕੇ ਨਹੀਂ ਆਈ ਕਿ ਅਸੀਂ ਤਾਂ ਜਿਹਨੂੰ ਜਿਹੜਾ ਕੋਨਸੈਪਟ ਹੈ ਨਾ ਕੋਨਸੈਪਟ ਆਫ ਐਲੀਨੇਸ਼ਨ ਐਲੀਨੇਸ਼ਨ ਦਾ ਮਤਲਬ ਇਹ ਹੈ ਅਸੀਂ ਆਪਣੇ ਸਮਾਜ ਤੋਂ ਟੁੱਟ ਗਏ ਅਸੀਂ ਆਪਣੇ ਪਰਿਵਾਰ ਤੋਂ ਟੁੱਟ ਗਏ ਅਸੀਂ ਆਪਣੇ ਆਪ ਤੋਂ ਟੁੱਟ ਗਏ ਆਹ ਗੱਲ ਮੇਰੀ ਧਿਆਨ ਨਾਲ ਸੁਣੋ ਘਰ 'ਚ ਜੇ ਚਾਰ ਮੈਂਬਰ ਨੇ ਨਾ ਸਿਰਫ ਅਤੇ ਅੱਗੇ ਤਾਂ ਕਹਿੰਦੇ ਸੀ ਨਾ ਇੱਕ ਘਰ ਹੈ ਜਿਹ 'ਚ ਚਾਰ ਮੈਂਬਰ ਨੇ ਹੁਣ ਚਾਰ ਮੈਂਬਰ ਇੱਕ ਘਰ 'ਚ ਨਹੀਂ ਚਾਰ ਘਰ ਨੇ ਹਰ ਬੰਦਾ ਸਕਰੋਲਿੰਗ ਕਰੀ ਜਾ ਰਿਹਾ ਜਿਹੜਾ ਨੇੜੇ ਆ ਉਹ ਦੂਰ ਹੋ ਗਿਆ ਦੂਰ ਵਾਲਾ ਨੇੜੇ ਹੋ ਗਿਆ ਹੋਇਆ ਇੱਦਾਂ ਕਿ ਨਹੀਂ ਹੋਇਆ ਹੋਇਆ ਨਾ ਇੱਦਾਂ ਹੋਇਆ ਕਿ ਸਕਰੋਲਿੰਗ ਕਰੀ ਜਾ ਰਿਹਾ ਉਹ ਜਿਹੜਾ ਦੂਰ ਸੀ ਉਹ ਨੇੜੇ ਹੋ ਗਿਆ ਹੋਇਆ ਉਹ ਵੀ ਨਹੀਂ ਨੇੜੇ ਜਿਹੜਾ ਨੇੜੇ ਵਾਲਾ ਸੀ ਉਹ ਦੂਰ ਹੋ ਗਿਆ ਕਦਰਾਂ ਕੀਮਤਾਂ ਖਤਮ ਹੋ ਗਈਆਂ ਅਸੀਂ ਜਿਹੜੇ ਅਜੇ ਤੋਂ ਬਜ਼ੁਰਗ ਘਰ ਖੋਲ੍ਹਦੇ ਨੇ ਨਾ ਹੁਣ ਇੱਥੇ ਖੁੱਲ੍ਹਣੇ ਸ਼ੁਰੂ ਹੋ ਗਿਆ ਪੰਜਾਬ 'ਚ ਵੀ ਮੈਂ ਇੰਗਲੈਂਡ 'ਚ ਜਿੱਥੇ ਜਿੱਥੇ ਵੀ ਬਜ਼ੁਰਗ ਘਰ ਖੋਲ੍ਹੇ ਵਾਰ ਵਾਰ ਗਿਆ ਮੈਨੂੰ ਕਿਹਾ ਆਪਣਾ ਨਾਂ ਨਾ ਦੱਸੋ ਮੈਨੂੰ ਆਪਣਾ ਪਿੰਡ ਨਾ ਦੱਸੋ ਆਪਣਾ ਉਹਦਾ ਨਾਂ ਦੱਸੋ ਇਹ ਦੱਸੋ ਵੀ ਹਾਉ ਯੂ ਫੀਲ ਹੀਅਰ ਉਹ ਕਹਿੰਦੇ ਜਦੋਂ ਤਾਂ ਨਿਆਣੇ ਪੈਦਾ ਹੋਏ ਨੇ ਉਹ ਛੋਟੇ ਛੋਟੇ ਨਿਆਣੇ ਰੇਟ ਬਹੁਤ ਨੇ 3-4 ਹਜ਼ਾਰ ਪਾਉਂਡ ਲੱਗਦੇ ਨੇ ਇੱਕ ਮਹੀਨੇ ਦੇ ਨੂੰ ਬੱਚੇ ਨੂੰ ਪਾਲਣ ਦੇ ਕਹਿੰਦੇ ਉਦੋਂ ਤਾਂ ਆਵਾਜ਼ਾਂ ਮਾਰਦੇ ਭਾਪਾ ਜੀ ਆ ਜਾਓ ਮੰਮੀ ਜੀ ਆ ਜਾਓ ਮੰਮੀ ਜੀ ਆ ਜਾਓ ਭਾਪਾ ਜੀ ਆ ਜਾਓ ਭਾਪਾ ਜੀ ਆ ਜਾਓ ਕਹਿੰਦੇ ਤਾਂ ਮੂਵਮੈਂਟ ਤੋਂ ਵੱਡੇ ਹੋਏ ਨੇ ਅਤੇ ਨਿਆਣਿਆਂ ਨੂੰ ਵੀ ਸਾਡੇ ਕੋਲ ਬੋ ਆਉਣੀ ਸ਼ੁਰੂ ਹੋ ਗਈ ਹੈ ਅਤੇ ਨੌਂ ਪੁੱਤ ਵੀ ਨਹੀਂ ਪੁੱਛਦੇ ਕਹਿੰਦੇ ਸਾਨੂੰ ਸੁੱਟ ਕੇ ਬਜ਼ੁਰਗ ਕਰਾਂਗੇ ਜੇ ਅਸੀਂ ਆਪਣੀ ਪਿਛਲੀ ਪੀੜ੍ਹੀ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਾਂਗੇ ਅਸੀਂ ਬੰਦਾ ਹੀ ਨਹੀਂ ਪੈਦਾ ਕਰਦੇ ਪਏ ਬੰਦੇ 'ਚੋਂ ਬੰਦਾ ਮਰ ਗਿਆ ਉਹਦੇ ਕਾਰਨ ਸਾਡੇ ਸਿਸਟਮ 'ਚ ਵੀ ਪਏ ਨੇ ਔਰ ਸਾਡੀ ਬੇਅਕਲੀ 'ਚ ਵੀ ਪਏ ਨੇ ਸਾਡੀ ਜਹਾਲਤ 'ਚ ਵੀ ਪਏ ਠੀਕ ਹੈ ਨਾ ਸੋ ਸਾਡੀ ਜੇ ਵਿੱਦਿਆ ਸਾਡਾ ਇਲਮ ਜੇ ਸਾਨੂੰ ਇੰਨੀ ਅਕਲ ਵੀ ਨਹੀਂ ਸਿਖਾਉਂਦਾ ਵੀ ਅਸੀਂ ਇਨਸਾਨ ਬਣੀ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਸਮਾਜ ਕਿੱਧਰ ਨੂੰ ਜਾਏ ਠੀਕ ਹੈ ਔਰ ਮੇਰੇ ਖਿਆਲ ਹੋਰ ਕਿਸੇ ਨੇ ਪੁੱਛਣਾ ਦੱਸੋ ਮੈਂ ਪਿਛਲੇ ਕਾਲਜ ਕੀਤੀ ਹੈ ਉੱਥੇ ਡਿਸਕ੍ਰਿਮੀਨੇਸ਼ਨ ਦੇ ਨਾਮ ਤੇ ਮਤਲਬ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਇੱਕ ਕੁੜੀ ਸੀ
ਜਿਹੜੀ ਬਹੁਤ ਅੱਛੀ ਸੀ, ਹਰੇਕ ਕੰਮ 'ਚ ਅੱਗੇ ਸੀ। ਜਸਟ ਬਿਕੋਜ਼ ਉਹਨੂੰ ਇਸ ਲਈ ਐਡਗਰ ਲਈ ਬਣਾਇਆ ਗਿਆ ਕਿਉਂਕਿ ਉਹ ਪਿਓਰ ਠੇਠ ਪੰਜਾਬੀ ਬੋਲਦੀ ਸੀ, ਉਹ ਪਿੰਡ ਦੀ ਸੀ। ਔਰ ਦੂਸਰੀ ਲੜਕੀ ਨੂੰ ਇਸ ਲੜਕੀ ਇੰਗਲਿਸ਼ 'ਚ, ਇੰਗਲਿਸ਼ ਉਹਦੀ ਅੱਛੀ ਸੀ, ਇਸ ਕਰਕੇ ਉਹਨੂੰ ਐਡਗਰ ਬਣਾਇਆ। ਜਦਕਿ ਉਹਨੂੰ ਕੁਛ ਵੀ ਨਹੀਂ ਪਤਾ ਸੀ, ਉਹ ਕਿਸੇ ਚੀਜ਼ ਨੂੰ ਮਤਲਬ ਹੈਂਡਲ ਹੀ ਨਹੀਂ ਕਰ ਪਾ ਰਹੀ ਸੀ, ਸਿਰਫ ਇੱਕ ਪੰਜਾਬੀ ਕਰਕੇ ਉਹ ਕੁੜੀ ਨੂੰ ਪਿੱਛੇ ਰੱਖਿਆ ਗਿਆ। ਅਤੇ ਫਿਰ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਗਲਤ ਕਰ ਰਹੇ ਹਾਂ ਕਿ ਪੰਜਾਬੀ ਨੂੰ ਅਸੀਂ ਚੂਜ਼ ਕਰਕੇ, ਕਿਉਂ ਹੈ ਇਸ ਚੀਜ਼ ਕੀ ਹੋਈ। ਬੇਟਾ ਪਹਿਲੀ ਗੱਲ ਤਾਂ ਮੈਂ ਇਹ ਕਹੀ ਤੁਹਾਨੂੰ ਕਿ ਪੰਜਾਬੀ ਸਿੱਖਣ ਦਾ ਮਤਲਬ ਇਹ ਨਹੀਂ, ਜਿਵੇਂ ਹੁਣ ਤੁਸੀਂ ਬਹੁਤ ਸਾਰੇ ਲਫ਼ਜ਼ ਅੰਗਰੇਜ਼ੀ ਵੀ ਬੋਲੇ, ਡਿਸਕ੍ਰੀਮੀਨੇਸ਼ਨ ਬੋਲਿਆ, ਹੋਰ ਬਹੁਤ ਸਾਰੇ। ਮੰਨ ਲਓ ਮੈਂ ਤੁਹਾਨੂੰ ਦੱਸਿਆ ਕਿ ਆਈ ਪ੍ਰੈਜੈਂਟਡ ਅ ਪੇਪਰ ਇਨ ਇੰਗਲੈਂਡ, ਗਲੋਬਲਾਈਜੇਸ਼ਨ ਐਂਡ ਇਟਸ ਇੰਪੈਕਟ ਔਨ ਲੈਂਗੁਏਜ ਲਿਟਰੇਚਰ ਐਂਡ ਕਲਚਰ, ਔਰ ਹਿੰਦੁਸਤਾਨ ਦਾ ਦੂਜਾ ਕੋਨਾ ਤਿਰਵਨੰਤਾਪੁਰਮ, ਉਹਦੇ 'ਚ ਪੇਪਰ ਪੜ੍ਹੇ, ਮੈਸੂਰ 'ਚ ਪੜ੍ਹੇ, ਬੈਂਗਲੌਰ 'ਚ ਪੜ੍ਹੇ, ਯੂਨੀਵਰਸਿਟੀਆਂ 'ਚ। ਹੁਣ ਹਾਲਤ ਇਹ, ਜੇ ਉਹ ਪੰਜਾਬੀ ਨਹੀਂ ਸਮਝਦੇ ਅਤੇ ਸਾਨੂੰ ਅੰਗਰੇਜ਼ੀ ਆਉਂਦੀ ਹੈ ਅਤੇ ਅਸੀਂ ਇਹ ਸਲਾਹ ਕਰਦੇ ਹਾਂ ਕਿ ਨਹੀਂ ਅਸੀਂ ਪੰਜਾਬੀ 'ਚ ਬੋਲਾਂਗੇ, ਤਾਂ ਇਹਦੇ ਨਾਲ ਕਮਿਊਨੀਕੇਸ਼ਨ ਨਹੀਂ ਹੋ ਸਕਦੀ, ਠੀਕ ਹੈ ਨਾ। ਆਪਣੇ ਅੰਦਰੋਂ ਲੋਕਾਂ ਨੂੰ ਇਹ ਹੀਨ ਭਾਵਨਾ ਕੱਢਣੀ ਚਾਹੀਦੀ, ਬੋਲਣ ਵਾਲਿਆਂ ਨੂੰ ਵੀ ਅਤੇ ਸਮਝਣ ਵਾਲਿਆਂ ਨੂੰ ਔਰ ਸਿਸਟਮ ਚਲਾਉਣ ਵਾਲਿਆਂ ਨੂੰ। ਮੈਂ ਸਿਰਫ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੈਂ ਬਠਿੰਡਾ ਯੂਨੀਵਰਸਿਟੀ ਦੇ ਵਿੱਚ ਇੰਟਰਵਿਊ ਲੈਂਦਾ ਪਿਆ ਸੀ ਲੈਕਚਰ ਦੀ, ਪੰਜਾਬ 'ਚ ਬਹੁਤ ਸਾਰਾ ਜਿਹੜਾ, ਪੰਜਾਬ 'ਚ, ਜੰਮੂ ਕਸ਼ਮੀਰ 'ਚ, ਦਿੱਲੀ 'ਚ ਬਹੁਤ ਸਾਰਾ ਸਟਾਫ ਮੇਰਾ ਭਰਤੀ ਕੀਤਾ। ਅਸੀਂ ਪਹਿਲਾਂ ਬ੍ਰੇਕਫਾਸਟ ਕਰਦੇ ਪਏ ਸੀ ਅਤੇ ਇੱਕ ਲੇਡੀ ਜਿਹੜੀ ਹੈ ਉਹ ਨਾਲ ਬੈਠੀ ਸੀ ਅਤੇ ਅਸੀਂ ਗੱਲਾਂ ਗੁੱਲਾਂ ਕਰਦੇ ਰਹੇ। ਉਹਦੇ ਤੋਂ ਵਾਈਸ ਚਾਂਸਲਰ ਆ ਗਿਆ ਸੈਂਟਰਲ ਯੂਨੀਵਰਸਿਟੀ ਦਾ ਅਤੇ ਉਹ ਕਹਿੰਦੇ, ਆਈ ਥਿੰਕ ਯੂ ਆਰ ਅਕੁਆਇੰਟਡ ਵਿਦ ਈਚ ਅਦਰ, ਯੂ ਨੋ ਈਚ ਅਦਰ। ਮੈਂ ਕਹਿੰਦਾ ਵੀ ਆਰ ਨੋਟ ਅਕੁਆਇੰਟਡ ਵਿਦ, ਵੀ ਆਰ ਜਸਟ ਸਿਟਿੰਗ ਹੀਅਰ ਐਂਡ ਟੇਕਿੰਗ ਅਵਰ ਬ੍ਰੇਕਫਾਸਟ। ਉਹਦੇ ਇੰਟਰਵਿਊ ਸ਼ੁਰੂ ਹੋ ਗਈ ਪੰਜਾਬੀ ਦੇ ਲੈਕਚਰ ਦੀ, ਇੰਟਰਵਿਊ ਸੀ, ਦੋ ਪੋਸਟਾਂ ਸੀ। ਉਹ ਲੇਡੀ ਅੰਦਰ ਜਾ ਕੇ ਮੈਨੂੰ ਪਤਾ ਲੱਗਾ ਕਿ ਸੈਂਟਰਲ ਯੂਨੀਵਰਸਿਟੀ ਹੈਦਰਾਬਾਦ ਦੀ ਵਾਈਸ ਚਾਂਸਲਰ, ਪੂਰੇ ਉਹਨੇ ਸੋਲੀਟਰ ਸਾਰੇ ਪਾਏ, ਪੂਰੇ ਐਨ ਸਾਰੇ ਸਾਰੇ, ਉਹਨਾਂ ਤਾਂ ਪਤਾ ਨਹੀਂ ਨਾ ਲੱਗਦੀ, ਉਹਨਾਂ ਨਹੀਂ ਪਤਾ ਲੱਗਦੀ। ਖੁਸ਼ਵੰਤ ਸਿੰਘ ਨੇ ਜਨ ਤੋਂ ਪਹਿਲਾਂ ਇਹ ਚੁਟਕਲਾ ਲਿਖਿਆ, ਕਹਿੰਦਾ ਇਸ ਪਾਰਲਰ ਵਿੱਚੋਂ ਨਿਕਲਣ ਵਾਲੀ ਕਿਸੇ ਵੀ ਕੁੜੀ ਨੂੰ ਮਜ਼ਾਕ ਨਾ ਕਰੋ। ਉਹਦੀ ਦੂਜੀ ਲਾਈਨ ਪਤਾ ਕੀ ਸੀ? ਕਹਿੰਦਾ ਉਹ ਤੁਹਾਡੀ ਦਾਦੀ ਜਾਂ ਨਾਨੀ ਹੋ ਸਕਦੀ ਹੈ। ਔਰ ਹੋਇਆ ਕੀ ਕਿ ਅੰਦਰ ਬੈਠੇ ਉਹ ਕਹਿੰਦੇ, ਡਾਕਟਰ ਸਾਹਿਬ ਆਈ ਰਿਕੁਐਸਟ ਯੂ ਕਾਈਂਡਲੀ ਕਨਵੇ ਮਾਈ ਫੀਲਿੰਗਸ ਟੂ ਸਟੂਡੈਂਟਸ ਦੈਟ ਆਈ ਐਮ ਅਨਏਬਲ ਟੂ ਅੰਡਰਸਟੈਂਡ ਪੰਜਾਬੀ ਐਂਡ ਹਿੰਦੀ, ਦੇਅਰ ਫੋਰ ਦੇ ਸ਼ੁੱਡ ਸਪੀਕ ਇਨ ਇੰਗਲਿਸ਼। ਹੁਣ ਪੰਜਾਬੀ ਕਿਹੜਾ ਅੰਗਰੇਜ਼ੀ ਬੋਲੇ? ਉਹ ਆਏ ਦੇ ਠੁੱਸ, ਆਏ ਦੇ ਠੁੱਸ, ਆਏ ਦੇ ਠੁੱਸ। ਉਹ ਮੈਂ ਮਾੜੇ ਮਾੜੇ ਵਿੱਚ ਥੰਮੀਆਂ ਦੇਵਾਂ ਕਿ ਕੋਈ ਤਾਂ ਖੜਾ ਹੋਵੇ, ਦੋ ਪੋਸਟਾਂ ਨੇ ਅਤੇ ਸੈਂਟਰਲ ਯੂਨੀਵਰਸਿਟੀ 'ਚ ਕਿੱਥੋਂ ਮੁੜ ਕੇ ਭਰਨੀਆਂ? ਉਹ ਤਾਂ ਮੇਰਾ ਦੋਸਤ ਸੀ ਵਾਈਸ ਚਾਂਸਲਰ, ਉਹਨੂੰ ਜ਼ੋਰ ਕਰਕੇ ਪੜ੍ਹਾਉਣਾ ਪਿਆ ਸੀ ਮੈਂ। ਅਖੀਰ ਜਦੋਂ ਉਹਨਾਂ ਦੀ ਇੱਕ ਦੋ ਥੰਮੀਆਂ ਦੇ ਕੇ ਖੜਾ ਕਰ ਲਿਆ ਅਤੇ ਉਹ ਮੈਡਮ ਇੰਟਰਵਿਊ ਖਤਮ ਹੋਈ ਤਾਂ ਉਹਦਾ ਫਿਕਰਾ ਸੀ, ਕਹਿੰਦੇ ਲਿਸਨ ਡਾਕਟਰ ਭਾਟੀ, ਮੈਂ ਕੋਈ ਗੱਲ ਕਰ, ਕਹਿੰਦੀ ਪੰਜਾਬੀਜ਼ ਆਰ ਨੋਟ ਵੈਰੀ ਫਲੂਐਂਟ ਇਨ ਇੰਗਲਿਸ਼। ਮੈਂ ਕਿਹਾ ਡੂ ਐਗਰੀ ਵਿਦ ਦੈਟ, ਦੇ ਆਰ ਨੋਟ ਵੈਰੀ ਫਲੂਐਂਟ ਇਨ, ਬਟ ਮੈਡਮ ਦੇ ਆਰ ਨੋਟ ਗੋਇੰਗ ਟੂ ਟੀਚ ਇੰਗਲਿਸ਼ ਇਨ ਦਿਸ ਯੂਨੀਵਰਸਿਟੀ। ਮੈਂ ਕਿਹਾ ਆਈ ਐਮ ਐਕਸਪਰਟ ਆਫ ਦਿਸ ਸਬਜੈਕਟ, ਦੇ ਨੋ ਦੇਅਰ ਸਬਜੈਕਟ, ਨੋ 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 ਨੋ। ਜਦੋਂ ਨਹੀਂ ਨਾ ਹਟੀ, ਮੈਂ ਕਿਹਾ ਹੁਣ ਭੱਠਾ ਬਹਿ ਗਿਆ। ਮੈਂ ਕਿਹਾ ਲਿਸਨ ਮੈਡਮ, ਆਈ ਕੈਨ ਸਪੀਕ 6 ਲੈਂਗੁਏਜਿਸ ਵੈਰੀ ਫਲੂਐਂਟਲੀ, ਡੂ ਯੂ ਥਿੰਕ ਆਈ ਐਮ ਮੋਰ ਇੰਟੈਲੀਜੈਂਟ ਦੈਨ ਯੂ? ਉਹ ਅੰਗਰੇਜ਼ੀ ਨਹੀਂ ਸੀ, ਉਹ ਸਮਝ ਆ ਗਏ। ਕਹਿੰਦੇ ਅੱਛਾ ਸਰ, ਯੂ ਡੂ ਵਾਟ ਐਵਰ ਯੂ ਫੀਲ ਲਾਈਕ। ਇੱਦਾਂ ਦੋ ਬੰਦੇ ਰਹਾਇਆ, ਅਸਰਟ ਕਰੋ ਆਪਣੀ ਯੋਗਤਾ ਨੂੰ, ਪਰ ਇਸ ਗੱਲ ਦੀ ਜ਼ਿੱਦ ਨਾ ਕਰੋ ਕਿ ਜਿੱਥੇ ਅੰਗਰੇਜ਼ੀ ਸਮਝ ਆਉਂਦੀ ਅੰਗਰੇਜ਼ੀ ਬੋਲੋ। ਹੁਣ ਕਹੋ ਵੀ ਕੈਨ ਸਪੀਕ ਬੈਟਰ ਇੰਗਲਿਸ਼,
ਮੈਂ ਤੁਹਾਨੂੰ ਦੱਸਦਾ ਪਾਕਿਸਤਾਨ ਜਾਂਦੇ ਹਾਂ, ਪਿੱਛੇ ਮੇਰਾ ਲੈਕਚਰ ਸੀ, ਕੀਨੋਟ ਐਡਰੈਸ ਸੀ, ਪ੍ਰੈਸ ਕਲੱਬ 'ਚ ਲੈਕਚਰ ਸੀ, ਲਾਹੌਰ ਯੂਨੀਵਰਸਿਟੀ ਦੀਆਂ ਮੈਂ 5 ਯੂਨੀਵਰਸਿਟੀਆਂ ਦਾ ਐਗਜ਼ਾਮਿਨਰ ਹਾਂ ਲਾਹੌਰ 'ਚ, ਪਾਕਿਸਤਾਨ 'ਚ, ਲਾਹੌਰ ਦਾ, ਵੁਮੈਨ ਯੂਨੀਵਰਸਿਟੀ ਦਾ, ਫੈਸਲਾਬਾਦ ਦਾ, ਕਸੂਰ ਦਾ, ਗੁਜਰਾਤ ਦਾ, ਉਹਨਾਂ ਦੇ PhD ਦੇ ਥੀਸਿਸ ਮੇਰੇ ਕੋਲ ਆਉਂਦੇ, ਉਹਨਾਂ ਦੀਆਂ ਪ੍ਰਮੋਸ਼ਨਾਂ ਮੈਂ ਕਰਦਾ। ਜੇ ਮੈਂ ਉਹਨੂੰ ਕਹਾਂ ਮੈਂ ਤਾਂ ਨਾ ਜੀ ਗੁਰਮੁਖੀ ਲਿਖਾਂਗਾ, ਉਹ ਕਹਿੰਦੇ ਤੁਸੀਂ ਇਹ ਤੁਸੀਂ ਪੱਗ ਵਾਲੇ ਮੁਸਲਮਾਨ ਹੋ, ਅਸੈਪਟ ਕਰੋ ਆਪਣੀ ਗੱਲ ਦੇ ਉੱਤੇ, ਭਾਸ਼ਾ ਤੁਹਾਡੇ ਸਿਆਣੇ ਹੋਣ ਦਾ ਪ੍ਰਮਾਣ ਨਹੀਂ। ਕਿਸੇ ਵੀ ਭਾਸ਼ਾ 'ਚ ਮੂਰਖ ਬੰਦੇ ਹੋ ਸਕਦੇ ਨੇ, ਅੰਗਰੇਜ਼ੀ 'ਚ ਮੂਰਖ ਵੀ ਹੁੰਦੇ, ਖੋਤੇ ਨੂੰ ਘੋੜੇ ਦੇ ਉਹਦੇ ਬਿਠਾ ਕੇ ਜਹਾਜ਼ 'ਤੇ ਅਮਰੀਕਾ ਲੈ ਜਾਓ ਤਾਂ ਸਿਆਣਾ ਹੋ ਜਾਏਗਾ। ਸੋ ਇਸ ਕਰਕੇ ਮੂਰਖਾਂ ਦੀ ਗਿਣਤੀ ਸਾਰੀ ਥਾਂ 'ਤੇ ਹੈਗੀ। ਥੈਂਕ ਯੂ ਵੈਰੀ ਮੱਚ। ਤੋ ਕਾਫੀ ਰੈਲੇਵੈਂਟ ਕੁਐਸਚਨ ਪੁੱਛਿਆ ਹੈ ਅਮਨਦੀਪ ਨੇ। ਮੇਰੇ ਵਿਭਾਗ ਦੇ ਹੀ ਟੀਚਰ ਸੀ ਡਾਕਟਰ ਪਰਮਜੀਤ ਸਿੱਧੂ ਯੂਨੀਵਰਸਿਟੀ ਦੇ ਵਿੱਚ, ਉਹ ਜਦੋਂ ਪੜ੍ਹਾਉਂਦੇ ਸੀ ਤਾਂ ਇਹੀ ਗੱਲ ਕਰਦੇ ਹੁੰਦੇ ਸੀ, ਉਹ ਕਹਿੰਦੇ ਸੀ ਕਿ ਪੰਜਾਬੀ ਬੰਦੇ ਸਭ ਤੋਂ ਮਹਾਰ ਹੁੰਦੇ ਆ, ਉਹਨਾਂ ਦਾ ਹਾਜ਼ਮਾ ਸਭ ਤੋਂ ਜ਼ਿਆਦਾ ਤੇਜ਼ ਹੁੰਦਾ, ਉਹ ਹਰ ਇੱਕ ਭਾਸ਼ਾ ਬੋਲ ਸਕਦੇ। ਤੁਸੀਂ ਦੇਖੋ, ਕਦੀ ਅਨੁਮਾਨ ਲਗਾਓ ਕਿ ਇੱਥੇ UP ਦੇ ਬੰਦੇ ਆਉਂਦੇ ਨੇ, ਬਿਹਾਰ ਦੇ ਬੰਦੇ ਆਉਂਦੇ ਨੇ, ਤੁਹਾਡੇ 'ਚ ਵਿਚਰਦੇ ਨੇ, ਉਹ ਵੀ ਪੰਜਾਬੀ ਜਾਣਦੇ ਨੇ, ਲੇਕਿਨ ਉਹ ਪੰਜਾਬੀ ਨਹੀਂ ਬੋਲਦੇ। ਬੜਾ ਗੌਰ ਤਰ੍ਹਾਂ ਪੁਆਇੰਟ ਹੈ, ਉਹ ਪੰਜਾਬੀ ਨਹੀਂ ਬੋਲਦਾ, ਪੰਜਾਬੀ ਹੈ, ਉਹ ਹਿੰਦੀ 'ਚ ਗੱਲ ਕਰੂਗਾ, ਜਿਹੜਾ UP ਵਾਲਾ ਭਾਈ ਹੈ UP 'ਚ ਹੀ ਗੱਲ ਕਰੂਗਾ। ਦੇ ਆਰ ਸੋ ਕਮਿਟਡ ਕਿ ਉਹ ਹੀ ਹੈ। ਸਾਡੇ ਪੰਜਾਬੀਆਂ ਵਿੱਚ ਵੀ ਕੁਝ ਨਾ ਕੁਝ ਇਹੋ ਜਿਹੀ ਗੱਲ ਹੈਗੀ ਹੈ, ਇਸ ਗੱਲ ਦਾ ਜਿਹੜਾ ਜਵਾਬ ਹੈ ਤੁਹਾਨੂੰ ਆਉਣ ਵਾਲੀ ਸਦੀ ਜ਼ਰੂਰ ਦੇਵੇਗੀ, ਮੈਂ ਪੂਰੀ ਉਮੀਦ ਕਰਦਾ। ਪ੍ਰੋਫੈਸਰ ਸਿੱਧੂ ਸਾਡੇ ਡਿਪਾਰਟਮੈਂਟ ਦੇ ਸੀਨੀਅਰ ਟੀਚਰ, ਤੁਹਾਨੂੰ ਤੁਹਾਡਾ ਸਭ ਦਾ ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਧੰਨਵਾਦ ਕਰਨਗੇ ਪ੍ਰੋਫੈਸਰ ਸਿੱਧੂ ਜੀ। ਧੰਨਵਾਦ ਰੰਧਾਵਾ ਸਾਹਿਬ, ਧੰਨਵਾਦ। ਤਾਂ ਰੰਧਾਵਾ ਸਾਹਿਬ ਕਰ ਹੀ ਚੁੱਕੇ ਆ, ਪਰ ਚਲੋ ਮੇਰੀ ਡਿਊਟੀ ਲਾਈ ਆ ਤਾਂ ਮੈਂ ਵੀ ਜਿਹੜਾ ਇਸ ਗੱਲ ਨੂੰ ਆਪਣੀ ਡਿਊਟੀ ਨੂੰ ਨਿਭਾਉਣਾ। ਵੇਖੋ, ਅਸੀਂ ਆਪਣੇ ਕੋਲਜ ਦੇ ਵਿੱਚ ਸ਼ੁਰੂ ਤੋਂ 1955 ਤੋਂ ਪੰਜਾਬੀ ਵਿਭਾਗ ਬਣਿਆ, ਕੋਲਜ ਬਣਿਆ, ਪੰਜਾਬੀ ਸਿਹਤ ਸਭਾ ਬਣੀ, ਉਦੋਂ ਤੋਂ ਲੈ ਕੇ ਹਰ ਸਾਲ ਕਾਫੀ ਵਿਦਵਾਨਾਂ ਨੂੰ ਆਪਣੇ ਵਿਦਿਆਰਥੀਆਂ ਦੇ ਰੂਪ ਨੂੰ ਕਰਾਉਂਦੇ ਰਹੇ ਹਾਂ। ਔਰ ਅੱਜ ਸਾਨੂੰ ਡਾਕਟਰ ਸਾਹਿਬ ਭਜਨ ਸਿੰਘ ਜੀ ਹੋਣਾਂ ਦੇ ਨਾਲ ਉਸੇ ਲੜੀ ਦੇ ਵਿੱਚ ਰੂਬਰੂ ਹੋਣ ਦਾ ਮੌਕਾ ਮਿਲਿਆ। ਸਾਡਾ ਡਾਕਟਰ ਸਾਹਿਬ ਦੇ ਦਾ ਸਾਡੇ ਨਾਲ ਬਹੁਤ ਲੰਬੇ ਸਮੇਂ ਤੋਂ ਸੰਬੰਧ ਆ। 1982 ਦੇ ਵਿੱਚ ਮੈਂ ਇਸੇ ਕਾਲਜ ਤੋਂ ਜਦੋਂ BA ਕਰਕੇ, ਮੈਂ ਅਤੇ ਰੰਧਾਵਾ ਸਾਹਿਬ, ਰੰਧਾਵਾ ਸਾਹਿਬ ਮੇਰੀ ਸ਼ੁਰੂ ਤੋਂ ਕਲਾਸ ਫੈਲੋ, ਪ੍ਰੈਪ ਫਸਟ ਈਅਰ, ਸੈਕੰਡ ਈਅਰ ਫਾਈਨਲ, ਉਸ ਤੋਂ ਬਾਅਦ ਅਸੀਂ ਦੋਵੇਂ ਇਕੱਠੇ ਯੂਨੀਵਰਸਿਟੀ ਗਏ ਅਤੇ ਡਾਕਟਰ ਸਾਹਿਬ ਦੇ ਨਾਲ 1982 ਦੇ ਵਿੱਚ, ਇਹ ਸਾਡੇ ਗੁਰੂ ਜੀ ਸੀ ਅਤੇ ਅਸੀਂ ਇਹਨਾਂ ਦੇ ਸਟੂਡੈਂਟ ਬਣੇ ਉੱਥੇ। ਸੋ 40 ਹੋ ਗਏ ਇਹਨਾਂ ਦੇ ਨਾਲ। ਇਹਨਾਂ ਤੋਂ ਜੋ ਵੀ ਗਿਆਨ ਆ ਉਹ ਜਿੰਨਾ ਕੁ ਸਾਨੂੰ ਸਮਝ ਲੱਗਿਆ ਅਸੀਂ ਉਸਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਔਰ ਇਸ ਤੋਂ ਅੱਗੇ ਪਰਿਵਾਰਕ ਸੰਬੰਧ ਵੀ, ਡਾਕਟਰ ਸਾਹਿਬ ਦੀ ਪਤਨੀ ਮਿਸਿਜ ਅਰਵਿੰਦਰ ਭਾਟੀਆ ਸਾਡੀ ਕਲਾਸ ਫੈਲੋ ਸੀ, ਡਾਕਟਰ ਸਾਹਿਬ ਪੜ੍ਹਾਉਂਦੇ ਸੀ ਤੋਂ ਸਾਡੇ ਨਾਲ ਬਹਿ ਕੇ ਪੜ੍ਹਦੇ ਸੀ, 7 ਉਹਨਾਂ ਵੀ ਇਸ ਕਾਲਜ 'ਚ ਵੀ ਪੜ੍ਹਾਇਆ ਅਤੇ ਫਿਰ ਉਸ ਤੋਂ ਬਾਅਦ ਗੌਰਮੈਂਟ ਕਾਲਜ ਅੰਮ੍ਰਿਤਸਰ ਦੇ ਵਿੱਚ ਉਹ ਲੱਗੇ ਰਹੇ। ਕਦੋਂ ਰਿਟਾਇਰ ਹੋਏ ਡਾਕਟਰ ਸਾਹਿਬ? 19 ਦੇ ਵਿੱਚ ਮੈਡਮ ਰਿਟਾਇਰ ਹੋਏ, 19 ਤੱਕ ਉੱਥੇ ਪੜ੍ਹਾਉਂਦੇ ਰਹੇ।
ਸੋ ਡਾਕਟਰ ਸਾਹਿਬ ਡੀ ਏ ਵੀ ਕਾਲਜਾਂ ਦੇ ਨਾਲ ਇਹਨਾਂ ਦਾ ਸ਼ੁਰੂ ਤੋਂ ਸੰਬੰਧ ਰਿਹਾ। ਇਹਨਾਂ ਦੱਸਿਆ ਕਿ ਡੀ ਏ ਵੀ ਕਾਲਜ ਜਲੰਧਰ ਦੇ ਵਿੱਚ ਵੀ ਸਾਡਾ ਵੀ ਪਿੱਛੇ ਪਿੱਛੇ ਸੰਬੰਧ ਰਿਹਾ। ਮੈਂ ਵੀ ਡੀ ਏ ਵੀ ਕਾਲਜ ਜਲੰਧਰ ਦੇ ਵਿੱਚ 1999 ਤੋਂ 93 ਤੱਕ ਪੜ੍ਹਾਇਆ। ਉੱਥੇ ਵੀ ਇਹਨਾਂ ਦੀ ਚਰਚਾ ਹੁੰਦੀ ਰਹੀ, ਗੱਲਾਂ ਸੁਣਦੇ ਰਹੇ ਅਸੀਂ, ਅਤੇ ਬਹੁਤ ਮਹਾਨ ਗੱਲਾਂ ਡਾਕਟਰ ਸਾਹਿਬ ਨੇ ਕੀਤੀਆਂ ਨੇ ਸਾਨੂੰ, ਜਿਹਨਾਂ ਗੱਲਾਂ ਦਾ ਮਾੜਾ ਮੋਟਾ ਵੀ ਕਈ ਪਤਾ ਨਹੀਂ ਸੀ ਜਾਂ ਅੱਜ ਤੱਕ ਵੀ ਰਹਿ ਗਈਆਂ ਸੀ, ਉਹਨਾਂ ਦੇ ਬਾਰੇ ਵੀ ਇਹਨਾਂ ਚਾਨਣਾ ਪਾਇਆ ਕਿ ਕਿਵੇਂ ਸਾਡੇ ਸਮਾਜ ਦੇ ਵਿੱਚ ਜਿਹੜਾ ਉਹ ਤਬਦੀਲੀਆਂ ਆ ਰਹੀਆਂ ਨੇ ਤੇਜ਼ੀ ਦੇ ਨਾਲ। ਤਬਦੀਲੀਆਂ ਕਿਸ ਤਰ੍ਹਾਂ ਦੀਆਂ, ਜਿਸ ਤਰ੍ਹਾਂ ਨੂੰ ਦੱਸਿਆ ਵੀ ਜੇ ਸਮਾਂ ਇਹੋ ਜਿਹਾ ਸੀ ਕਿਸੇ ਦੇ ਘਰ ਕੋਈ ਮੌਤ ਹੋ ਜਾਏ ਅਤੇ 10 ਦਿਨ 15 ਦਿਨ ਉਹਨਾਂ ਦੇ ਘਰ ਕੋਈ ਰੋਟੀ ਨਹੀਂ ਸੀ ਬਣਦੀ, ਇਹਦਾ ਮਤਲਬ ਇਹ ਸੀ ਕਿ ਆਂਢ ਗੁਆਂਢ ਵਾਲੇ ਮਦਦ ਕਰਦੇ ਸੀ, ਆਂਢ ਗੁਆਂਢ ਨੂੰ ਚਾਹ ਪਾਣੀ ਰੋਟੀ ਪਾਣੀ ਜੋ ਵੀ ਬਣਨ ਆਉਣਾ। ਪਰ ਇਹ ਸਮਾਂ ਕਿਸ ਤਰ੍ਹਾਂ ਤਬਦੀਲ ਹੋ ਰਿਹਾ, ਇੱਥੇ ਤਾਂ ਇਸ ਤੋਂ ਅੱਗੇ ਵਿਦੇਸ਼ਾਂ ਦੇ ਵਿੱਚ ਇਸ ਤੋਂ ਵੀ ਮੰਦੀ ਹਾਲਤ ਹੈ। ਮੈਨੂੰ ਮੌਕਾ ਮਿਲਿਆ, ਕਨੇਡਾ ਗਿਆ ਮੈਂ ਬ੍ਰਿੰਟਨ ਦੇ ਵਿੱਚ ਬੇਟੇ ਕੋਲ, ਇੱਕ ਦਿਨ ਬਾਹਰ ਤੋਂ ਆਏ ਅਤੇ ਬੜੀਆਂ ਕਾਰਾਂ ਲੱਗੀਆਂ ਦਰਵਾਜ਼ੇ, ਇੱਕੇ ਘਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਕਿਰਾਏ 'ਤੇ, ਹੈ ਨਾ, ਉਹਨਾਂ ਦਾ ਘਰ ਹੈ ਜਿਹੜੇ ਮਾਲਕ ਮਕਾਨ ਹੋਣਗੇ, ਬੜੀ ਭੀੜ ਜੀ ਕਾਰਾਂ ਲੱਗੀਆਂ। ਮੈਂ ਬੇਟੇ ਨੂੰ ਮੈਂ ਕੀ ਹੋ ਗਿਆ ਇੱਥੇ, ਅੱਜ ਕੀ ਹੋ ਗਿਆ ਹੁਣ ਆਏ ਦੁਪਹਿਰੇ ਜਦੇ, ਕਹਿੰਦਾ ਤੁਹਾਨੂੰ ਨਹੀਂ ਪਤਾ ਇਹਨਾਂ ਦੀ ਤਾਂ ਮਾਂ ਮਰ ਗਈ ਸੀ ਅੱਜ 14 ਉਹਦਾ। ਮੰਨ ਸਕਦੇ ਇੱਕੇ ਘਰ ਦੇ ਵਿੱਚ ਰਹਿ ਰਹੇ ਹਾਂ, ਉਸੇ ਘਰ 'ਚ ਦਿਨ ਰਾਤ ਅਸੀਂ ਰਹਿ ਰਹੇ ਹਾਂ, ਉਸੇ ਘਰ 'ਚ ਉਹਨਾਂ ਦੀ ਮਾਂ ਮਰ ਗਈ, ਉਸੇ ਘਰ 'ਚ ਪਤਾ ਲੱਗਾ 14 ਦਾ। ਮੈਂ ਤੈਨੂੰ ਕਿੱਦਾਂ ਪਤਾ ਲੱਗਾ? ਕਹਿੰਦਾ ਇਹਨਾਂ ਦਾ ਫੋਨ ਗਿਆ ਸੀ ਵੀ ਉਹਦੇ ਲਈ ਉਹ ਜੋ ਰੋਟੀ ਪਾਣੀ ਬਣਾਉਂਦੇ ਹੋਣੇ ਆ ਨਾ ਉਸ ਦਿਨ, ਉਹ ਰੱਖਣ ਆਇਆ ਸੀ ਅਤੇ ਤਾਂ ਕਰਕੇ ਪਤਾ। ਸੋ ਇੱਥੋਂ ਤੱਕ ਸਾਡੀ ਹਾਲਤ ਜਿਹੜੀ ਆ ਉਹ ਨਿਗਰ ਗਈ ਆ। ਸੋ ਡਾਕਟਰ ਸਾਹਿਬ ਨੇ ਤਕਨੋਲੋਜੀ ਦੀ ਗੱਲ ਕੀਤੀ ਕਿ ਅਸੀਂ ਆਪਣਾ ਦਿਮਾਗ ਵਰਤੋਂ ਹੀ ਹਟ ਗਏ ਹਾਂ। ਕੋਈ ਟਾਈਮ ਹੁੰਦਾ ਸੀ ਸਾਰੀ ਦੁਨੀਆ ਦੇ ਸਾਨੂੰ ਮੋਬਾਈਲ ਨੰਬਰ ਜ਼ਬਾਨੀ ਯਾਦ ਹੁੰਦੇ ਸੀ, ਕਦੇ ਡਿਕਸ਼ਨਰੀ ਨਹੀਂ ਸੀ ਅਸੀਂ ਲੈ ਕੇ ਘੁੰਮਦੇ। ਅਤੇ ਅੱਜ ਜੇ ਤਾਂ ਸਾਨੂੰ ਕਹੇ ਵੀ ਬੇਟੇ ਨੂੰ ਫੋਨ ਕਰਦਾ ਸੀ, ਮੇਰਾ ਫੋਨ ਬੰਦ ਹੋ ਗਿਆ, ਨੰਬਰ ਕਿੱਥੋਂ ਲਵਾਂ? ਨਾ ਬੇਟੇ ਦੇ ਨੰਬਰ ਦਾ ਫੋਨ ਦਾ ਪਤਾ, ਨਾ ਪਤਨੀ ਦੇ ਨੰਬਰ ਦਾ, ਨਾ ਘਰ ਦੇ ਕਿਸੇ ਨੂੰ। ਕਿਉਂ? ਕਿਉਂਕਿ ਅਸੀਂ ਛੱਡ ਦਿੱਤਾ ਮਸ਼ੀਨ ਦੇ ਉੱਤੇ, ਤੈਨੂੰ ਫੀਡ ਕਰ ਲਿਆ, ਬਸ ਹੁਣ ਨਹੀਂ ਲੋੜ ਦਿਮਾਗ ਖਰਚਣ ਦੀ। ਸੋ ਬਹੁਤ ਤਬਦੀਲੀਆਂ ਜਿਹੜੀਆਂ ਆ ਗਈਆਂ ਨੇ। ਸੋ ਡਾਕਟਰ ਸਾਹਿਬ ਨੇ ਭਾਸ਼ਾਵਾਂ ਦੀ ਗੱਲ ਕੀਤੀ, ਲਿਪੀਆਂ ਦੀ ਗੱਲ ਕੀਤੀ, ਔਰ ਬਹੁਤ ਵੱਡੀ ਜਾਣਕਾਰੀ ਜਿਹੜੀ ਤੁਹਾਨੂੰ ਦਿੱਤੀ, ਜਿੱਦਾਂ ਵਿਦਿਆਰਥੀਆਂ ਨੂੰ ਪਤਾ ਹੀ ਨਹੀਂ ਹੁੰਦਾ ਸੀ, ਕਹਿੰਦੇ ਪੰਜਾਬੀ ਪੰਜਾਬੀ ਪੰਜਾਬੀ, ਉਹਨੂੰ ਪੰਜਾਬੀ ਕਹਿੰਦੇ ਜਿਹੜਾ ਊੜਾ ਆੜਾ ਲਿਖਿਆ ਹੁੰਦਾ, ਬਸ ਗੁਰਮੁਖੀ ਲਿਪੀ 'ਚ ਲਿਖੀ ਆ, ਸਾਡੇ ਲਈ ਪੰਜਾਬੀ ਆ। ਅਤੇ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਪਾਕਿਸਤਾਨੀ ਸਾਰੇ ਪੰਜਾਬ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਨਹੀਂ ਪੰਜਾਬੀ ਲਿਖਦੇ, ਭਾਸ਼ਾ ਪੰਜਾਬੀ ਆ। ਉਹ ਸ਼ਾਹਮੁਖੀ ਕਹਿ ਲਓ ਉਹਨੂੰ, ਉਹਨੂੰ ਫਾਰਸੀ ਲਿਪੀ ਕਹਿ ਲਓ, ਸਾਰੀ ਪੰਜਾਬੀ ਉਹਦੇ ਵਿੱਚ ਲਿਖਦੇ ਨੇ। ਅਤੇ ਉਹਦੇ ਬਾਰੇ ਡਾਕਟਰ ਸਾਹਿਬ ਨੇ ਦੱਸਿਆ ਕਿ 5 ਯੂਨੀਵਰਸਿਟੀਆਂ ਦੇ ਉਹ ਅਗਰਾਮਿਨਾ ਅਤੇ ਜਿਹੜੇ ਉਹ ਕਰਦੇ ਨੇ ਨੁਮਾਇੰਦਗੀ। ਸੋ ਭਾਸ਼ਾ ਕੋਈ ਵੀ ਆ, ਲਿਪੀ ਕਿਸ, ਅਸੀਂ ਇਸ ਗੱਲ ਨੂੰ ਇਸ ਤਰ੍ਹਾਂ ਮੰਨ ਲੈਂਦੇ ਹਾਂ ਕਿ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਲਈ ਢੁਕਵੀਂ ਲਿਪੀ ਆ, ਹੈ ਨਾ। ਲਿਪੀਆਂ ਕਿਸੇ 'ਚ ਵੀ ਕੋਈ ਭਾਸ਼ਾ ਵੀ ਲਿਖੀ ਜਾ ਸਕਦੀ ਆ, ਇਸ ਕਰਕੇ ਵੱਧ ਤੋਂ ਵੱਧ ਜਿੰਨੀਆਂ ਲਿਪੀਆਂ ਦੀ ਜਾਣਕਾਰੀ ਹੁੰਦੀ ਆ ਉਹ ਵੀ ਤੁਸੀਂ ਹਾਸਿਲ ਕਰੋ। ਸੋ ਲਿਪੀਆਂ ਨੂੰ ਖਤਮ ਕਰਨ ਦੀ ਹੀ ਉਦਾਹਰਣ ਡਾਕਟਰ ਸਾਹਿਬ ਨੇ ਦੱਸੀ ਤੁਹਾਨੂੰ ਕਿ ਜਦੋਂ ਅੰਗਰੇਜ਼ ਆਏ ਉਹਨਾਂ ਕੀ ਕੋਸ਼ਿਸ਼ ਕੀਤੀ ਪੰਜਾਬੀਆਂ ਦੇ ਉੱਤੇ ਰਾਜ ਕਰਨ ਲਈ ਕਿ ਇਹਨਾਂ ਦੀ ਭਾਸ਼ਾ ਨੂੰ, ਲਿਪੀ ਨੂੰ ਕਿਸੇ ਤਰੀਕੇ ਖਤਮ ਕਰੋ। ਔਰ ਪੰਜਾਬੀਆਂ ਦੀ ਭਾਸ਼ਾ ਅਤੇ ਲਿਪੀ ਨੂੰ ਖਤਮ ਕਰਨ ਲਈ ਕੀ ਕੀਤਾ ਉਸਦੀ ਡਾਕਟਰ ਸਾਹਿਬ ਨੇ ਤੁਹਾਨੂੰ ਉਦਾਹਰਣ ਦਿੱਤੀ ਆ ਕਿ ਇੱਕ ਕੈਤਾ, ਕੈਤਾ ਬਦਲ ਜਿੱਥੇ ਏ ਬੀ ਸੀ ਵਾਂਗੂ ਊੜਾ ਜਿਹੜਾ ਲਿਖਿਆ ਹੁੰਦਾ, ਜਿਹੜਾ ਇੱਕ ਕੈਤਾ ਜਮ੍ਹਾਂ ਕਰਾ ਦੂਗਾ ਨਾ ਆਣ ਕੇ ਅੰਗਰੇਜ਼ਾਂ ਨੂੰ ਜਾਂ ਥਾਣੇ ਵਿੱਚ ਜਾਂ ਜਿੱਥੇ ਵੀ, ਉਹਨੂੰ 6 ਆਨੇ ਦਿੱਤੇ ਜਾਣਗੇ, ਰਫਲ ਜਮ੍ਹਾਂ ਕਰਾ ਦੂ ਤੇ 1 ਆਨਾ ਮਿਲੂਗਾ,
ਇੱਕ ਕਾਇਦਾ ਜਮ੍ਹਾਂ ਕਰਾਓ, ਮਤਲਬ ਕਿੰਨੀ ਅਹਿਮੀਅਤ ਸੀ ਅੰਗਰੇਜ਼ਾਂ ਦੇ ਵਿੱਚ ਕਿਸੇ ਦੂਜੀ ਭਾਸ਼ਾ ਨੂੰ ਖਤਮ ਕਰਨ ਲਈ। ਸੋ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਵੀ ਭਾਸ਼ਾ ਜਿੰਨਾ ਚਿਰ ਜਿਉਂਦੀ ਹੈ ਉਨਾ ਚਿਰ ਲੋਕ ਕਦੇ ਵੀ ਪਿੱਛੇ ਨਹੀਂ ਹਟਦੇ, ਮਰਦੇ ਨੇ, ਤੇ ਦੂਜਿਆਂ ਦੀ ਭਾਸ਼ਾ ਖਤਮ ਕਰਕੇ ਉਹਨਾਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਮੈਂ ਬਹੁਤਾ ਕਦੇ ਨਾ ਕਹਿੰਦਾ ਹੋਇਆ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ, ਸਾਡੇ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕਰਦਾ, ਜਦੇ ਸਾਨੂੰ ਡਾਕਟਰ ਸਾਹਿਬ ਨੇ ਟਾਈਮ ਦਿੱਤਾ, ਜਿਸ ਵੇਲੇ ਉਹਨਾਂ ਕੋਲ ਗਏ ਉਹਨਾਂ ਨੇ ਉਸੇ ਵੇਲੇ ਹਾਂ ਕਰਤੀ ਕਿ ਜਲਦੀ ਤੋਂ ਜਲਦੀ ਜਦੋਂ ਪ੍ਰੋਗਰਾਮ ਹੁੰਦਾ ਤੁਸੀਂ ਕਰ ਲਓ। ਮੈਂ ਧੰਨਵਾਦੀ ਹਾਂ ਆਪਣੇ ਡਿਪਾਰਟਮੈਂਟ ਦੇ ਹੈੱਡ ਡਾਕਟਰ ਪ੍ਰਵੀਨ ਕੁਮਾਰੀ ਠੋਕਰ ਜੀ ਦਾ, ਆਪਣੇ ਡਿਪਾਰਟਮੈਂਟ ਦੇ ਸਕੱਤਰ ਪ੍ਰੋਫੈਸਰ ਰੰਧਾਵਾ ਸਾਹਿਬ, ਮੰਚ ਸੰਚਾਲਕ ਸਾਡੇ ਡੀਨ ਬਸਰ, ਸਾਡੇ ਬਸਰ ਡਾਕਟਰ ਮਲਕੀਤ ਸਿੰਘ ਵਿਰਕ ਜੀ, ਸਾਡੇ ਪੁਰਾਣੇ ਹੈੱਡ ਦਰਸ਼ਨਦੀਪ ਅਰੋੜਾ ਜੀ ਆਏ, ਸਾਡੇ ਸਟਾਫ ਸੈਕਟਰੀ ਡਾਕਟਰ ਯਾਦਵ ਜੀ ਆਏ, ਸਾਡੇ ਐਡਮਿਨਿਸਟ੍ਰੇਟਰ ਪ੍ਰੋਫੈਸਰ ਗੁਰਦਾਸ ਜੀ ਆਏ, ਅਤੇ ਹੋਰ ਵੀ ਸਾਰੇ ਬਹੁਤ ਸਾਰੇ ਸਟਾਫ ਮੈਂਬਰ ਆਏ। ਔਰ ਸਭ ਤੋਂ ਜ਼ਿਆਦਾ ਧੰਨਵਾਦ ਇਹਨਾਂ ਸਟੂਡੈਂਟਾਂ ਦਾ, ਸਾਡੇ ਸਾਰੇ ਪਿਆਰੇ ਵਿਦਿਆਰਥੀਆਂ ਦਾ, ਜਿਨ੍ਹਾਂ ਨੇ ਇੰਨਾ ਪਿਆਰ ਦੇ ਨਾਲ ਇਸ ਲੈਕਚਰ ਨੂੰ ਸੁਣਿਆ ਅਤੇ ਸਮਝਣ ਦੀ ਕੋਸ਼ਿਸ਼ ਕੀਤੀ। ਔਰ ਮੈਂ ਉਮੀਦ ਕਰਦਾ ਕਿ ਜੋ ਕੁਛ ਡਾਕਟਰ ਸਾਹਿਬ ਨੇ ਕਿਹਾ ਇਹਦੇ ਵਿੱਚੋਂ ਵੱਧ ਤੋਂ ਵੱਧ ਦੇ ਉੱਤੇ ਅਮਲ ਕਰਨ ਦੀ ਕੋਸ਼ਿਸ਼ ਕਰਨ ਸਾਡੇ ਵਿਦਿਆਰਥੀ, ਕਿਉਂਕਿ ਦੇਖੋ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਸਕਦੇ ਹਾਂ ਕਿ ਇਮਾਨਦਾਰ ਰਹੀਏ, ਇਮਾਨਦਾਰੀ ਦੇ ਨਾਲ ਆਪਣੀ ਪੜ੍ਹਾਈ ਕਰੀਏ, ਇਮਾਨਦਾਰੀ ਦੇ ਨਾਲ ਉਸਨੂੰ ਸਮਝੀਏ, ਇਮਾਨਦਾਰੀ ਦੇ ਨਾਲ ਉਸਦੇ ਅਮਲ ਕਰੀਏ। ਸੋ ਅਖੀਰ ਮੈਂ ਇੱਕ ਲਾਈਨ ਇਹੀ ਕਹਿਣਾ ਕਿ ਇਸ ਤੋਂ ਵੱਡੀ ਰੱਬ ਦੀ ਰਹਿਮਤ ਕੀ ਹੋਣੀ, ਮੇਰੇ ਨਾਲ ਜੇ ਮੇਰਾ ਬਸ ਇਮਾਨ ਰਹੇ, ਮੇਰੇ ਨਾਲ ਜੇ ਮੇਰਾ ਬਸ ਇਮਾਨ। ਸੋ ਇਮਾਨਦਾਰੀ ਦੇ ਨਾਲ ਇਮਾਨ ਰੱਖ ਕੇ ਤੇ ਹਰ ਗੱਲ ਦੀ ਕੋਸ਼ਿਸ਼ ਕਰੋ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜੋ ਟੀਚਰ ਸਾਹਿਬਾਨ ਇੱਥੇ ਆਏ ਨੇ ਉਹਨਾਂ ਲਈ ਚਾਹ ਦਾ ਇੰਤਜ਼ਾਮ ਕੀਤਾ ਹੋਇਆ, ਉਹ ਸਾਡੇ ਨਾਲ ਜਾਣਗੇ, ਅਤੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ।